ਬਾਠ ਤੇ ਵਟਸਐਪ ਹੋਣਾ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਖਬਰਾਂ ਦੀ। ਖਬਰਾਂ ਉਹ ਜਿਹੜੀਆਂ ਤੁਹਾਡੇ ਵਾਸਤੇ ਬੜੀਆਂ ਜ਼ਰੂਰੀ ਹੁੰਦੀਆਂ ਜੀ ਤੇ ਉਹ ਲੱਭਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਲੱਗੇ ਰਹੇ ਨੇ। ਸਵਾਗਤ ਹੈ ਵਟਸਐਪ ਤੁਹਾਡਾ ਤੁਹਾਡੇ ਸ਼ੋਅ ਦੇ ਵਿੱਚ। ਸ਼ੁਕਰੀਆ ਮਿਹਰਬਾਨੀ ਸੁਖਨੈਬ ਜੀ ਤੇ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਖਨੈਬ ਜੀ ਅੱਜ ਇਸ ਸ਼ੋਅ ਨੂੰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਕੈਲੀਫੋਰਨੀਆ USA ਤੋਂ ਸਰਦਾਰ ਅੰਮ੍ਰਿਤਪਾਲ ਸਿੰਘ ਮਨਿਹਾਸ ਤੇ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਸ਼ੋਅ ਨੂੰ ਜਿਹੜੀ ਇਸ ਤਰੀਕੇ ਦੀ ਸਪਾਂਸਰਸ਼ਿਪ ਦੇ ਕੇ ਥੋੜਾ ਜਿਹਾ ਯਕੀਨ ਦੇ ਵਿੱਚ ਮਾਣ ਦੇ ਵਿੱਚ ਜਿਹੜਾ ਵਾਧਾ ਕੀਤਾ ਤੇ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਮਿਆਰ ਨੂੰ ਜਿਹੜਾ ਉਹ ਚਾਹੁੰਦੇ ਨੇ ਆਪਾਂ ਉਹਨੂੰ ਖਰਾ ਰੱਖਣ ਦੀ ਜਿਹੜੀ ਕੋਸ਼ਿਸ਼ ਕਰਦੇ ਰਹਾਂਗੇ। ਬਿਲਕੁਲ ਜੀ ਤੇ ਨਾਲ ਮੈਂ ਚਾਹੁੰਦਾ ਕਿ ਇਹੋ ਜਿਹੀਆਂ ਆਦਤਾਂ ਹੋਰ ਸੱਜਣਾਂ ਨੂੰ ਵੀ ਪੈ ਜਾਣੀਆਂ ਚਾਹੀਦੀਆਂ। ਚੰਗੀ ਆਦਤ ਹੈ ਬਾਈ ਜੀ ਹੋਰਾਂ ਦੀ। ਤੇ ਖਬਰਾਂ ਦੀ ਗੱਲ ਆਪਾਂ ਕਰੀਏ ਜੀ ਤਾਂ ਚਰਚਾ ਦੇ ਵਿੱਚ ਹੈ ਆਪ ਦੀ ਨਸ਼ਾ ਮੁਕਤੀ ਮੁਹਿੰਮ। ਕਿਹਦੇ ਤੋਂ ਨਸ਼ਾ ਮੁਕਤ ਕਰਾਉਣਾ ਚਾਹੁੰਦੇ ਆ ਜੀ? ਸੁਖਨੈਬ ਜੀ ਮਸਲਾ ਇੱਥੇ ਕ ਵੀ ਆ ਕੇ ਖੜ ਗਿਆ ਕਿ ਇਹ ਮੁਹਿੰਮ ਕਿਹੜੇ ਟਾਈਮ ਦੇ ਉੱਤੇ ਚੱਲੀ ਹੈ, ਕਿਉਂਕਿ ਨਸ਼ਾ ਮੁਕਤ ਤਾਂ ਪੰਜਾਬ ਨੂੰ ਕਰਾਉਣਾ ਹੀ ਚਾਹੀਦਾ, ਭਾਵੇਂ ਜਿਹੜੀ ਮਰਜ਼ੀ ਸਰਕਾਰ ਆਏ ਜਿਹਦੀ ਮਰਜ਼ੀ ਪਾਰਟੀ ਦੀ ਆਏ, ਨਸ਼ਾ ਪੰਜਾਬ ਚ ਬਣਦਾ ਹੋਵੇ ਭਾਵੇਂ ਬਾਹਰੋਂ ਬਣ ਕੇ ਆਉਂਦਾ ਹੋਵੇ, ਭਾਵੇਂ ਅਸੀਂ ਦੂਸਰੇ ਦੇਸ਼ਾਂ ਦੇ ਇਲਜ਼ਾਮ ਲਾਈਏ ਤੇ ਭਾਵੇਂ ਦੂਸਰੇ ਸੂਬਿਆਂ ਦੇ ਉੱਤੇ ਜੀ, ਪਰ ਮਸਲਾ ਤਾਂ ਪੰਜਾਬ ਦੇ ਵਿੱਚ ਜਿਹੜੀ ਕੜੀ ਘੁਲਦੀ ਹੈ ਉਹਦੇ ਤੋਂ ਬਚਣ ਦਾ ਜੀ। ਹੁਣ ਜੇ ਆਪਾਂ ਇਹ ਕਹਿ ਦਈਏ ਕਿ ਪੰਜਾਬ ਦੇ ਸਾਰੇ ਨੌਜਵਾਨ ਨਸ਼ੇੜੀ ਆ, ਗੱਲ ਉਹ ਵੀ ਹਜ਼ਮ ਨਹੀਂ ਹੁੰਦੀ। ਜੇ ਆਪਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਛੋਟੀ ਆ, ਤੇ ਗੱਲ ਉਹ ਵੀ ਜਿਹੜੀ ਜਚਦੀ ਨੀ ਜੀ। ਹੁਣ ਗੱਲ ਨੂੰ ਜਚਾਉਣਾ ਕਿਵੇਂ ਹੈ? ਪੰਜਾਬ ਦੇ ਜਿਹੜੇ ਗੱਭਰੂ ਨੇ ਸਿਰ ਦੇ ਉੱਤੇ ਚੀਰਾ ਵੱਜਿਆ ਹੋਵੇ, ਸੋਹਣੇ ਸੁਨੱਖੇ ਲੱਗਣ, ਦਰਸ਼ਨੀ ਸਰੀਰ ਹੋਣ, ਕੰਮ ਕਾਰ ਹੱਥੀ ਕਰਦੇ ਹੋਣ, ਦੇਖਦਿਆਂ ਪਤਾ ਲੱਗੇ ਕਿ ਭਾਈ ਪੰਜਾਬੀ ਕੋਈ ਤੁਰਿਆ ਆਉਂਦਾ, ਭੁੱਖ ਲੈਂਦੀ ਹੋਵੇ, ਏਦਾਂ ਦਾ ਕੁਝ ਮਾਹੌਲ ਪੰਜਾਬ ਦੇ ਵਿੱਚ ਵਾਪਸ ਜਿਹੜਾ ਲਿਆਉਣਾ ਕਿਵੇਂ ਹੈ ਜੀ? ਉਹਦੇ ਬਾਰੇ ਚਰਚਾ ਅਕਸਰ ਪੰਜਾਬ ਦੇ ਪਿੰਡਾਂ ਦੇ ਵਿੱਚ ਹੱਟੀਆਂ ਤੇ ਭੱਠੀਆਂ ਦੇ ਉੱਤੇ ਵੀ ਚੱਲਦੀ ਰਹਿੰਦੀ ਹੈ, ਪਰ ਨਸ਼ਾ ਉਹਦੇ ਸਾਹਮਣੇ ਆ ਕੇ ਖੜ ਜਾਂਦਾ ਜੀ। ਇੱਕ ਐਸੀ ਰੁਕਾਵਟ, ਇੱਕ ਐਸਾ ਕਿੱਲਾ ਜਿਹੜਾ ਕਿ ਦੁਬਾਰਾ ਪੱਟਿਆ ਨਹੀਂ ਗਿਆ ਇੱਕ ਵਾਰ ਗੱਡਿਆ ਹੋਇਆ ਜੀ। ਹੁਣ ਵੱਖ ਵੱਖ ਸਿਆਸੀ ਪਾਰਟੀਆਂ ਇਸ ਵੇਲੇ ਪੂਰੀ ਤਰ੍ਹਾਂ ਗੈਰ ਸਰਗਰਮ ਨਜ਼ਰ ਆਉਂਦੀਆਂ ਸੀ। ਹਰ ਇੱਕ ਪਾਰਟੀ ਦਾ ਕੋਈ ਲੀਡਰ ਵਿਦੇਸ਼ ਗਿਆ, ਕੋਈ ਲੀਡਰ ਹਿੱਲ ਸਟੇਸ਼ਨ ਚਲਾ ਗਿਆ, ਕਿਸੇ ਨੂੰ ਇਹ ਲੱਗਿਆ ਕਿ 4 ਮਹੀਨੇ ਹੋ ਗਏ ਆਪਣਾ ਕੰਮ ਧੰਦਾ ਨਹੀਂ ਵੇਖ ਹੋਇਆ, ਉਧਰ ਫਾਈਲਾਂ ਦੇ ਉੱਤੇ ਘੁੱਗੀਆਂ ਮਾਰੀ ਜਾਂਦਾ, ਕੋਈ ਜਿਹੜਾ ਲੀਡਰ ਹੈ ਉਹ ਆਪਣੇ ਬੱਚਿਆਂ ਦੇ ਨਾਲ ਵਕਤ ਬਿਤਾ ਰਿਹਾ। ਸਾਰਿਆਂ ਨੂੰ ਲੱਗਦਾ ਸੀ ਕਿ 11 ਮਾਰਚ ਨੂੰ ਜਦੋਂ ਨਤੀਜਾ ਆਊਗਾ ਆਪਣੀਆਂ ਅਗਲੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋਣੀਆਂ ਜੀ, ਪਰ ਸਰਕਾਰ ਕਿਹਦੀ ਬਣਨੀ ਹੈ? ਇਸ ਗੱਲ ਦਾ ਫੈਸਲਾ ਹੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਨਸ਼ਿਆਂ ਦੇ ਮੁੱਦੇ ਤੇ ਜਿਹੜੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ ਜੀ, ਉਹਨੂੰ ਇਹ ਵੇਖਦਿਆਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੋਲ ਅਜੇ ਭਾਰਤ ਦੇ ਵਿੱਚ ਲੰਬੀ ਚੌੜੀ ਸਿਆਸੀ ਯੋਜਨਾ ਜੀ। ਜੇ ਕੋਈ ਬੰਦਾ ਇਹ ਸੋਚੇ, ਇਹ ਆਖੇ, ਇਹ ਸਮਝੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਚ ਸਰਕਾਰ ਬਣ ਗਈ, ਗੋਆ ਤੇ ਪੰਜਾਬ ਦੇ ਵਿੱਚ ਚੋਣਾਂ ਲੜ ਲਈਆਂ, ਦੋਵਾਂ ਦੇ ਵਿੱਚੋਂ ਇੱਕ ਅੱਧਾ ਸੂਬਾ ਜਿੱਤਿਆ ਜਾਏ ਤਾਂ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੈ ਜੀ, ਇਹ ਸਾਨੂੰ ਲੱਗ ਸਕਦਾ ਹੈ, ਆਮ ਲੋਕਾਂ ਨੂੰ ਲੱਗ ਸਕਦਾ, ਸਰੋਤਿਆਂ ਨੂੰ ਲੱਗ ਸਕਦਾ, ਪਰ ਆਮ ਆਦਮੀ ਪਾਰਟੀ ਦੀ ਨੀਤੀ ਜਿਹੜੀ ਹੈ ਉਹਨੂੰ ਵੇਖਦਿਆਂ ਲੱਗਦਾ ਕਿ ਉਹ 2019 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਪਹਿਲਾਂ ਕਈ ਸੂਬਿਆਂ ਦੇ ਵਿੱਚ ਆਪਣਾ ਜ਼ਬਰਦਸਤ ਪੈਰ ਧਰਾਵਾ ਜਿਹੜਾ ਉਹ ਕਰਨਾ ਜ਼ਰੂਰ ਚਾਹੁੰਦੇ ਆ ਜੀ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਪਹਿਲਾਂ ਇੱਕ ਪੰਜਾਬ ਪੱਧਰੀ ਮੁਹਿੰਮ ਜਿਹੜੀ ਸ਼ੁਰੂ ਕਰ ਦਿੱਤੀ, ਐਡਵੋਕੇਟ ਫੂਲਕਾ ਸਾਹਿਬ ਨੂੰ ਇੰਚਾਰਜ ਬਣਾ ਦਿੱਤਾ ਜੀ। ਮੁਹਿੰਮ ਹੈਗੀ ਆ ਨਸ਼ਿਆਂ ਦੇ ਖਿਲਾਫ, ਕਹਿੰਦੇ ਅਸੀਂ ਪੰਜਾਬ ਨੂੰ ਡਰੱਗ ਮੁਕਤ ਕਰਨਾ, ਨਸ਼ਾ ਮੁਕਤ ਕਰਨਾ। ਚੰਗੀ ਗੱਲ ਹੈ, ਪੰਜਾਬ ਦੀ ਹਰ ਇੱਕ ਸਿਆਸੀ ਪਾਰਟੀ ਨੇ ਇਹਦੇ ਪ੍ਰਤੀ ਵਾਅਦਾ ਕੀਤਾ ਜੀ। ਹੁਣ ਮੁੜ ਵਸੇਵਾ ਫਾਰਮ ਉਮੀਦਵਾਰਾਂ ਨੂੰ ਦਿੱਤਾ ਕਿ ਤੁਸੀਂ 117 ਹਲਕਿਆਂ ਤੋਂ ਸਾਡੇ ਤੇ ਬੈਂਸ ਭਰਾਵਾਂ ਦੇ ਸਾਂਝੇ ਉਮੀਦਵਾਰ ਹੋ, ਤੁਸੀਂ ਆਪੋ ਆਪਣੇ ਹਲਕਿਆਂ ਚ ਜਾਣਾ, ਪਿੰਡਾਂ ਚ ਜਾਣਾ, ਕਸਬਿਆਂ ਚ ਜਾਣਾ, ਸ਼ਹਿਰਾਂ ਚ ਜਾਣਾ ਜੀ। ਉੱਥੇ ਜਾ ਕੇ ਆਹ ਮੁੜ ਵਸੇਵਾ ਫਾਰਮ ਹੈ ਜਿਹਦੇ ਵਿੱਚ ਕੇਜਰੀਵਾਲ ਦੀ ਤਸਵੀਰ ਵੀ ਛਪੀ ਹੋਈ ਹੈ, ਉਹਨਾਂ ਦਾ ਇੱਕ ਸੁਨੇਹਾ ਵੀ ਛਪਿਆ ਹੋਇਆ, ਦਸਤਖਤ ਵੀ ਛਪੇ ਹੋਏ ਨੇ, ਤੇ ਇਸ ਮੁੜ ਵਸੇਵੇ ਫਾਰਮ ਦੇ ਉੱਤੇ ਸਾਰੀ ਡਿਟੇਲ ਜਿਹੜੀ ਲਿਖ ਕੇ ਲਿਆਉਣੀ ਹੈ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਵਾਰਡ ਦੇ ਵਿੱਚ ਕਿੰਨੇ ਕੁ ਲੋਕ ਨਸ਼ਾ ਕਰਦੇ ਆ, ਕਿਸ ਤਰ੍ਹਾਂ ਦਾ ਨਸ਼ਾ, ਉਹਨੇ ਕਦੇ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਕੀਤੀ। ਬਹੁਤ ਸਾਰੀਆਂ ਜਾਣਕਾਰੀਆਂ ਨੇ, ਜਾਣਕਾਰੀਆਂ ਮਹੱਤਵਪੂਰਨ ਵੀ ਆ, ਕਿਉਂਕਿ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਇੱਦਾਂ ਦਾ ਡਾਟਾ ਜਿਹੜਾ ਉਹ ਸਪਸ਼ਟ ਰੂਪ ਚ ਨਜ਼ਰ ਨਹੀਂ ਆਉਂਦਾ ਜਿਹਦੇ ਤੋਂ ਪਤਾ ਲੱਗ ਸਕੇ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨੇ ਕੁ ਨਸ਼ੇੜੀ ਨੇ, ਕਿਹੋ ਜਿਹਾ ਨਸ਼ਾ ਕਰਦੇ ਆ। ਅੰਦਾਜ਼ੇ ਬਹੁਤ ਨੇ, ਪੇਤਲੀ ਪੱਧਰ ਦੇ ਉੱਤੇ ਸਰਵੇਖਣ ਬਥੇਰੇ ਨੇ। ਹਾਲਾਂਕਿ ਇਸ ਫਾਰਮ ਦੇ ਵਿੱਚ ਸੁਖਨੈਬ ਜੀ, ਇਸ ਨੀਤੀ ਦੇ ਵਿੱਚ, ਰਣਨੀਤੀ ਦੇ ਵਿੱਚ, ਯੋਜਨਾ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਕਮੀਆਂ ਪੇਸ਼ੀਆਂ ਹੋਣਗੀਆਂ, ਪਰ ਫਿਰ ਵੀ ਪੰਜਾਬ ਦੇ ਉਸ ਤਲਾਬ ਦੇ ਪਾਣੀ ਦੇ ਵਿੱਚ ਪੱਥਰ ਮਾਰ ਕੇ ਲਹਿਰਾਂ ਜਿਹੜੀਆਂ ਖੜੀਆਂ ਕਰ ਦਿੱਤੀਆਂ ਗਈਆਂ, ਜਿਹੜਾ ਤਲਾਬ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਬਿਲਕੁਲ ਸ਼ਾਂਤ ਸੀ, ਨਾ ਇੱਧਰ ਨੂੰ ਨਾ ਉੱਧਰ ਨੂੰ,
ਤੇ ਜਦੋਂ ਇਸ ਤਰ੍ਹਾਂ ਦੇ ਖੜੇ ਪਾਣੀ ਦੇ ਵਿੱਚ ਢੀਮ ਮਾਰ ਦਈਏ ਤਾਂ ਫਿਰ ਆਪਾਂ ਨੂੰ ਪਤਾ ਕਿ ਉੱਥੇ ਕਿਸ ਤਰੀਕੇ ਦਾ ਇੱਕ ਤੂਫਾਨ ਜਿਹਾ ਮਚਦਾ। ਤੇ ਆਮ ਆਦਮੀ ਪਾਰਟੀ ਦੀ ਇਸ ਨਵੀਂ ਨੀਤੀ ਦਾ ਲਾਭ ਹੁੰਦਾ ਜਾਂ ਨਹੀਂ ਹੁੰਦਾ, ਸਰਕਾਰ ਇਹਨਾਂ ਦੀ ਬਣਦੀ ਹੈ ਜਾਂ ਨਹੀਂ ਬਣਦੀ, ਆਉਣ ਵਾਲੇ ਸਮੇਂ ਨੇ ਸਪਸ਼ਟ ਕਰਨਾ। ਪਰ ਇੰਨੀ ਕੁ ਗੱਲ ਜਿਹੜੀ ਹੈ ਉਹ ਜ਼ਰੂਰ ਸਪਸ਼ਟ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਕੌਨਫੀਡੈਂਸ ਨੇ, ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕੀਤੇ ਜਾਣ ਤੋਂ ਬਿਨਾਂ ਹੀ ਇਹ ਪੰਜਾਬ ਪੱਧਰੀ ਜਿਹੜੀ ਚਰਚਾ ਸ਼ੁਰੂ ਕਰਤੀ, ਉਹਦੇ ਕਰਕੇ ਬਹੁਤੀਆਂ ਸਿਆਸੀ ਪਾਰਟੀਆਂ ਨੂੰ ਬੁਖਾਰ ਚੜਿਆ ਹੋਇਆ ਜੀ। ਕਿਉਂਕਿ ਕੌਨਫੀਡੈਂਸ ਵੀ ਕੋਈ ਚੀਜ਼ ਹੁੰਦੀ, ਅਗਲਿਆਂ ਨੂੰ ਲੱਗਦਾ ਕਿ ਭਾਈ ਸਾਡੀ ਸਰਕਾਰ ਬਣ ਜਾਣੀ, ਉਹਨਾਂ ਕੰਮ ਸ਼ੁਰੂ ਕਰਤਾ, ਬਾਕੀ ਦੇਖ ਰਹੇ ਨੇ ਕਹਿੰਦੇ 11 ਮਾਰਚ ਨੂੰ ਸ਼ਾਮ ਨੂੰ ਦੇਖਾਂਗੇ ਕਰਨਾ ਕਿ ਨਹੀਂ ਕਰਨਾ ਜੀ। ਹੁਣ ਇੱਥੇ ਇੱਕ ਬਹੁਤ ਵੱਡਾ ਪਹਿਲੂ ਇਹ ਵੀ ਹੈ ਕਿ ਇਸ ਮੁਹਿੰਮ ਦਾ ਪੰਜਾਬ ਪੱਧਰੀ ਇੰਚਾਰਜ ਕੇਜਰੀਵਾਲ ਸਾਹਿਬ ਨੇ ਐਡਵੋਕੇਟ ਫੂਲਕਾ ਸਾਹਿਬ ਨੂੰ ਬਣਾਇਆ, 7 ਦਿਨ ਦਾ ਸਿਰਫ ਸਮਾਂ ਦਿੱਤਾ। ਹੁਣ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਇਹਦੇ ਵਿੱਚ ਵੀ ਇੱਕ ਸਮਾਂਬੱਧ ਜਿਹੜਾ ਉਹ ਤੈਅ ਕਰਨਾ ਕਿ ਭਾਈ ਤੁਸੀਂ ਇਹਦੇ ਤੋਂ ਅੱਗੇ ਨਹੀਂ ਜਾ ਸਕਦੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਮੰਨਿਆ ਕਿ ਆਮ ਆਦਮੀ ਪਾਰਟੀ ਟਾਰਗੇਟ ਦਿੰਦੀ ਸੀ ਕਿ ਇੰਨੇ ਪਰਿਵਾਰਾਂ ਦੇ ਕੋਲ ਜਾਣਾ, ਇੰਨੇ ਘਰਾਂ ਦੇ ਵਿੱਚ ਜਾਣਾ, ਇਸ ਤਰੀਕੇ ਰੈਲੀਆਂ ਕਰਨੀਆਂ, ਇੰਨੇ ਕੁ ਪ੍ਰੋਜੈਕਟਰ ਲੱਗੇ ਹੋਣੇ ਚਾਹੀਦੇ ਆ ਜੀ। ਉਹ ਸਾਰੀਆਂ ਗੱਲਾਂ ਚੋਣਾਂ ਤੋਂ ਪਹਿਲਾਂ ਸੀ ਤੇ ਸਮਝ ਆਉਂਦੀਆਂ ਸੀ ਕਿ ਸਮਾਂ ਸੀਮਤ ਹੈ ਜੀ। ਪਰ ਹੁਣ ਵੀ ਕੇਵਲ ਤੇ ਕੇਵਲ ਹਰ ਇੱਕ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਨੂੰ ਕੇਵਲ 7 ਦਿਨ ਦਾ ਸਮਾਂ ਦੇਣਾ ਕਿ ਤੁਸੀਂ 7 ਦਿਨ ਦੇ ਵਿੱਚ ਵਿੱਚ ਆ ਕੇ ਇੱਥੇ ਰਿਪੋਰਟ ਦੇਣੀ ਹੈ ਕਿ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਬੰਦੇ ਨਸ਼ੇੜੀ ਨੇ, ਕਿਹੜਾ ਨਸ਼ਾ ਕਰਦੇ ਆ ਜੀ। ਤੇ 7 ਦਿਨਾਂ ਤੋਂ ਬਾਅਦ ਸੁਖਨੈਬ ਦੀ ਦੂਸਰਾ ਪੜਾਅ ਵੀ ਸ਼ੁਰੂ ਹੋਣਾ ਹੈ। ਉਸ ਪੜਾਅ ਦੇ ਵਿੱਚ ਫਿਰ ਹਰ ਹਲਕੇ 'ਚ ਕਿੰਨੇ ਕੁ ਨਸ਼ਾ ਛਡਾਊ ਕੇਂਦਰ ਨੇ, ਮੁੜਬ ਸੇਵਾ ਕੇਂਦਰ ਨੇ, ਸਹੂਲਤਾਂ ਕਿਹੋ ਜਿਹੀਆਂ, ਉਹਨਾਂ ਸਹੂਲਤਾਂ ਦੇ ਨਾਲ ਨਾਲ ਡਾਕਟਰਾਂ ਦੀ ਗਿਣਤੀ ਕਿੰਨੀ ਕੁ ਹੈ, ਘਾਟ ਕਿਹੜੀ ਹੈ, ਕਮੀ ਪੇਸ਼ੀ ਕਮਜ਼ੋਰੀ ਤੇ ਅਣਗਹਿਲੀ ਕਿੱਥੇ ਹੈ, ਸਾਰੇ ਕੁਝ ਦਾ ਡਾਟਾ ਇਕੱਠਾ ਕਰਨਾ। ਸ਼ਾਇਦ ਕਿਤੇ ਨਾ ਕਿਤੇ ਸੁਖਨੈਬ ਜੀ ਇਸ ਉਮੀਦ ਦੇ ਵਿੱਚ ਆਮ ਆਦਮੀ ਪਾਰਟੀ ਇਸ ਵੇਲੇ ਕੰਮ ਸ਼ੁਰੂ ਕਰ ਚੁੱਕੀ ਹੈ ਕਿ ਸਰਕਾਰ ਸਾਡੀ ਬਣਨੀ ਹੈ ਜੀ। ਕਿਉਂਕਿ ਜੇ ਤਾਂ ਗੁਜਰਾਤ ਦੇ ਵਿੱਚ ਅੱਗੇ ਵਧਣਾ, ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਦੇ ਵਿੱਚ ਚੋਣਾਂ ਹੋਣੀਆਂ, ਜੇ ਉੱਥੇ ਅੱਗੇ ਵਧਣਾ, ਜੇ ਦਿੱਲੀ ਨਗਰ ਨਿਗਮ ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁਝ ਖੱਟਣਾ, ਤਾਂ ਉਹਨੂੰ ਪੰਜਾਬ ਦੇ ਵਿੱਚ ਜੇ ਸਰਕਾਰ ਬਣਦੀ ਹੈ ਤਾਂ ਉਹਦੇ ਤੋਂ ਤੁਰੰਤ ਬਾਅਦ ਕੋਈ ਨਾ ਕੋਈ ਵੱਡੇ ਧਮਾਕੇ ਕਰਨੇ ਹੋਣਗੇ, ਜਿਹਨਾਂ ਧਮਾਕਿਆਂ ਦਾ ਅਸਰ ਭਾਰਤ ਦੇ ਲੋਕਾਂ ਦੇ ਉੱਤੇ ਇਹ ਜਾਵੇ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਅਸਰ ਕੰਮ ਸ਼ੁਰੂ ਕੀਤਾ ਜੀ। ਹੁਣ ਦੂਸਰੇ ਪਾਸੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਦੀ ਗੱਲ, ਭਗਵੰਤ ਮਾਨ ਹੋਰਾਂ ਨੇ ਸੁਖਨੈਬ ਜੀ ਅੱਜ ਤੋਂ ਸ਼ੁਰੂ ਕਰ ਦਿੱਤੀ ਆਪਣੀ ਸਰਗਰਮੀ, 4 ਦਿਨਾਂ ਦਾ ਉਹਨਾਂ ਨੇ ਦੌਰਾ ਰੱਖਿਆ ਹੋਇਆ, ਪੰਜਾਬ ਦੇ ਹਰ ਉਸ ਥਾਂ ਦੇ ਉੱਤੇ ਜਾਣਗੇ ਜਿੱਥੇ ਵੋਟਿੰਗ ਮਸ਼ੀਨਾਂ ਪਈਆਂ ਹੋਈਆਂ ਨੇ ਸਟਰੋਂਗ ਰੂਮ ਦੇ ਵਿੱਚ ਜੀ। ਤੇ ਸਟਰੋਂਗ ਰੂਮ ਦੇ ਬਾਹਰ ਨਾ ਅਕਾਲੀ ਨੇ, ਨਾ ਬੀਜੇਪੀ ਵਾਲੇ ਆ, ਨਾ ਕਾਂਗਰਸੀ ਆ, ਉੱਥੇ ਟੈਂਟ ਲਾ ਕੇ ਬੈਠੇ ਹੋਏ ਨੇ ਆਮ ਆਦਮੀ ਪਾਰਟੀ ਵਾਲੇ। ਹਰ ਜ਼ਿਲ੍ਹੇ ਦੇ ਵਿੱਚ ਇਹੀ ਹਾਲ ਹੈ, ਆਮ ਆਦਮੀ ਪਾਰਟੀ ਵਾਲੇ ਡਿਊਟੀਆਂ ਬਦਲ ਬਦਲ ਕੇ 24 ਘੰਟੇ ਨਿਗਾਹ ਰੱਖਦੇ ਆ ਕਿ ਸਟਰੋਂਗ ਰੂਮ ਦੇ ਵਿੱਚ ਕੋਈ ਬੰਦਾ ਗੈਰ ਕਾਨੂੰਨੀ ਤਰੀਕੇ ਵੜੇ ਨਾ ਤੇ ਉੱਥੇ ਕਿਸੇ ਵੀ ਤਰੀਕੇ ਦੀ ਧਾਂਦਲੀ ਜਿਹੜੀ ਉਹ ਨਾ ਹੋ ਸਕੇ। ਤੇ ਭਗਵੰਤ ਮਾਨ ਨੇ ਅੱਜ ਪਟਿਆਲੇ ਤੋਂ ਕੰਮ ਸ਼ੁਰੂ ਕੀਤਾ, ਪਟਿਆਲੇ ਦੇ ਸਟਰੋਂਗ ਰੂਮ ਦੇ ਬਾਹਰ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੈਠੇ ਸੀ ਉਹਨਾਂ ਦੀ ਪਿੱਠ ਥਾਪੜੀ ਤੇ ਵੀ ਕਹਿ ਦਿੱਤਾ ਕਿ ਤੁਸੀਂ ਪਾਰਟੀ ਨੂੰ ਜਿਤਾਉਣ ਲਈ, ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਨਹੀਂ, ਸਗੋਂ ਪੰਜਾਬ ਨੂੰ ਜਿਤਾਉਣ ਦੇ ਲਈ ਕੰਮ ਕਰਦੇ ਹੋ ਤੇ 10 ਦਿਨ ਹੋਰ ਇਸੇ ਤਰੀਕੇ ਮੁਸਤੈਦ ਹੋ ਕੇ ਤੁਸੀਂ ਬੈਠੇ ਰਹਿਣਾ, ਡਿਊਟੀ ਆਪਣੀ ਦੇਣੀ ਹੈ। ਤੇ ਨਾਲ ਦੀ ਨਾਲ ਭਗਵੰਤ ਮਾਨ ਹੋਰਾਂ ਨੇ ਇਹ ਵੀ ਕਹਿਤਾ, ਕਹਿੰਦੇ ਜਿੱਦਾਂ ਦਾ ਰਿਸਪੋਂਸ ਮਿਲਿਆ ਸੀ, ਜਿਸ ਤਰੀਕੇ ਦਾ ਵਿਵਹਾਰ ਪੰਜਾਬ ਦੇ ਲੋਕਾਂ ਨੇ ਚੱਲਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਡੇ ਨਾਲ ਕੀਤਾ ਸੀ, ਉਹ ਕਹਿੰਦੇ ਸਪਸ਼ਟ ਰੂਪ ਦੇ ਵਿੱਚ ਅਸੀਂ ਬਹੁਮਤ ਲੈਣਾ ਹੀ ਲੈਣਾ। ਸੋ ਵੇਖਦੇ ਹਾਂ ਸੁਖਨੈਬ ਜੀ ਕਿ ਲਗਾਤਾਰ ਸਰਗਰਮੀਆਂ ਅੱਗੇ ਵੱਧ ਰਹੀਆਂ, ਇੱਕ ਪਾਸੇ ਭਗਵੰਤ ਮਾਨ ਹੋਰਾਂ ਦਾ 4 ਦਿਨ ਦਾ ਦੌਰਾ ਹੈ, ਦੂਜੇ ਪਾਸੇ ਐਡਵੋਕੇਟ ਫੂਲਕਾ ਸਾਹਿਬ ਦੀ ਅਗਵਾਈ 'ਚ ਸੂਬਾ ਪੱਧਰੀ ਇੱਕ ਨਵੀਂ ਮੁਹਿੰਮ ਹੈ, ਤੇ ਤੀਸਰੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਇੱਕ ਵਰਗ ਵਿਸ਼ੇਸ਼ ਇਸ ਤਰੀਕੇ ਸੋਚ ਰਿਹਾ ਕਿ ਜੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰਕੇ ਕੋਈ ਮੁਹਿੰਮ ਸ਼ੁਰੂ ਕੀਤੀ ਜਾਂਦੀ ਤਾਂ ਚੰਗਾ ਸੀ, ਪਰ ਆਮ ਆਦਮੀ ਪਾਰਟੀ ਦੇ ਮਨ 'ਚ ਕੁਝ ਹੋਰ ਹੈ ਤੇ ਨੀਤੀਆਂ ਤੇ ਵਾਟਾਂ ਲੰਮੀਆਂ ਜੀ। ਪਰ ਮੈਨੂੰ ਇਹ ਲੱਗਦਾ ਜੀ ਕਿ ਕਈ ਵਾਰੀ ਬੜੀ ਕਾਹਲੀ ਕੀਤੀ ਹੈ ਨਾ ਜਿਹੜੀ ਉਹ ਮਾੜੀ ਹੋ ਜਾਂਦੀ ਹੈ। ਵੈਸੇ ਸੋਚ ਚੰਗੀ ਹੈ, ਪਰ ਪਿਛਲੇ ਵਾਰ ਚੇਤੇ ਆ ਜੀ ਤੁਹਾਡੇ ਵੀ ਤੇ ਮੇਰੇ ਵੀ, ਸਰੋਤੇ ਵੀ ਨਹੀਂ ਭੁੱਲੇ ਹੋਣੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹੋ ਜਿਹੀ ਕਾਹਲੀ ਕੀਤੀ ਸੀ। ਉਹ ਕਹਿੰਦੇ ਮੰਨ ਗਏ ਤੇਰੀਆਂ ਕਾਹਲੀਆਂ ਨੂੰ, ਇੱਕ ਦਿਨ ਪਹਿਲਾਂ ਹੀ ਉਹ ਜਾਏ ਸੀਗੇ ਸਹੁੰ ਚੁੱਕ ਸਮਾਗਮ ਦੀ ਡੇਟ ਫਿਕਸ ਕਰਨ ਦੇ ਵਾਸਤੇ। ਕਦੇ ਉਹੀ ਕੰਮ ਵੀ ਹੋ ਸਕਦਾ ਕਿਉਂਕਿ ਹਜੇ ਨਤੀਜੇ ਨਹੀਂ ਆਏ। ਲੋਕ ਪਹਿਲਾਂ ਜਿਹੜੇ ਅੱਜ ਨਾਲ ਨੇ ਜੀ, ਕੱਲ੍ਹ ਨੂੰ ਮਜ਼ਾਕ ਉਡਾਉਣ ਦੇ ਵਿੱਚ ਵੀ ਉਹ ਬੜੇ ਤੇਜ਼ ਹੋਣਗੇ। ਸੋਸ਼ਲ ਮੀਡੀਆ ਜੀ ਨਾਲ ਦੀ ਨਾਲ ਘੁੰਮ ਜਾਣੀਆਂ ਸਾਰੀਆਂ ਗੱਲਾਂ। ਕੌਨਫੀਡੈਂਸ ਠੀਕ ਹੈ ਜੀ, ਓਵਰ ਕੌਨਫੀਡੈਂਸ ਹੈ ਜਿਹੜਾ ਉਹ ਲੈ ਬੈਂਦਾ ਕਦੇ ਨਾ ਕਦੇ। ਸੁਖਨੈਬ ਜੀ, ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਕਿ ਤੁਹਾਡੀ ਉਹ ਗੱਲ ਬਿਲਕੁਲ ਜਾਇਜ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਹੀ ਆਪ ਵੀ ਤਰੀਕ ਫਿਕਸ ਕਰਿਆ ਸੀ ਤੇ ਕਈ ਉਹ ਮੇਰੇ ਵਰਗੇ ਜਿਹੜੇ ਲੋੜੋਂ ਵੱਧ ਕਾਲੇ ਅਫਸਰ ਸੀ ਉਹ ਵੀ ਜਾ ਕੇ ਸਲੂਟ ਮਾਰਿਆ ਸੀ ਮੋਤੀ ਮਹਿਲ ਦੇ ਮੂਹਰੇ। ਕਪਤਾਨ ਸਾਹਿਬ ਮੁੱਖ ਮੰਤਰੀ ਭਰ ਕੇ ਜੀ ਫਲਾਂ ਦੀਆਂ, ਕਿ ਉਹ ਤਾਂ ਜੀ ਗਲਤੀ ਨਾਲ ਹੀ ਉਧਰ ਤੁਰਦੇ ਰਹੇ।
ਗੱਡੀ ਦਾ ਸਟੇਰਿੰਗ ਮੱਲੋ ਮੱਲੀ ਬਾਦਲ ਕੰਨੀ ਨੂੰ ਹੋ ਜਾਂਦਾ ਸੀ, ਕਹਿੰਦੇ ਤੁਰਦੇ ਤਾਂ ਅਸੀਂ ਮੋਤੀ ਮਹਿਲ ਕੰਨੀ ਨੂੰ ਹੀ ਸੀ ਜੀ। ਤੇ ਸੁਖਨੈਬ ਜੀ, ਦੂਸਰੇ ਪਾਸੇ ਮੈਨੂੰ ਇਹ ਵੀ ਲੱਗਦਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਵੀ ਬਣਦੀ, ਕੰਮ ਵਿੱਚ ਵਿਚਾਲੇ ਵਾਲਾ ਰਹਿ ਦੀ ਜਾਂਦਾ, ਤਾਂ ਵੀ ਇਹ ਜੇ ਚੰਗੇ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਕੋਈ ਲਿਸਟਾਂ ਬਣਦੀਆਂ ਤਾਂ ਉਹਦੇ ਨਾਲ ਬਹੁਤ ਸਾਰੇ ਲੋਕ ਆਈਡੈਂਟੀਫਾਈ ਹੋ ਸਕਦੇ ਆ, ਕਿੰਨੇ ਕੁ ਡਾਕਟਰਾਂ ਦੀ ਲੋੜ ਹੈ, ਕਿੰਨੇ ਕੁ ਜਿਹੜੇ ਮਨੋਵਿਗਿਆਨੀ ਨੇ, ਸਾਈਕੈਟ੍ਰਿਸਟ ਨੇ, ਜਿਹਨਾਂ ਦੀ ਸਾਨੂੰ ਲੋੜ ਹੈ, ਜਾਂ ਦਵਾਈਆਂ ਦੀ ਕਿੰਨੀ ਕੁ ਲੋੜ ਹੈ, ਜਿਹੜੇ ਨਸ਼ਾ ਛੁਡਾਊ ਕੇਂਦਰ ਜਾਂ ਮੁੜ ਸੇਵਾ ਕੇਂਦਰ ਨੇ, ਕਿੰਨੀ ਕੁ ਉਹਨਾਂ ਦੇ ਵਿੱਚ ਅਜੇ ਤੱਕ ਘਾਟ ਹੈ, ਕੁਝ ਨਾ ਕੁਝ ਦਾ ਡਾਟਾ ਜਿਹੜਾ ਬਣੇਗਾ ਇਹਨਾਂ ਦੇ ਕੰਮ ਨਾ ਆਊ ਤਾਂ ਅਗਲੀ ਸਰਕਾਰ ਨੂੰ ਫਾਈਲਾਂ ਜਿਹੜੀਆਂ ਪੰਡ ਬੰਨ ਕੇ ਦੇ ਦੇਣ ਕੇ ਸਿਹਾ ਕੰਮ ਕਰ ਲਓ, ਇੰਨਾ ਕੁ ਤੁਹਾਡਾ ਅਸੀਂ ਕਰ ਦਿੱਤਾ ਜੀ। ਬਿਲਕੁਲ। ਸੋ ਅਗਲੀ ਗੱਲਬਾਤ ਜੇ ਆਪਾਂ ਦੇਖੀਏ ਜੀ, ਤਾਂ ਹਾਲਾਤ ਹਰ ਪਾਸੇ ਕਿਤੇ ਨਾ ਕਿਤੇ ਧਿਆਨ ਮੰਗਦੇ ਆ, ਤੇ ਹੁਣ ਕਹਿੰਦੇ ਠੇਕੇ ਵੀ ਬੰਦ ਹੋਣਗੇ, ਕਿਵੇਂ ਲੱਗਦਾ ਬਾਠ ਸਾਹਿਬ ਜੇ ਠੇਕਿਆਂ ਨੂੰ ਜਿੰਦਰੇ ਵੱਜਣਗੇ, ਕਿਤੇ ਇਹ ਤਾਂ ਨੀ ਹੋਜੂਗਾ? ਆ ਕੀ ਹੋ ਰਿਹਾ ਭਾਈ, ਇੱਕ ਬੀਪ ਆ ਰਹੀ ਆ ਜੀ, ਔਰ ਸੁੱਖ ਸ਼ਾਂਤੀ ਇਹ ਬੀਪ ਆਈ ਵੱਜਦੀ ਰਹੇ ਜੇ, ਮੈਂ ਦੁਬਾਰਾ ਕਾਲ ਲਾਉਣਾ ਵਟਸਐਪ, ਕਿਤੇ ਹੋਰ ਹੀ ਨਾ ਕੋਈ ਪ੍ਰੋਬਲਮ ਹੋਵੇ ਇਹ। ਸੋ ਮੈਂ ਜਾਣਨਾ ਚਾਹੁੰਦਾ ਜੀ ਕੰਪਿਊਟਰ ਜੀ ਤੋਂ ਕਿ ਬੀਪ ਕਿਸ ਤਰ੍ਹਾਂ ਦੀ ਹੈ। ਸੋ ਨਾਲ ਦੀ ਨਾਲ ਜੀ ਗੱਲਬਾਤ ਦਾ ਦੌਰ ਹੈ ਜਿਹੜਾ ਉਹ ਅਸੀਂ ਜਾਰੀ ਰੱਖਾਂਗੇ, ਮਾਫ਼ੀ ਚਾਹਵਾਂਗੇ, ਕਈ ਵਾਰੀ ਥੋੜ੍ਹਾ ਬਹੁਤ ਅੜਿੱਕਾ ਲੱਗਦਾ ਹੁੰਦਾ ਜੀ ਸਿਸਟਮ ਦੇ ਵਿੱਚ, ਅੜਿੱਕੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਅਸੀਂ ਸਰਗਰਮ ਰਹਿੰਦੇ ਹਾਂ। ਸੋ ਨਾਲ ਹੀ ਜਿਹੜੀ ਗੱਲਬਾਤ ਠੇਕਿਆਂ ਦੀ ਕਰ ਰਹੇ ਹਾਂ, ਠੇਕਿਆਂ ਨੂੰ ਜਿੰਦਰੇ ਲੱਗ ਰਹੇ ਨੇ ਬਾਠ ਸਾਹਿਬ, ਇਹ ਠੇਕਿਆਂ ਨੂੰ ਜਿੰਦਰੇ ਲਾਉਣ ਵਾਲੀ ਗੱਲ ਹੈ, ਕਿਤੇ ਹੋਮ ਡਿਲੀਵਰੀ ਤਾਂ ਨਹੀਂ ਸ਼ੁਰੂ ਕਰ ਰਹੇ ਜੀ ਹੁਣ? ਸੁਖਨੈਬ ਜੀ, ਮੈਨੂੰ ਜਗਜੀਤ ਸਿੰਘ ਹੋਰਾਂ ਦਾ ਇੱਕ ਗੀਤ ਸੀ, ਉਹ ਚੇਤੇ ਆ ਰਿਹਾ ਸੀ ਕਿ ਗੱਡੀ ਕੱਚੇ ਰਾਹੀਂ ਪਾਈ ਲੱਕ ਜੀ ਟੀ ਰੋਡ ਤੋਂ, ਜਿਹੜਾ ਬਚ ਕੇ ਮੋੜ ਤੋਂ, ਬਿਲਕੁਲ ਜੀ, ਨਵੇਂ ਸਾਲ ਤੇ ਆਇਆ ਸੀ। ਤੇ ਹੁਣ ਮੈਨੂੰ ਇਹ ਲੱਗਦਾ ਕਿ ਜਿਹੜੇ ਜੀ ਟੀ ਰੋਡ ਦੇ ਉੱਤੇ ਤੇਜ਼ ਰਫ਼ਤਾਰ ਗੱਡੀਆਂ ਚਲਾ ਕੇ ਜਾਂਦੇ ਆ, ਵਿੱਚ ਵਿਚਾਲੇ ਕਿਤੇ ਇਹ ਵੀ ਲੱਗਦਾ ਕਿ ਭਾਈ ਤਰਾਰਾ ਜਿਹਾ ਚ ਆਉਣਾ ਚਾਹੀਦਾ, ਕਿਤੇ ਛਿੱਟ ਛਿੱਟ ਲਾ ਹੀ ਲਈਏ, ਹੁਣ ਉਹਨਾਂ ਨੂੰ ਜੀ ਟੀ ਰੋਡ ਤੋਂ ਗੱਡੀ ਜਿਹੜੀ ਕੱਚੇ ਮੋੜ ਤੇ ਪਾਉਣੀ ਪਊ, ਉਹ ਵੀ 100-200 ਫੁੱਟ ਦੇ ਨਾਲ ਗੱਲ ਨੀ ਬਣਨੀ, 500 ਮੀਟਰ ਤੱਕ ਸੱਜੇ ਖੱਬੇ ਲਿਜਾ ਕੇ ਫਿਰ ਸ਼ਰਾਬ ਦਾ ਠੇਕਾ ਜਿਹੜਾ ਉਹ ਨਜ਼ਰੀ ਪਊਗਾ ਜੀ। ਹੁਣ ਪੰਜਾਬ ਦੇ ਠੇਕੇ ਬਹੁਤ ਕੇਂਦਰ ਬਿੰਦੂ ਦੇ ਵਿੱਚ ਰਹੇ ਨੇ, ਆਪਾਂ ਪਿਛਲੇ ਕਈ ਸਾਲਾਂ ਤੋਂ ਵੇਖਦੇ ਹਾਂ, ਕਈ ਪਿੰਡਾਂ ਦੇ ਵਿੱਚ ਬੀਬੀਆਂ ਠੇਕੇ ਬੰਦ ਕਰਾਉਣ ਦੇ ਲਈ ਆਪ ਮੋਰਚੇ ਖੋਲ ਲੈਂਦੀਆਂ, ਕਈ ਥਾਵਾਂ ਦੇ ਉੱਤੇ ਜਿੰਦਰੇ ਤੋੜ ਤੋੜ ਕੇ ਬੋਤਲਾਂ ਵੀ ਭੰਨੀਆਂ, ਹਾਲਾਂਕਿ ਕਈਆਂ ਦੇ ਦਿਲ ਵੀ ਘੱਟਦੇ ਹੁੰਦੇ ਆ ਕਿ ਭਾਈ ਉਹ ਕਿਤੇ ਆਹ ਬੋਤਲ ਨਾ ਟੁੱਟ ਜਾਏ, ਤਾਂ ਮੈਨੂੰ ਬਹੁਤੀ ਚੰਗੀ ਲੱਗਦੀ ਹੈ, ਪਰ ਫਿਰ ਵੀ ਬੀਬੀਆਂ ਜੀ ਉਹਨਾਂ ਨੂੰ ਆਪਣਾ ਕੰਮ ਹੁੰਦਾ ਕਿ ਭਾਈ ਉਹਨਾਂ ਨੇ ਠੇਕਾ ਦੂਰ ਕਰਵਾਉਣਾ, ਕਿਉਂਕਿ ਜਿਹਨੂੰ ਪੱਠੇ ਲੈਣ ਲਈ ਘੱਲਦੀਆਂ ਨੇ ਸ਼ਾਮ ਜੀ ਨੂੰ ਦਾਤੀ ਪੱਲੀ ਫੜਾ ਕੇ, ਉਹਦੇ ਸਿਰ ਦੇ ਉੱਤੇ ਪੰਡ ਤਾਂ ਨੀ ਹੁੰਦੀ, ਪਰ ਜਿਹੜੀ ਗਲ ਦੇ ਪੱਗ ਸਿਰ ਤੇ ਹੋਣੀ ਚਾਹੀਦੀ ਉਹ ਗਲ ਚ ਪਈ ਹੁੰਦੀ, ਬੰਦਾ ਲੁੱਟੂ ਲੁੱਟੂ ਜਾ ਹੋ ਕੇ ਘਰ ਨੂੰ ਆ ਜਾਂਦਾ। ਇਸੇ ਕਰਕੇ ਬੀਬੀਆਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਠੇਕਿਆਂ ਦਾ ਆਮ ਤੌਰ ਤੇ ਵਿਰੋਧ ਕਰਦੀਆਂ, ਤੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੁਝ ਇੱਕ ਪਿੰਡਾਂ ਦੇ ਵਿੱਚੋਂ ਠੇਕੇ ਬੰਦ ਵੀ ਕਰਾਏ ਜੀ, ਕਿਤੇ ਧਾਰਮਿਕ ਜਥੇਬੰਦੀਆਂ ਮੋਰਚਾ ਖੋਲ ਕੇ ਬੈਠਦੀਆਂ, ਤੇ ਕਿਤੇ ਪੰਚਾਇਤਾਂ ਸਰਬਸੰਮਤੀ ਦੇ ਨਾਲ ਆਪਣੇ ਰਜਿਸਟਰਾਂ ਦੇ ਵਿੱਚ ਮਤੇ ਪਾਪਾ ਭੇਜਦੀਆਂ ਕਿ ਭਾਈ ਸਾਨੂੰ ਬਖਸ਼ੋ, ਸਾਡੇ ਪਿੰਡ ਦੇ ਵਿੱਚੋਂ ਸ਼ਰਾਬ ਦਾ ਠੇਕਾ ਚੱਕ ਲਓ। ਉਧਰ ਦੂਜੇ ਪਾਸੇ ਜੇ ਸਰਕਾਰ ਦੀ ਗੱਲ ਕਰੀਏ, ਤੇ ਜਦੋਂ ਇੱਕ ਪਾਸੇ ਤਾਂ ਇੰਨਾ ਕੁਝ ਹੋਈ ਜਾਂਦਾ, ਦੂਸਰੇ ਪਾਸੇ ਸਰਕਾਰ ਕਹਿੰਦੀ ਹੈ ਕਿ ਵਿਕਾਸ ਕਰਨਾ, ਅਸੀਂ ਵਿਕਾਸ ਦੇ ਮੁੱਦੇ ਤੇ ਵੋਟਾਂ ਲਈਆਂ, ਵਿਕਾਸ ਕਰਨਾ ਤਾਂ ਪੈਸਾ ਚਾਹੀਦਾ, ਪੈਸਾ ਟੈਕਸ ਤੋਂ ਆਉਣਾ, ਤੇ ਟੈਕਸ ਕਹਿੰਦੇ ਸ਼ਰਾਬ ਵੇਚ ਕੇ ਮਿਲਦਾ, ਹੋਰ ਕਿਤੋਂ ਮਿਲਦਾ ਹੀ ਨਹੀਂ। ਹੁਣ ਸਿੱਖਿਆ ਦੀ ਗੱਲ ਕਰ ਲਈਏ, ਪਤਾ ਨੀ ਕਿਹੜੇ ਕਿਹੜੇ ਟੈਕਸ ਲਾਏ ਹੋਏ ਨੇ ਕਿ ਭਾਈ ਸ਼ਰਾਬ ਵਿਕਦੀ ਆ ਤਾਂ ਸਾਨੂੰ ਆਹ ਪੈਸੇ ਆਉਂਦੇ ਨੇ ਜੀ। ਹੁਣ ਇਹ ਤਾਂ ਬੜੀ ਅਜੀਬੋ ਗਰੀਬ ਜੀ ਗੱਲ ਹੈ ਕਿ ਅਸੀਂ ਕੋਈ ਬਦਲ ਲੱਭਣਾ ਨੀ, ਤੇ ਦੂਜੇ ਪਾਸੇ ਸ਼ਰਾਬ ਦੀ ਵਿਕਰੀ ਨੂੰ ਇਸ ਤਰੀਕੇ ਤਰਕ ਸੰਗਤ ਠਹਿਰਾਈ ਜਾਈਏ ਕਿ ਭਾਈ ਜੇ ਸ਼ਰਾਬ ਨੀ ਵਿਕਦੀ ਤਾਂ ਸਾਡੀਆਂ ਤਨਖਾਹਾਂ ਵੀ ਨੀ ਮਿਲਦੀਆਂ, ਸਾਡੀਆਂ ਪੈਨਸ਼ਨਾਂ ਵੀ ਨੀ ਮਿਲਦੀਆਂ, ਫਿਰ ਸੜਕ ਦੇ ਉੱਤੇ ਵੱਟੇ ਪੈਣਗੇ, ਲੁੱਕ ਪਾਉਣ ਜੋਗੇ ਸਾਡੇ ਕੋਲ ਪੈਸੇ ਨੀ ਹੋਣੇ ਜੀ। ਪਰ ਜਦੋਂ ਇਹ ਸਰਕਾਰ ਦੀ ਨੀਤੀ ਹਾਈਕੋਰਟ ਦੇ ਵਿੱਚ ਗਈ ਸੀ ਤਾਂ ਮੂਹਰੇ ਮੂੰਹ ਡਿੱਗੀ, ਹਾਈਕੋਰਟ ਨੇ ਪਿਛਲੇ ਸਮੇਂ ਦੇ ਵਿੱਚ ਕਹਿ ਦਿੱਤਾ ਸੀ ਕਿ ਜੀ ਟੀ ਰੋਡ ਦੇ ਉੱਤੇ ਜਿੰਨੇ ਵੀ ਸ਼ਰਾਬ ਦੇ ਠੇਕੇ ਨੇ ਬੰਦ ਕਰੋ, ਥੋੜੀ ਦੇਰ ਲਈ ਬੰਦ ਵੀ ਹੋਏ ਜੀ, ਉਹਦੇ ਤੋਂ ਬਾਅਦ ਫਿਰ ਖੁੱਲੇ, ਮਾਮਲਾ ਸੁਪਰੀਮ ਕੋਰਟ ਚ ਗਿਆ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਜੀ ਟੀ ਰੋਡ ਤੇ ਠੇਕੇ ਖੁੱਲਣ ਦੀ ਨੀਤੀ ਨੂੰ ਬਿਲਕੁਲ ਮਾੜੀ ਗਰਦਾਨ ਕੇ ਝਾੜ ਵੀ ਪਾਈ, ਤੇ ਸਰਕਾਰ ਨੂੰ ਇਹ ਨਸੀਹਤ ਵੀ ਦਿੱਤੀ ਸੀ ਕਿ ਤੁਹਾਨੂੰ ਇਹ ਗੱਲ ਚੇਤੇ ਨਹੀਂ ਭੁੱਲਣੀ ਚਾਹੀਦੀ ਕਿ ਤੁਹਾਡਾ ਕੰਮ ਲੋਕਾਂ ਦੀ ਸੇਵਾ ਕਰਨਾ, ਸ਼ਰਾਬ ਦੇ ਠੇਕੇਦਾਰਾਂ ਦੀ ਸੇਵਾ ਕਰਨਾ ਨਹੀਂ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 1 April 2017 ਤੋਂ, ਜਾਣੀ ਕਿ ਠੀਕ ਇੱਕ ਮਹੀਨੇ ਬਾਅਦ, 1400 ਪੰਜਾਬ ਦੇ ਵਿੱਚ ਚੱਲ ਰਹੇ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਬੰਦ ਹੋ ਜਾਣਗੇ, ਜਿਹੜੇ ਕਿ ਨੈਸ਼ਨਲ ਤੇ ਸਟੇਟ ਹਾਈਵੇਜ਼ ਦੇ ਉੱਤੇ ਸਥਿਤ ਨੇ। ਇਹਦੇ ਨਾਲ ਨਾਲ ਪਹਿਲਾਂ ਹਾਈਕੋਰਟ ਨੇ ਕੋਈ ਇਹਦੇ ਬਾਰੇ ਸੀਮਾ ਨਿਰਧਾਰਿਤ ਨਹੀਂ ਸੀ ਕੀਤੀ ਕਿ ਠੇਕਾ ਜੇ ਹਾਈਵੇ ਤੇ ਨਹੀਂ ਖੁੱਲਣਾ ਤਾਂ ਕਿੱਥੇ ਖੁੱਲ ਸਕਦਾ, ਬਹੁਤੇ ਠੇਕੇਦਾਰਾਂ ਨੇ
ਜੀ ਟੀ ਰੋਡ ਦੇ ਵੱਲ ਨੂੰ ਜਿਹੜਾ ਦਰਵਾਜ਼ਾ ਸੀ ਉੱਥੇ ਪੱਲੀ ਪਾਤੀ, ਪਿਛਲੇ ਪਾਸੇ ਦੀ ਮਗੋਰਾ ਇੱਕ ਹੋਰ ਕੱਢ ਲਿਆ ਕਿ ਭਾਈ ਉੱਥੋਂ ਦੀ ਨੇ ਤਾਂ ਅਸੀਂ ਇੱਥੋਂ ਦੀ ਵੇਚੀ ਜਾਵਾਂਗੇ। ਪਰ ਹੁਣ ਜਦੋਂ ਮਾਣਯੋਗ ਸੁਪਰੀਮ ਕੋਰਟ ਦੇ ਆਰਡਰ ਆਏ ਸੀ ਉਹਦੇ ਵਿੱਚ ਸਪਸ਼ਟ ਹਦਾਇਤਾਂ ਸੀ ਕਿ ਜੀ ਟੀ ਰੋਡ ਤੇ ਵੀ ਠੇਕਾ ਨਹੀਂ ਖੋਲਿਆ ਜਾ ਸਕਦਾ, ਇਹਦੇ ਨਾਲ ਨਾਲ ਜੀ ਟੀ ਰੋਡ ਦੇ 500 ਮੀਟਰ ਦੇ ਘੇਰੇ ਦੇ ਵਿੱਚ ਵੀ ਕੋਈ ਸ਼ਰਾਬ ਵਿਕਰੀ ਦਾ ਕੇਂਦਰ ਨਹੀਂ ਹੋ ਸਕਦਾ। ਇਹਦਾ ਮਤਲਬ ਹੈ ਕਿ ਜੇ ਕਿਸੇ ਨੇ 100 ਤੇ ਗੱਡੀ ਭਜਾਉਂਦੇ ਆ ਕੋਈ ਅਧੀਆ ਪਾਈਆ ਬੋਤਲ ਲੈਣੀ ਹੈ ਤਾਂ ਉਹਨੂੰ ਘੱਟੋ ਘੱਟ ਅੱਧਾ ਕਿਲੋਮੀਟਰ ਜੀ ਟੀ ਰੋਡ ਤੋਂ ਗੱਡੀ ਲਾ ਕੇ ਸੱਜੇ ਖੱਬੇ ਲੈ ਕੇ ਜਾਣੀ ਪਊ। ਇਹਦੇ ਨਾਲ ਨਾਲ ਮਾਣਯੋਗ ਸੁਪਰੀਮ ਕੋਰਟ ਨੇ ਹਦਾਇਤ ਇਹ ਵੀ ਦਿੱਤੀ ਕਿ ਪੰਜਾਬ ਦੇ ਵਿੱਚ ਜਿੰਨੇ ਜੀ ਟੀ ਰੋਡ ਦੇ ਉੱਤੇ ਸ਼ਰਾਬ ਦੀ ਮਸ਼ਹੂਰੀ ਦੇ ਬੋਰਡ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਸਾਫ਼ ਕਰਾਉਣਾ, ਉੱਥੋਂ ਉਤਰਵਾਉਣਾ। ਡੀ ਜੀ ਪੀ ਪੰਜਾਬ ਪੁਲਿਸ ਤੇ ਮੁੱਖ ਸਕੱਤਰ ਜਿਹੜੇ ਨੇ ਪੰਜਾਬ ਦੇ ਉਹਨਾਂ ਦੀ ਜ਼ਿੰਮੇਵਾਰੀ ਹੈ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਸੁਖਨੈਬ ਜੀ ਕਿ ਹਾਈ ਕੋਰਟ ਨੇ ਜਦੋਂ ਡਿਸੀਜ਼ਨ ਦੇ ਹੀ ਦਿੱਤਾ ਕਿ ਭਾਈ ਸ਼ਰਾਬ ਦੇ ਠੇਕੇ ਉਸ ਜਗ੍ਹਾ ਤੇ ਨਹੀਂ ਖੁੱਲ ਸਕਦੇ ਤਾਂ ਪੰਜਾਬ ਸਰਕਾਰ ਭੱਜੀ ਭੱਜੀ ਸੁਪਰੀਮ ਕੋਰਟ ਕਿਉਂ ਗਈ? ਇਹਦੇ ਵਿੱਚ ਕਿੱਡਾ ਕੁ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ, ਇਹਦੇ ਵਿੱਚ ਕਿੱਡਾ ਕੁ ਮਨੁੱਖਤਾ ਦਾ ਬਹੁਤ ਵੱਡਾ ਘਾਣ ਹੋ ਜਾਣਾ ਸੀ। ਬਹੁਤ ਸਾਰੇ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਸੁਪਰੀਮ ਕੋਰਟ ਨਹੀਂ ਪਹੁੰਚਦੀ, ਪਰ ਇਸ ਮੁੱਦੇ ਤੇ ਪਹੁੰਚੀ ਤੇ ਉਹਦੇ ਬਾਰੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਥਾਂ ਥਾਂ ਗੱਲਾਂ ਚੱਲ ਰਹੀਆਂ ਕਿ ਸ਼ਰਾਬ ਦੇ ਬਹੁਤੇ ਠੇਕੇ ਸਿਆਸਤਦਾਨਾਂ ਦੇ ਨੇ, ਉਹਦੇ ਵਿੱਚ ਸੱਤਾਧਾਰੀ ਵੀ ਨੇ ਤੇ ਵਿਰੋਧੀ ਵੀ ਨੇ। ਤੇ ਜਦੋਂ ਇਹਨਾਂ ਦੀ ਆਪਣੀ ਜੇਬ ਨੂੰ ਘਾਟਾ ਪੈਣ ਲੱਗਾ ਸੀ ਇਸ ਕਰਕੇ ਤੁਰੰਤ ਉਹਨਾਂ ਨੇ ਸੁਪਰੀਮ ਕੋਰਟ ਦੀ ਸ਼ਰਨ ਲਈ ਸੀ, ਪਰ ਸੁਪਰੀਮ ਕੋਰਟ ਦੇ ਵਿੱਚ ਵੀ ਮੁੱਦੇ ਮੂੰਹ ਡਿੱਗ ਕੇ ਪੰਜਾਬ ਸਰਕਾਰ ਜਿਹੜੀ ਹੈ ਇਸ ਵੇਲੇ ਸ਼ਰਾਬ ਦੇ ਠੇਕੇ ਜੀ ਟੀ ਰੋਡ ਤੋਂ ਬੰਦ ਕਰਨ ਦੇ ਲਈ ਪੂਰੀ ਤਰ੍ਹਾਂ ਮਜਬੂਰ ਹੈ। ਹੁਣ ਦੂਸਰੇ ਪਾਸੇ ਇਹ ਵੀ ਹੈ ਕਿ ਤਾਮਿਲਨਾਡੂ ਵਾਲਿਆਂ ਨੇ ਕਹਿ ਦਿੱਤਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਪੜਾਵਾਰ ਠੇਕੇ ਬੰਦ ਕਰ ਦਿਆਂਗੇ। ਨਿਤਿਸ਼ ਕੁਮਾਰ ਹੋਰਾਂ ਨੇ ਮੱਲ ਮਾਰ ਲਈ, ਉਹਨਾਂ ਨੇ ਕਰਤੇ। ਤੀਜੇ ਪਾਸੇ ਕੇਰਲਾ ਵਾਲਿਆਂ ਨੇ ਆਪਣੇ ਠੇਕਿਆਂ ਦੀ ਗਿਣਤੀ ਘਟਾਤੀ, ਪਰ ਪੰਜਾਬ ਦੇ ਵਿੱਚ ਅਸੀਂ ਐਸਾ ਲੋੜਾ ਲੈਂਦਾ ਹੈ ਕਿ ਇੱਥੇ ਹਰ ਸਾਲ ਠੇਕਿਆਂ ਦੀ ਗਿਣਤੀ ਵਧੀ ਜਾਂਦੀ ਹੈ। ਕਾਂਗਰਸ ਪਾਰਟੀ ਨੇ ਆਪਣੇ ਚੋਣ ਐਲਾਨ ਨਾਮੇ ਦੇ ਵਿੱਚ ਜ਼ਰੂਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ ਹਰ ਸਾਲ 5% ਸ਼ਰਾਬ ਦੇ ਠੇਕੇ ਜਿਹੜੇ ਹੈ ਉਹ ਘਟਾਈ ਜਾਵਾਂਗੇ, ਸਾਰਿਆਂ ਦੇ ਲਾਇਸੈਂਸ ਜਿਹੜੇ ਆ ਰੀਨਿਊ ਨਹੀਂ ਕੀਤੇ ਜਾਣਗੇ। ਪਰ ਵੇਖਦੇ ਹਾਂ ਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਜਦੋਂ ਨਵੀਂ ਸਰਕਾਰ ਹੋਣ ਦੇ ਵਿੱਚ ਆਉਂਦੀ ਹੈ ਉਹ ਤਾਂ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਜਾਂ ਨਹੀਂ। ਜੀ ਵੈਸੇ ਇੱਕ ਗੱਲ ਹੈਗੀ ਹੈ ਨਾ ਜੀ ਕਿ ਦੋ ਪਾਰਟੀਆਂ ਦਾ ਤੁਸੀਂ ਜ਼ਿਕਰ ਕੀਤਾ, ਕਾਂਗਰਸ ਤੇ ਅਕਾਲੀ ਦਲ ਦਾ, ਇਹਦੇ ਚ ਇਹ ਜ਼ਿਕਰ ਆਉਂਦਾ ਕਿ ਦੋਨਾਂ ਦੀਆਂ ਫੈਕਟਰੀਆਂ ਨੇ ਕੁਛ ਕੁ ਲੋਕਾਂ ਦੀਆਂ, ਫਿਰ ਪੀਣ ਵਾਲੇ ਤਾਂ ਤੀਜੀ ਪਾਰਟੀ ਦੇ ਵਿੱਚ ਹੀ ਰਹਿ ਗਏ ਜੀ, ਖਪਤ ਤਾਂ ਜਿਹੜੀ ਹੈ ਜੀ ਉਹ ਰੁਕੂਗੀ ਕਿਉਂਕਿ ਦੋਸ਼ ਤਾਂ ਇਹੋ ਜਿਹੇ ਲਾਉਂਦੇ ਆ ਇਹ। ਦੇਖਣ ਵਾਲੀ ਗੱਲ ਹੈ ਜੀ ਕਿ ਹੁਣ ਆਮ ਆਦਮੀ ਪਾਰਟੀ ਆਊਗੀ ਤੇ ਉਹਦੇ ਵਾਸਤੇ ਇਹ ਕਿਹੋ ਜਿਹੀਆਂ ਸਮੱਸਿਆਵਾਂ ਰਹਿਣਗੀਆਂ, ਜਿਵੇਂ ਕੱਲ ਉਹਨਾਂ ਨੇ ਕੈਸ਼ ਕ੍ਰੈਡਿਟ ਲਿਮਿਟ ਵਾਲੀ ਗੱਲ ਆਖੀ ਹੈ ਕਿ ਹੋਰ ਆ ਭਾਈ ਇਕੱਠੇ ਹੋ ਜਾਓ ਇਸ ਮੁੱਦੇ ਦੇ ਉੱਤੇ, ਸੰਜੇ ਸਿੰਘ ਹੋਰਾਂ ਨੇ ਇਹ ਗੱਲ ਆਖੀ, ਸਰਬ ਪਾਰਟੀ ਮੀਟਿੰਗ ਸੱਦੀ। ਇਹ ਵੀ ਗੱਲ ਹੈ ਨਾ ਜੀ ਕਿ ਸ਼ਰਾਬ ਤਾਂ ਇੱਕ ਚਲੋ ਇਸ਼ੂ ਹੈਗਾ ਹੀ ਹੈਗਾ, ਨਾਲ ਨਾਲ ਹੋਰ ਵੀ ਬਹੁਤ ਸਾਰੇ ਮਸਲੇ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦੀ ਵੀ ਸਰਕਾਰ ਬਣਦੀ ਉਹਦੇ ਸਾਹਮਣੇ ਮੂੰਹ ਅੱਡੀ ਖੜੇ ਆ, ਖਾਸ ਕਰਕੇ ਕਿਸਾਨਾਂ ਵਾਲਾ ਮਸਲਾ। ਇੱਧਰ ਜੇ ਆਪਾਂ ਦੇਖੀਏ ਮਾਲਵੇ ਵਾਲੇ ਪਾਸੇ ਜੀ, ਕਹਿੰਦਾ ਪਾਵਰ ਕਾਮ ਦਾ ਜਿਹੜਾ ਹੜ੍ਹ ਹੈ ਉਹ ਦੂਜੇ ਪਾਸੇ ਨੂੰ ਵਧਣਾ ਸ਼ੁਰੂ ਹੋ ਗਿਆ ਜੀ, ਮਾਲਵੇ ਨੂੰ ਕ੍ਰੋਸ ਕਰ ਗਿਆ, ਮਾਰੋ ਮਾਰ ਕਰਦੇ ਆਉਂਦੇ ਪਾਵਰ ਕਾਮ ਵਾਲੇ। ਸੁਖਨੈਬ ਜੀ, ਦੁਆਬੇ ਤੇ ਮਾਝੇ ਵਾਲੇ ਨੇ ਬੜੇ ਸਵਾਦ ਲੈ ਲਿਆ ਖਬਰਾਂ ਪੜੀਆਂ ਜੀ, ਆਹ ਦੇਖੋ ਭਾਈ ਮਾਲਵੇ ਦੇ ਵਿੱਚ ਕੀ ਹੋ ਗਿਆ, ਉਹ ਦੇਖੋ ਥਾਣੇ ਦਾ ਕਨੈਕਸ਼ਨ ਕੱਟ ਦਿੱਤਾ, ਇੰਨੇ ਪਿੰਡਾਂ ਦੇ ਵਿੱਚ ਪਾਣੀ ਦੀ ਸਪਲਾਈ ਵੀ ਕੱਟਤੀ, ਬੱਲੇ ਬੱਲੇ ਹੋ ਗਈ, ਉਹ ਦੇਖੋ ਐਸ ਸੀ ਪੀ ਸੀ ਦੇ ਮੈਂਬਰ ਦੇ ਘਰ ਜਾ ਕੇ ਵੀ ਅਗਲੇ ਨੇ ਪਲਾਸ ਚਲਾਤਾ ਜੀ। ਪਰ ਇਹ ਨੀ ਸੀ ਪਤਾ ਕਿ ਭਾਈ ਜਦੋਂ ਬੱਦਲ ਜਿਹੜਾ ਆਉਂਦਾ ਤੇ ਜਿੱਧਰਲੇ ਪਾਸੇ ਨੂੰ ਗਰਮ ਹਵਾ ਤੁਰਦੀ ਹੈ ਉਧਰਲੇ ਪਾਸੇ ਨੂੰ ਤੁਰ ਜਾਣਾ। ਹੁਣ ਜਦੋਂ ਮਾਲਵੇ ਦੇ ਵਿੱਚ 5-6 ਦਿਨ ਲਗਾਤਾਰ ਪਾਵਰ ਕਾਮ ਨੇ ਆਪਣੇ ਅਧਿਕਾਰੀ ਭੇਜੇ, ਫੁੱਲ ਤਿਆਰੀ ਕਰਾ ਕੇ ਭੇਜੇ, ਪੂਰੇ ਅਧਿਕਾਰ ਦੇ ਕੇ ਭੇਜੇ ਕਿ ਭਾਈ ਬਖਸ਼ਣਾ ਕੋਈ ਨੀ, ਪਹਿਲਾਂ ਨੋਟਿਸ ਦੇ ਕੇ ਆਉਣਾ, ਉਹਦੇ ਤੋਂ ਬਾਅਦ ਵੀ ਜੇ ਬਿਜਲੀ ਦਾ ਬਿੱਲ ਕੋਈ ਨਹੀਂ ਭਰਦਾ ਤਾਂ ਫਿਰ ਤੁਹਾਨੂੰ ਪਤਾ ਹੀ ਕੀ ਕਰਨਾ, ਪਲਾਸ ਤੁਹਾਨੂੰ ਫੜਾਇਆ ਹੋਇਆ, ਜੇਬ ਦੇ ਵਿੱਚ ਤੁਸੀਂ ਟੰਗਿਆ ਹੋਇਆ। ਹੁਣ ਬਿਜਲੀ ਦੇ ਬਕਾਇਆ ਬਿੱਲ ਵਸੂਲਣ ਦੇ ਲਈ ਪਾਵਰ ਕਾਮ ਜਿਹੜਾ ਕਿ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਕਰਦਾ ਉਹਨੇ ਮੁਹਿੰਮ ਚਲਾਈ ਹੈ ਜੀ। ਪਾਵਰ ਕਾਮ ਦੇ ਕੋਲ ਆਪਣੀ ਸਿਆਸੀ ਖੁਸ਼ਕੀ ਦੂਰ ਨਹੀਂ ਹੁੰਦੀ ਹੁਣ, ਕਿਉਂਕਿ ਪਾਵਰ ਕਾਮ ਬਿਜਲੀ ਬਣਾਉਂਦਾ ਹੈ ਜਾਂ ਬਿਜਲੀ ਖਰੀਦਦਾ ਅੱਗੇ ਸਪਲਾਈ ਕਰਦਾ, ਪੈਸਾ ਧੇਲਾ ਜੇ ਉਹਨੇ ਦੂਜੇ ਪਾਸੇ ਦੇਣਾ ਤੇ ਉਹਨੂੰ ਆਉਣਾ ਵੀ ਚਾਹੀਦਾ। ਪਰ ਜਿਹਨਾਂ ਨੂੰ ਅੱਗੇ ਬਿਜਲੀ ਵੇਚਦਾ ਉਹਨਾਂ ਦੇ ਵਿੱਚੋਂ ਕਈ ਵੱਡੇ ਵੱਡੇ ਢਿੱਡਾਂ ਵਾਲੇ ਜਿਹੜੇ ਹੈ ਉਹ ਬਿਜਲੀ ਦੇ ਪੈਸੇ ਵਾਪਸ ਪਾਵਰ ਕਾਮ ਨੂੰ ਦਿੰਦੇ ਨੇ। ਹੁਣ ਜਦੋਂ ਇੱਕ ਬੰਦਾ ਦੇਈ ਜਾਊਗਾ ਉਹਨੂੰ ਵਾਪਸ ਕੁਝ ਨਾ ਆਊ ਤਾਂ ਉਹਦੀ ਆਰਥਿਕ ਹਾਲਤ ਕੰਗਾਲੀ ਵਾਲੀ ਹੋਣੀ ਹੋਣੀ ਹੈ, ਤੇ ਪਾਵਰ ਕਾਮ ਦਾ ਹਾਲ ਇਹੀ ਹੋਇਆ ਸੀ। ਅਸੀਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣੀ ਹੈ, ਅਸੀਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਬਿਜਲੀ ਦੇਣੀ ਹੈ, ਆ ਕੁੰਡੀਆਂ ਲਾਉਣ ਵਾਲੇ ਕਿਹੜਾ ਘੱਟ ਨੇ, ਪਰ ਪਾਵਰ ਕਾਮ ਨੂੰ ਸਹਾਇਤਾ ਕੋਈ ਨੀ ਦੇਣੀ। ਇਸ ਕਰਕੇ ਕਿਤੇ ਨਾ ਕਿਤੇ ਰੌਲਾ ਰੱਪਾ ਲਗਾਤਾਰ ਪੈਂਦਾ। ਹੁਣ ਮਾਲਵੇ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੇਵਾ ਕੇਂਦਰਾਂ ਦੀ ਬਿਜਲੀ ਕੱਟ ਦਿੱਤੀ, ਜਲ ਸਪਲਾਈ ਘਰਾਂ ਦੀ ਬਿਜਲੀ ਕੱਟ ਦਿੱਤੀ, ਸਰਕਾਰੀ ਦਫ਼ਤਰਾਂ ਨੂੰ ਜਿਹੜਾ ਉਹ ਜਿੰਦਰਾ ਮਾਰ ਦਿੱਤਾ ਗਿਆ ਕਿ ਭਾਈ ਤੁਹਾਡੇ ਲਾਟੂ ਤਾਂ ਹੁਣ ਫੇਰ ਹੀ ਜਗਣਗੇ ਜਦੋਂ ਤੱਕ ਤੁਸੀਂ ਲੱਖਾਂ ਰੁਪਈਆਂ ਦਾ ਬਿੱਲ ਜਿਹੜਾ ਜਮ੍ਹਾਂ ਨਹੀਂ ਕਰਵਾਉਂਦੇ ਉਹ ਨਿਦਰ ਕੰਮ ਬੰਦ ਰਹੋ ਜੀ।
ਮਾਝੇ ਤੇ ਦੁਆਬੇ ਵਾਲਿਆਂ ਨੇ ਬੜਾ ਸਵਾਦ ਲੈ ਲਿਆ, ਖਬਰਾਂ ਪੜੀਆਂ ਕਿ ਪਾਈ ਉਹ ਵੇਖੋ ਥਾਣੇਦਾਰ ਵੀ ਨਹੀਂ ਛੱਡਿਆ। ਤੇ ਹੁਣ ਦੂਸਰੇ ਪਾਸੇ ਕੰਮ ਰੋਪੜ ਤੋਂ ਸ਼ੁਰੂ ਹੋ ਕੇ ਪੂਰੇ ਦੁਆਬੇ ਤੇ ਮਾਝੇ ਤੱਕ ਪਹੁੰਚ ਗਿਆ। ਰੋਪੜ ਜ਼ਿਲ੍ਹੇ ਦੇ 30 ਸਰਕਾਰੀ ਦਫ਼ਤਰਾਂ ਤੇ ਆਪਣੀ ਪਾਵਰ ਦਾ ਇਸਤੇਮਾਲ ਕਰਦਿਆਂ ਕਨੈਕਸ਼ਨ ਕੱਟ ਦਿੱਤੇ। ਲੱਖਾਂ ਰੁਪਈਏ ਦੀ ਇਹਨਾਂ ਦੀ ਦੇਣਦਾਰੀ ਹੈ। ਰੋਪੜ ਸ਼ਹਿਰ ਦੇ ਵਿੱਚ ਈਓ ਦਾ ਦਫ਼ਤਰ ਹੈ, ਇੰਪਰੂਵਮੈਂਟ ਟਰੱਸਟ ਦਾ ਦਫ਼ਤਰ ਹੈ, ਜੰਗਲਾਤ ਵਿਭਾਗ ਦਾ ਦਫ਼ਤਰ ਹੈ। ਇਹਨਾਂ ਤਿੰਨਾਂ ਸਮੇਤ ਕੁੱਲ 15 ਸਰਕਾਰੀ ਦਫ਼ਤਰਾਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ ਪਾਵਰ ਕੰਮ ਵੱਲੋਂ। ਉੱਥੇ ਬਿਜਲੀ ਨਹੀਂ ਆ ਰਹੀ, ਕੋਈ ਬੰਦਾ ਬੈਟਰੀ ਲੈ ਕੇ ਕੰਮ ਕਰੀ ਜਾਂਦਾ, ਕੋਈ ਬੰਦਾ ਕਿਸੇ ਤਰੀਕੇ ਕੰਮ ਕਰੀ ਜਾਂਦਾ। ਇਹਦੇ ਨਾਲ ਨਾਲ ਨਗਰ ਕੌਂਸਲ ਦੀਆਂ ਜਿਹੜੀਆਂ ਸਟਰੀਟ ਲਾਈਟਾਂ ਜਗ ਰਹੀਆਂ, ਉਹਨਾਂ ਦਾ ਬਿੱਲ ਵੀ ਨਹੀਂ ਪਿਛਲੇ ਲੰਬੇ ਸਮੇਂ ਤੋਂ ਭਰਿਆ, ਉਹ ਪਹਿਲਾਂ ਤਾਂ ਕੱਟ ਦਿੱਤੀਆਂ ਗਈਆਂ। ਉੱਥੇ ਸਟਰੀਟ ਲਾਈਟਾਂ ਬੁਝਣ ਕਰਕੇ ਹਨੇਰਾ ਸ਼ਾਮ ਪੈ ਹੋ ਜਾਂਦਾ, ਸਵੇਰ ਤੱਕ ਰਹਿੰਦਾ। ਅੱਗੇ ਗੱਲ ਕਰਦੇ ਹਾਂ ਨੂਰਪੁਰ ਬੇਦੀ ਦੀ। ਸਬ ਤਹਿਸੀਲ ਦੀ ਵੀ ਬਿਜਲੀ ਕੱਟਤੀ, ਬੀਡੀਪੀਓ ਦਫ਼ਤਰ ਦੀ ਵੀ ਕੱਟ ਦਿੱਤੀ, ਜੰਗਲਾਤ ਵਿਭਾਗ ਦੀ ਵੀ ਕੱਟ ਦਿੱਤੀ। ਪੇਂਡੂ ਖੇਤਰਾਂ ਦੇ ਵਿੱਚ ਖੁੱਲੇ ਹੋਏ 6 ਸੇਵਾ ਕੇਂਦਰ ਜਿਹੜੇ ਹੈ ਉਹ ਵੀ ਪੂਰੀ ਤਰ੍ਹਾਂ ਬੰਦ ਪਏ ਆ, ਬਿਜਲੀ ਉਹਨਾਂ ਦੀ ਵੀ ਇਸ ਵੇਲੇ ਗੁੱਲ ਹੈ। ਹੁਣ ਬੀਡੀਪੀਓ ਦਫ਼ਤਰ ਦੀ ਕਾਰਸਤਾਨੀ ਵੇਖੋ, 12 ਵਜੇ ਕਨੈਕਸ਼ਨ ਕੱਟਿਆ ਜਾਂਦਾ, 1:30 ਵਜੇ ਤੱਕ ਬਿੱਲ ਭਰ ਦਿੰਦੇ ਆ ਕਿ ਭਾਈ ਆ ਲਓ ਤੁਹਾਡਾ ਬਿੱਲ ਭਰਤਾ, ਰੱਖੋ ਰਸੀਦ ਤੇ ਕਨੈਕਸ਼ਨ ਲਾ ਜਾਓ, ਅਗਲੇ ਨੇ ਲਾਤਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਤੁਹਾਡੇ ਕੋਲ ਬਿਜਲੀ ਦਾ ਬਿੱਲ ਭਰਨ ਜੋਗਾ ਪੈਸਾ ਸੀ ਤਾਂ ਤੁਸੀਂ ਉਹ ਬਿੱਲ ਪਹਿਲਾਂ ਭਰਿਆ ਕਿਉਂ ਨਾ? ਜਦੋਂ ਅਗਲੇ ਡਾਂਗ ਲਿਆ ਕੇ ਮੋਢੇ ਤੇ ਰੱਖਤੀ, ਧੌਣ ਤੇ ਰੱਖ ਲਿਆ ਗੋਡਾ, ਉਸ ਵੇਲੇ ਤੁਹਾਨੂੰ ਬਿੱਲ ਭਰਨ ਦਾ ਵੀ ਚੇਤਾ ਆ ਗਿਆ। ਬਿਲਕੁਲ, ਕਈ ਕਰੋੜ ਰੁਪਈਏ ਦੀ ਵਸੂਲੀ ਸੁਖਨੈਬ ਜੀ ਪਿਛਲੇ ਦਿਨਾਂ ਦੇ ਵਿੱਚ ਪਾਵਰ ਕਾਮ ਨੇ ਕਰ ਲਈ ਹੈ। ਹੌਲੀ ਹੌਲੀ ਸਿਆਸੀ ਖੁਸ਼ਕੀ ਜਿਹੜੀ ਹੈ ਉਹ ਲੱਗਦਾ ਕਿ ਦੂਰ ਹੋ ਸਕਦੀ ਹੈ, ਕਿਉਂਕਿ ਆਰਥਿਕ ਤੌਰ ਦੇ ਉੱਤੇ ਪਾਵਰ ਕਾਮ ਦੇ ਖਜ਼ਾਨੇ ਦੇ ਵਿੱਚ ਰੌਣਕਾਂ ਜਿਹੜੀਆਂ ਆਉਣ ਲੱਗ ਪਈਆਂ। ਤੇ ਉਧਰ ਨਾਲ ਦੀ ਨਾਲ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਹਾਲਾਤ ਉਹੀ ਨੇ। ਨਗਰ ਕੌਂਸਲ ਦਫ਼ਤਰ ਦਾ ਕਨੈਕਸ਼ਨ ਵੀ ਕੱਟ ਦਿੱਤਾ, ਤਹਿਸੀਲ ਦਾ ਵੀ ਕੱਟ ਦਿੱਤਾ, ਸਟਰੀਟ ਲਾਈਟਾਂ 5 ਦਿਨ ਪਹਿਲਾਂ ਦੀਆਂ ਕਨੈਕਸ਼ਨ ਕੱਟਿਆ ਹੋਇਆ। 11 ਕਰੋੜ ਰੁਪਈਆ ਇਕੱਲੇ ਗੁਰਦਾਸਪੁਰ ਦੇ ਸਰਕਾਰੀ ਦਫ਼ਤਰਾਂ ਨੇ ਦੇਣਾ। ਤੇ ਇਹਦੇ ਨਾਲ ਨਾਲ ਹੁਣ ਜਿੱਥੋਂ ਤੱਕ ਤਹਿਸੀਲ ਦੀ ਗੱਲ ਹੈ, ਉਹ ਕਹਿੰਦੇ ਕਿ ਜੀ ਸਾਨੂੰ ਕੋਈ ਬਹੁਤਾ ਫਰਕ ਨਹੀਂ, ਸਾਡੇ ਕੋਲ ਜਨਰੇਟਰ ਹੈਗਾ, ਅਸੀਂ ਕੰਮ ਚਲਾ ਲਿਆ। ਪਰ ਬਾਕੀ ਥਾਵਾਂ ਦੇ ਉੱਤੇ ਜਿੱਥੇ ਜਨਰੇਟਰ ਨਹੀਂ, ਉੱਥੇ ਲੋਕਾਂ ਨੂੰ ਖੱਜਲ ਖਰਾਬ ਹੋ ਕੇ ਵਾਪਸ ਕਿਉਂ ਜਾਣਾ ਪੈ ਰਿਹਾ? ਇਹਦੇ ਬਾਰੇ ਕਿਤੇ ਨਾ ਕਿਤੇ ਸਥਾਨਕ ਅਧਿਕਾਰੀਆਂ ਨੂੰ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਜ਼ਰੂਰ ਪੈਣਗੇ। ਪਰ ਸਭ ਤੋਂ ਦਿਲਚਸਪ ਘਟਨਾ ਸ਼ਾਹਕੋਟ ਦੇ ਪਿੰਡ ਢੰਡੋਵਾਲ ਦੇ ਵਿੱਚ ਵਾਪਰੀ ਜੀ। ਸ਼ਾਹਕੋਟ ਕੁਹਾਰ ਸਾਹਿਬ ਦਾ ਹਲਕਾ, ਮੰਤਰੀ ਨੇ, ਟਰਾਂਸਪੋਰਟ ਮੰਤਰੀ ਨੇ, ਬੜੀ ਕਾਰ ਚੱਲੀ ਸੀ ਉਹਨਾਂ ਦੀ, ਪਤਾ ਨਹੀਂ ਸੀ ਲੱਗਦਾ ਕਿ ਭਾਈ ਫਿਰ ਚੱਲਦੀ ਕਾਰ ਦੇ ਵਿੱਚ ਹੀ ਸੌਂਦੇ ਆ, ਜਿੰਨਾ ਤੇਲ ਫੂਕਿਆ ਸੀ ਉਹਨਾਂ ਦੀ ਕਾਰ ਨੇ ਜੀ। ਹੁਣ ਸੁਖਨੈਬ ਜੀ ਢੰਡੋਵਾਲ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਦਾ ਕਨੈਕਸ਼ਨ ਪਾਵਰ ਕੰਮ ਵਾਲੇ ਕੱਟ ਦਿੰਦੇ ਕਿ ਭਾਈ ਤੁਸੀਂ ਪੈਸਾ ਤਾਂ ਨਹੀਂ ਦਿੱਤਾ, 4.5 ਲੱਖ ਰੁਪਇਆ ਬਕਾਇਆ ਖੜਾ। ਲੋਕਾਂ ਨੇ ਇਕੱਠ ਕੀਤਾ, 1.5 ਘੰਟੇ ਬਾਅਦ ਆ ਕੇ ਆਪ ਹੀ ਤਾਰਾਂ ਜੋੜ ਦਿੱਤੀਆਂ, ਕਹਿੰਦੇ ਤੁਸੀਂ ਕੱਟ ਕੇ ਗਿਆ ਕੱਟੋ ਤੇ ਸਾਨੂੰ ਜੋੜਨੀ ਆਉਂਦੀਆਂ ਸੀ ਜੋੜ ਦਿੱਤੀਆਂ। ਤੇ ਜਦੋਂ ਪੱਤਰਕਾਰ ਭਾਈਚਾਰੇ ਨੇ ਜਾ ਕੇ ਪੁੱਛਿਆ ਕਿ ਕਾਨੂੰਨ ਹੱਥ ਦੇ ਵਿੱਚ ਕਿਉਂ ਲੈਣੇ, ਉਹ ਕਹਿੰਦੇ ਬਿਲਕੁਲ ਗਲਤ ਗੱਲ ਹੈ। ਉਹ ਕਹਿੰਦੇ ਸਾਨੂੰ ਤਾਂ ਮੌਜੂਦਾ ਸਰਕਾਰ ਦਾ ਇੱਕ ਮੰਤਰੀ ਆਪ ਆ ਕੇ ਕਹਿ ਕੇ ਗਿਆ ਸੀ ਜਨਤਕ ਤੌਰ ਤੇ ਕਿ ਜਿਹੜਾ ਤੁਸੀਂ 100 ਰੁਪਈਆ ਮਹੀਨੇ ਦਾ ਇਕੱਠਾ ਕਰਕੇ ਪਾਣੀ ਵਾਲੀ ਟੈਂਕੀ ਦੇ ਬਿਜਲੀ ਦੇ ਬਿੱਲ ਹੀ ਦਿੰਦੇ ਆ, ਉਹ ਬਿੱਲ ਸਾਰੇ ਤੁਹਾਨੂੰ ਮਾਫ ਹੋ ਗਿਆ, ਤੁਹਾਨੂੰ ਕੋਈ ਪੈਸਾ ਇਕੱਠਾ ਕਰਨ ਦੀ ਦੇਣ ਦੀ ਲੋੜ ਨਹੀਂ। ਉਹ ਕਹਿੰਦੇ ਸਾਨੂੰ ਤਾਂ ਮੰਤਰੀ ਨੇ ਕਿਹਾ ਸੀ ਅਸੀਂ ਪੈਸੇ ਦੇਣੋ ਹਟ ਗਏ ਜੀ। ਤੇ ਹੁਣ ਸੁਖਨੈਬ ਜੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਉਹ ਕਹਿੰਦੇ ਜਾਂ ਤਾਂ ਮੰਤਰੀ ਨੂੰ ਕਹੋ ਕਿ ਆ ਕੇ ਆਖੇ ਕਿ ਮੈਂ ਉਦੋਂ ਝੂਠ ਬੋਲਿਆ ਸੀ। ਹੁਣ ਕਹਿੰਦੇ ਅਸੀਂ 4.5 ਲੱਖ ਰੁਪਈਆ ਇਕੱਠਾ ਨਹੀਂ ਦੇ ਸਕਦੇ, ਮਹੀਨੇ ਦਾ 100 ਰੁਪਈਆ ਦੇਣਾ ਜਿਹੜਾ ਸਾਨੂੰ ਥੋੜਾ ਜਿਹਾ ਸੌਖਾ ਸੀ। ਉਧਰ ਭਵਾਨੀਗੜ੍ਹ ਥਾਣੇ ਦਾ ਕਨੈਕਸ਼ਨ ਵੀ ਕੱਟਤਾ, 6 ਮਹੀਨੇ ਹੋ ਗਿਆ ਬਿੱਲ ਇਹਨਾਂ ਨੇ ਵੀ ਨਹੀਂ ਸੀ ਦਿੱਤਾ। ਤੇ ਸਾਰੇ ਪੰਜਾਬ ਦੇ ਵਿੱਚ ਕੱਟੇ ਗਏ ਕਨੈਕਸ਼ਨਾਂ ਦੀ ਗਿਣਤੀ 800 ਤੋਂ ਵੀ ਜਿਹੜੀ ਉਹ ਵੱਧ ਹੋ ਗਈ ਹੈ। ਸੋ ਵੇਖਦੇ ਹਾਂ ਕਿੰਨੀ ਕੁ ਦੇਰ ਜਿਹੜੀ ਹੈ ਸਖਤੀ ਪਾਵਰ ਕੰਮ ਦੀ ਇਸੇ ਤਰੀਕੇ ਚੱਲਦੀ ਹੈ। ਪਰ ਕਿਤੇ ਨਾ ਕਿਤੇ ਸੁਖਨੈਬ ਜੀ ਪੰਜਾਬ ਸਰਕਾਰ ਦੇ ਜਿਹੜੇ ਬਾਕੀ ਵਿਭਾਗ ਨੇ ਲੱਗਦਾ ਕਿ ਅਕਲ ਨੂੰ ਹੱਥੋਂ ਵੀ ਜ਼ਰੂਰ ਮਾਰਨਗੇ। ਤੇ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਸਰਕਾਰੀ ਪੈਸਾ ਦੱਬ ਕੇ ਬੈਠੇ ਆ ਤੇ ਮੁੱਛ ਖੜੀ ਰੱਖਦੇ ਆ, ਟੌਰ ਟੱਪੇ ਨਾਲ ਆ ਕੇ ਜਿਹੜਾ ਉਹ ਕੁਰਸੀ ਤੇ ਵੀ ਬੈਠ ਜਾਂਦੇ ਆ, ਪਤਾ ਇਹ ਵੀ ਹੁੰਦਾ ਕਿ ਡਿਫਾਲਟਰ ਹੈਗੇ ਆ, ਨਾ ਮੁਰਲਾ ਪੁੱਛਦਾ ਤੇ ਨਾ ਇਹ ਪੈਸੇ ਦਿੰਦੇ ਆ। ਪਰ ਇਦਾਂ ਦਾ ਵਰਤਾਰਾ ਪੰਜਾਬ ਸੂਬੇ ਦੀ ਆਰਥਿਕਤਾ ਤੇ ਸਿਆਸੀ ਸਥਿਤੀ ਦੇ ਲਈ ਬਿਲਕੁਲ ਵੀ ਵਾਜਿਬ ਨਹੀਂ ਜਾਪਦਾ ਜੀ। ਬਿਲਕੁਲ ਤੁਸੀਂ ਸਹੀ ਗੱਲ ਕੀਤੀ, ਪਰ ਨਾਲ ਇਹ ਹੈ ਜੀ ਕਿ ਜੇਲ੍ਹਾਂ ਨੇ ਤਾਂ ਚਲੋ ਇਹ ਕੰਮ ਕਰਨਾ ਹੁੰਦਾ, ਥਾਣੇ ਵਾਲਿਆਂ ਦਾ ਵੀ ਚੱਲ ਜਾਂਦਾ, ਹੁਣ ਤਾਂ ਜੋ ਜੱਜ ਹੈ ਉਹਨਾਂ ਦੇ ਕਨੈਕਸ਼ਨ ਵੀ ਕੱਟੇ ਜਾਣ, ਬਿੱਲ ਉਹਨਾਂ ਦਾ ਵੀ ਨਾ ਭਰਿਆ ਜਾਵੇ, ਸਵਾਲ ਤਾਂ ਖੜੇ ਹੁੰਦੇ ਆ। ਡਿਪਟੀ ਕਮਿਸ਼ਨਰਾਂ ਦੇ ਜਦੋਂ ਬਿੱਲ ਨਾ ਭਰੇ ਜਾਣ, ਉਦੋਂ ਵੀ ਫਿਰ ਵੱਡੇ ਜਿਹੜੇ ਆ ਜੀ ਕੁਐਸਚਨ ਮਾਰਕ ਲੱਗਦੇ ਆ। ਖੈਰ ਅੱਗੇ ਨੂੰ ਲੰਘਦੇ ਆ ਜੀ, ਬੀਬੀ ਲਕਸ਼ਮੀ ਕਾਂਤਾ ਚਾਵਲਾ ਹੋ ਰਿਹਾ ਜਿਹੜੇ, ਇਹ ਜਦੋਂ ਵੀ ਬੋਲਦੇ ਆ ਚਰਚਾ ਦੇ ਵਿੱਚ ਹੀ ਰਹਿੰਦੇ ਆ। ਹੁਣ ਨਵੀਂ ਚਰਚਾ ਕੀ ਹੈ ਬਟ ਸਾਹਿਬ? ਸੁਖਨੈਬ ਜੀ, ਭਾਰਤੀ ਜਨਤਾ ਪਾਰਟੀ ਦੀ ਨੇਤਾ ਬੀਬੀ ਲਕਸ਼ਮੀ ਕਾਂਤਾ ਚਾਵਲਾ ਬਹੁਤ ਤਜਰਬੇ ਵਾਲੀ ਬੀਬੀ ਵੀ ਹੈ ਤੇ ਬੇਬਾਕ ਵੀ ਹੈ ਜੀ। ਕਿਉਂਕਿ ਆਮ ਤੌਰ ਦੇ ਉੱਤੇ ਮਾੜਾ ਢੇਡਾ ਲੀਡਰ ਜਿਹੜਾ ਹੁੰਦਾ ਸਾਰੀ ਉਮਰ ਇਹੀ ਸੋਚ ਸੋਚ ਕੇ ਬੋਲੀ ਜਾਂਦਾ ਕਿ ਕਿਤੇ ਮੇਰੀ ਪਾਰਟੀ ਵਾਲੇ ਜਿਹੜੇ ਆ ਉਹ ਖਫਾ ਨਾ ਹੋ ਜਾਣ।
ਉਹ ਕਈ ਵਾਰੀ ਸੋਚਦਾ ਸੋਚਦਾ ਕਈ ਕੁਝ ਗਲਤ ਬੋਲ ਬੈਠਦਾ ਜਿਹਦੇ ਕਰਕੇ ਉਹਨੂੰ ਕਈ ਵਾਰੀ ਅਨੁਸ਼ਾਸਨੀ ਚਿੱਠੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੋਟਿਸ ਵੀ ਪ੍ਰਾਪਤ ਹੋ ਜਾਂਦੇ ਆ ਪਰ ਕਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਵਜ਼ਾਰਤ ਦੇ ਵਿੱਚ ਸਿਹਤ ਮੰਤਰੀ ਰਹਿ ਚੁੱਕੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਜਿਹੜੀ ਹੈ ਉਹ ਇੱਕ ਵਾਰ ਫਿਰ ਆਪਣੇ ਬਿਆਨ ਦੇ ਕਰਕੇ ਚਰਚਾ ਚ ਹੈ ਬਿਆਨ ਵੀ ਬੀਬੀ ਨੇ ਐਸਾ ਦਿੱਤਾ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਆਪਣੇ ਆਪ ਨੂੰ ਕਸੂਤੀ ਸਥਿਤੀ ਦੇ ਵਿੱਚ ਲਗਾਤਾਰ ਮਹਿਸੂਸ ਕਰ ਰਿਹਾ ਬੀਬੀ ਦਾ ਬਿਆਨ ਇਹਨਾਂ ਦੋਵਾਂ ਪਾਰਟੀਆਂ ਦੇ ਲੀਡਰਾਂ ਨੂੰ ਰਾਸ ਨਹੀਂ ਆ ਰਿਹਾ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਸੁਖਨੈਬ ਜੀ ਕੋਈ ਦਿਨ ਐਸਾ ਹੋਊਗਾ ਜਿਸ ਦਿਨ ਉਹ ਇਹ ਨਹੀਂ ਕਹਿੰਦੇ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਬਹੁਤ ਮਾੜੀ ਹੈ ਨਿਕੰਮੀ ਹੈ ਕੱਖ ਨਹੀਂ ਕੀਤਾ ਤੇ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਜਦੋਂ ਕਿਤੇ ਵੋਟਾਂ ਦਿੱਲੀ ਦੇ ਵਿੱਚ ਪੈ ਗਈਆਂ ਲੋਕਾਂ ਨੇ ਵੇਖਿਓ ਕਿਤੇ ਭੁਆ ਭੁਆ ਕੇ ਮਾਰਨੇ ਆ ਜੀ ਇਹ ਸਾਰੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਲੀਡਰ ਕਰਦੇ ਆ ਜਿਹੜੇ ਕਿ ਲੋਕਾਂ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਆ ਕਿ ਕੇਜਰੀਵਾਲ ਦੀ ਸਰਕਾਰ ਨਖਿੱਧ ਸਾਬਿਤ ਹੋਈ ਹੈ ਪਰ ਦੂਸਰੇ ਪਾਸੇ ਹੁਣ ਅਕਾਲੀ ਭਾਜਪਾ ਗੱਠਜੁੜ ਦੀ ਆਪਣੀ ਹੀ ਵੱਡੀ ਲੀਡਰ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਜੋ ਕੁਝ ਕਹਿ ਦਿੱਤਾ ਉਹਦੇ ਕਰਕੇ ਹੁਣ ਸਥਿਤੀਆਂ ਜਿਹੜੀਆਂ ਨੇ ਬੜੀਆਂ ਦਿਲਚਸਪ ਹੋ ਗਈਆਂ ਹੁਣ ਬੀਬੀ ਨੇ ਕਹਿ ਦਿੱਤਾ ਕਹਿੰਦੇ ਕਿ ਭਾਈ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਸਿੱਖਣਾ ਚਾਹੀਦਾ ਅਸੀਂ ਮਾੜੇ ਤੋਂ ਤਾਂ ਨਹੀਂ ਸਿੱਖਦੇ ਅਸੀਂ ਤਾਂ ਸਿੱਖਦੇ ਹਮੇਸ਼ਾ ਉਹਦੇ ਕੋਲੋਂ ਜਿਹੜਾ ਸਾਡੇ ਤੋਂ ਚੰਗਾ ਹੁੰਦਾ ਕਿਉਂਕਿ ਮਾੜੇ ਤੋਂ ਕੋਈ ਨਹੀਂ ਸਿੱਖਣਾ ਚਾਹੁੰਦਾ ਤੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਕਹਿ ਦਿੱਤਾ ਕਿ ਦਿੱਲੀ ਦੀ ਸਰਕਾਰ ਨੇ ਆਪਣੇ ਅਧੀਨ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਈਆਂ ਜਿਹੜਾ ਕਿਸੇ ਕਿੱਤੇ ਦੇ ਵਿੱਚ ਨਿਪੁੰਨ ਨਹੀਂ ਸੀ ਜਿਹਨੂੰ ਕੋਈ ਕੰਮ ਕਾਰ ਹੱਥੀ ਕਰਨਾ ਨਹੀਂ ਸੀ ਆਉਂਦਾ ਉਹਨੂੰ ਵੀ 13,500 ਰੁਪਇਆ ਘੱਟੋ ਘੱਟ ਮਹੀਨੇ ਦਾ ਦੇਣ ਦਾ ਜਿਹੜਾ ਇਹਨਾਂ ਨੇ ਹੁਕਮ ਕਹਿੰਦੇ ਜਾਰੀ ਕੀਤਾ ਤੇ ਲਾਗੂ ਵੀ ਹੋ ਗਿਆ ਤਨਖਾਹ ਕਹਿੰਦੇ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਆਖਿਆ ਜਿਹਦੇ ਨਾਲ ਕਿ ਇੱਕ ਕਰਮਚਾਰੀ ਆਪਣਾ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਘਰਵਾਲੀ ਦਾ ਬੱਚਿਆਂ ਦਾ ਬਜ਼ੁਰਗ ਮਾਤਾ ਪਿਤਾ ਦਾ ਢਿੱਡ ਭਰ ਸਕੇ ਤੇ ਜੇ ਕਹਿੰਦੇ ਉਹਨੂੰ ਠੀਕ ਤਰੀਕੇ ਤਨਖਾਹ ਹੀ ਨਾ ਮਿਲੀ ਉਹ ਬੰਦਾ ਸੱਜੇ ਖੱਬੇ ਜਾ ਕੇ ਕੋਈ ਹੋਰ ਕੰਮ ਕਰ ਲੱਭਦਾ ਉਹਦਾ ਪਰਿਵਾਰ ਵੀ ਡਿਸਟਰਬ ਹੋਏਗਾ ਤੇ ਹੋ ਸਕਦਾ ਕਿ ਲੋਕਾਂ ਦੇ ਨਾਲ ਉਹ ਇਮਾਨਦਾਰੀ ਵਾਲਾ ਵਿਵਹਾਰ ਵੀ ਨਾ ਕਰ ਸਕੇ ਤੇ ਬੀਬੀ ਚਾਵਲਾ ਨੇ ਤੇ ਇੱਥੋਂ ਤੱਕ ਵੀ ਕਹਿਤਾ ਕਹਿੰਦੇ ਤੁਹਾਡੀ ਸਿਆਸੀ ਲੜਾਈ ਹੈਗੀ ਆ ਲੱਖ ਹੋਊਗੀ ਤੁਸੀਂ ਲੜੋ ਸਿਆਸੀ ਤੌਰ ਤੇ ਠਿੱਬੀਆਂ ਇੱਕ ਦੂਜੇ ਨੂੰ ਲਾਓ ਪਰ ਜਦੋਂ ਤੱਕ ਕਹਿੰਦੇ ਸਰਕਾਰ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਗੱਲ ਹੈ ਉੱਥੇ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਦਿੱਲੀ ਵਰਗੇ ਘੱਟ ਸ਼ਕਤੀਆਂ ਵਾਲੇ ਸੂਬੇ ਤੋਂ ਸੇਧ ਜਿਹੜੀ ਉਹ ਜ਼ਰੂਰ ਲੈਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਇੱਕ ਕੰਮ ਦੀ ਗੱਲ ਇਹ ਵੀ ਕਹਿਤੀ ਉਹ ਕਹਿੰਦੇ ਤਨਖਾਹਾਂ ਪੂਰੀਆਂ ਦਿਓ ਨਹੀਂ ਤਾਂ ਤੁਹਾਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਕ੍ਰਾਂਤੀ ਹਮੇਸ਼ਾ ਭੁੱਖੇ ਢਿੱਡਾਂ ਦੇ ਵਿੱਚੋਂ ਪੈਦਾ ਹੁੰਦੀ ਹੈ ਉੱਥੋਂ ਜਨਮ ਲੈਂਦੀ ਹੈ ਹੁਣ ਬੀਬੀ ਚਾਵਲਾ ਨੇ ਤਾਂ ਸੁਖਨੈਬ ਜੀ ਕਹਿਣਾ ਸੀ ਆਖ ਕਹਿਤਾ ਉਹ ਤਾਂ ਕਹਿ ਕੇ ਘਰੇ ਚਲੇ ਗਏ ਸਰਾਣੇ ਥੱਲੇ ਬਾਂਹ ਦੇ ਕੇ ਸੌਂ ਗਏ ਪਰ ਦੂਜੇ ਪਾਸੇ ਹੁਣ ਪੱਤਰਕਾਰ ਭਾਈਚਾਰਾ ਭਾਲਦਾ ਫਿਰਦਾ ਸੱਤਾਧਾਰੀ ਅਕਾਲੀ ਭਾਜਪਾ ਲੀਡਰਾਂ ਨੂੰ ਤੇ ਲੀਡਰ ਭਾਲਦੇ ਫਿਰਦੇ ਨੇ ਰਸਤਾ ਕਿ ਭਾਈ ਕਿਤੇ ਪੱਤਰਕਾਰ ਕਿਸੇ ਨਾਲ ਟਾਕਰਾ ਨਾ ਹੋ ਜਾਏ ਕਿਉਂਕਿ ਪੱਤਰਕਾਰਾਂ ਨੇ ਮੁਹਰੇ ਬਿਆਨ ਰੱਖਣਾ ਕਿ ਤੁਸੀਂ ਤਾਂ ਦਿੱਲੀ ਸਰਕਾਰ ਦੀ ਲਾਪਾ ਕਰੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਕਿ ਕਿਸੇ ਕੰਮ ਦੀ ਸਰਕਾਰ ਨਹੀਂ ਤੇ ਦੂਜੇ ਪਾਸੇ ਆਹ ਵੇਖੋ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡਰ ਬੀਬੀ ਲਕਸ਼ਮੀ ਕਾਂਤਾ ਚਾਵਲਾ ਕਹਿੰਦੀ ਕੀ ਆ ਤੁਹਾਨੂੰ ਸਲਾਹਾਂ ਦਿੰਦੀ ਕੀ ਹੈ ਤੇ ਇਹਦੇ ਤੋਂ ਪਹਿਲਾਂ ਵੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਬੜੀ ਵਾਰ ਚਰਚਾ ਦੇ ਵਿੱਚ ਆਈ ਹੈ ਜਦੋਂ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਸੁਖਨੈਬ ਜੀ ਬਿਲਕੁਲ ਸਿਰ ਚੜ੍ਹ ਕੇ ਬੋਲ ਰਿਹਾ ਸੀ ਪੰਜਾਬ ਦੇ ਵਿੱਚ ਉਦੋਂ ਬਹੁਤ ਸਾਰੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹੀ ਆਖੀ ਜਾਂਦੇ ਸੀ ਉਹ ਨਹੀਂ ਨਹੀਂ ਜੀ ਕਰਜ਼ਾ ਕੁਰਜ਼ਾ ਇਹਨਾਂ ਦੇ ਸਿਰ ਹੈ ਨਹੀਂ ਇਹ ਤਾਂ ਵੱਡੇ ਵੱਡੇ ਸ਼ੌਂਕਾਂ ਦੇ ਮਾਰੇ ਹੋਏ ਨੇ ਇਹਨਾਂ ਨੂੰ ਤਾਂ ਘਰੇਲੂ ਕੋਈ ਸਮੱਸਿਆਵਾਂ ਹੋਣਗੀਆਂ ਫਾਹੇ ਤਾਂ ਲਈ ਜਾਂਦੇ ਆ ਇੱਥੋਂ ਤੱਕ ਕਿ ਕੇਂਦਰ ਸਰਕਾਰ ਨੂੰ ਵੀ ਇੱਕ ਵਾਰੀ ਪੰਜਾਬ ਸਰਕਾਰ ਨੇ ਰਿਪੋਰਟ ਭੇਜੀ ਸੀ ਕਿ ਸਾਡੇ ਤਾਂ 6 ਮਹੀਨੇ ਦੇ ਵਿੱਚ 5 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਦੂਜੇ ਪਾਸੇ ਸਾਡੀਆਂ ਯੂਨੀਵਰਸਿਟੀਆਂ ਦੇ ਸਰਵੇਖਣ ਕੁਝ ਹੋਰ ਦੱਸੀ ਜਾਂਦੇ ਸੀ ਤੇ ਉਸ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਤੇ ਵੀ ਅਕਾਲੀ ਭਾਜਪਾ ਗੱਠਜੋੜ ਦੇ ਨਾਲੋਂ ਬਿਲਕੁਲ ਵੱਖਰਾ ਸਟੈਂਡ ਲੈ ਕੇ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਬੀਬੀ ਲਕਸ਼ਮੀ ਕਾਂਤਾ ਚਾਵਲਾ ਖੜੀ ਹੋਈ ਸੀ ਤੇ ਜਦੋਂ ਮਾਮਲਾ ਜਿਹੜਾ ਉਹ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਦਾ ਆਇਆ ਉਸ ਵੇਲੇ ਵੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਕੋਈ ਪਰਵਾਹ ਨਹੀਂ ਸੀ ਕੀਤੀ ਤੇ ਆਖ ਦਿੱਤਾ ਸੀ ਕਿ ਬੰਦਾ ਕਰੋੜ ਕਰੋੜ ਰੁਪਇਆ ਲਾ ਕੇ MBBS ਦੀ ਪੜ੍ਹਾਈ ਕਰਦਾ ਹੈ ਤੇ ਜੇ ਸਰਕਾਰ ਇਸ ਤਰ੍ਹਾਂ ਦੇ ਇਸ਼ਤਿਹਾਰ ਦੇਊਗੀ ਕਿ ਤੁਹਾਨੂੰ 15,600 ਰੁਪਇਆ ਮਹੀਨੇ ਤੇ ਰੱਖਣਾ ਹੈ 3 ਸਾਲ ਤੁਹਾਡੀ ਤਨਖਾਹ ਵੀ ਨਹੀਂ ਵਧਣੀ ਤਾਂ ਉਹ ਕਹਿੰਦੇ ਇਹਦੇ ਤੋਂ ਵੱਧ ਪੜ੍ਹੇ ਲਿਖੇ ਡਿਗਰੀ ਧਾਰੀ ਨਿਪੁੰਨ ਲੋਕਾਂ ਦਾ ਸ਼ੋਸ਼ਣ ਕੋਈ ਹੋਰ ਹੋ ਨਹੀਂ ਸਕਦਾ ਸੋ ਵੇਖਦੇ ਹਾਂ ਜੀ ਕਿ ਬੀਬੀ ਲਕਸ਼ਮੀ ਕਾਂਤਾ ਚਾਵਲਾ ਦੇ ਇਸ ਬਿਆਨ ਦਾ ਪ੍ਰਭਾਵ ਕਿੰਨੀ ਕੁ ਦੇਰ ਕਾਇਮ ਰਹਿੰਦਾ ਹਾਲਾਤ ਇਹੋ ਜਿਹੇ ਬਣ ਗਿਆ ਬਾਟ ਸਾਹਿਬ ਕਿ ਅਕਾਲੀਆਂ ਤੇ ਬੀਜੇਪੀ ਵਾਲਿਆਂ ਵਾਸਤੇ ਕਹਿੰਦੇ ਜੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਆ ਗਈ ਹਨਾ ਖਾਣ ਤਾਂ ਕੋੜੀ ਜੇ ਛੱਡ ਦਿਆ ਤਾਂ ਕਲੰਕੀ ਸੋ ਉਹ ਹਾਲਾਤ ਹੈ ਬੀਬੀ ਨੇ ਕਦੇ ਨਾ ਕਦੇ ਖੰਡੇ ਬੀਜਣੇ ਹੁੰਦੇ ਕਿਉਂਕਿ ਆਪ ਤਾਂ ਉਹਨੇ ਕੋਈ ਅਹੁਦਾ ਲੈਣਾ ਨੀ ਹੁਣ ਉਹਨੂੰ ਨਾ ਬੱਤੀਆਂ ਦੀ ਝਾਕ ਹੈ ਜਿੰਨੀ ਦੇਰ ਉਹਨੇ ਚਲਾਈ ਵਧੀਆ ਆਪਦੀਆਂ ਚੰਮਦੀਆਂ ਚਲਾਈਆਂ ਤੇ ਹੁਣ ਇਹਨਾਂ ਨੂੰ ਚੱਲਦੇ ਕਰਨ ਦੇ ਵਾਸਤੇ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਕੋਸ਼ਿਸ਼ਾਂ ਬੀਬੀ ਦੀਆਂ ਹੋ ਰਹੀਆਂ
ਤੇ ਉਧਰ ਹਰਿਆਣਾ ਵਿਧਾਨ ਸਭਾ ਦੇ ਵਿੱਚ ਐਸ ਵਾਈ ਐਲ ਦਾ ਮੁੱਦਾ ਗੂੰਜਿਆ ਜੀ। ਦੂਸਰੇ ਪਾਸੇ ਕੱਲ ਜਿਹੜੇ ਅਨੈਲੋ ਵਾਲੇ ਸੀਗੇ ਉਹ ਵੀ ਪੰਜਾਬ ਦੇ ਪਾਣੀ ਲੈ ਗਏ ਨਾਲ, ਕਹਿੰਦੇ ਜੀ ਬੋਤਲ ਚ ਪਾ ਕੇ। ਸੁਖਦੇਵ ਜੀ ਪਤਾ ਨੀ ਬੋਤਲ ਵੀ ਨੀ ਦਿਸੀ ਮੈਨੂੰ ਲੱਗਦਾ, ਜਿੰਨਾ ਕੁ ਪਟਿਆਲੇ ਪੀ ਸਕਦੇ ਸੀ ਉਨਾ ਕੁ ਪੀ ਕੇ ਚਲੇ ਗਏ। ਕਹਿੰਦੇ ਹੁਣ ਘੱਗਰ ਦਾ ਤਾਂ ਪਾਣੀ ਬੜਾ ਸਵਾਦ ਹੈ, ਸਾਨੂੰ ਮਿਲਣਾ ਹੀ ਚਾਹੀਦਾ। ਤੇ ਹੁਣ ਹਰਿਆਣਾ ਵਿਧਾਨ ਸਭਾ ਦੇ ਬਾਹਰ ਵੀ ਜਿੱਥੇ ਐਸ ਵਾਈ ਐਲ ਦਾ ਮੁੱਦਾ ਚੁਟਾਲਿਆਂ ਦੇ ਕਰਕੇ ਬੜਾ ਭਾਰਾ ਭਾਰਾ ਜਿਹਾ ਹੋਇਆ ਪਿਆ, ਉੱਥੇ ਵਿਧਾਨ ਸਭਾ ਦੇ ਅੰਦਰ ਵੀ ਇਹ ਮੁੱਦਾ ਹਾਵੀ ਹੋਣਾ ਸ਼ੁਰੂ ਹੋ ਗਿਆ। ਰਾਜਪਾਲ ਕਪਤਾਨ ਸਿੰਘ ਸੋਲੰਕੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਕਰਨ ਲੱਗੇ ਆਉਂਦੇ ਭਾਸ਼ਣ ਦਿੱਤਾ, ਕਹਿੰਦੇ ਸਾਡੀ ਜਿਹੜੀ ਸੂਬਾ ਸਰਕਾਰ ਹੈ ਨਹਿਰ ਦੇ ਮੁੱਦੇ ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰੂ ਕਰਨੀ ਚਾਹੀਦੀ ਹੈ ਭਾਈ, ਹਰ ਇੱਕ ਸੂਬੇ ਦੇ ਚੁਣੇ ਹੋਏ ਪ੍ਰਤੀਨਿਧਾਂ ਦਾ ਫਰਜ਼ ਵੀ ਬਣਦਾ ਤੇ ਹੱਕ ਵੀ ਬਣਦਾ। ਫਿਰ ਵਾਰੀ ਆ ਗਈ ਇੰਡੀਅਨ ਨੈਸ਼ਨਲ ਲੋਕ ਦਲ ਦੇ ਚੁਟਾਲਿਆਂ ਦੀ। ਚੁਟਾਲਿਆਂ ਦੇ ਕਈ ਵਿਧਾਇਕਾਂ ਨੇ ਇੱਕ ਸੁਰ ਹੋ ਕੇ ਕਿਹਾ, ਉਹ ਕਹਿੰਦੇ ਸਾਡਾ ਤਾਂ ਬਹੁਤ ਅੱਗੇ ਦਾ ਪ੍ਰੋਗਰਾਮ ਹੈ, ਅਸੀਂ ਤਾਂ ਵੇਖੋ ਗ੍ਰਿਫਤਾਰੀਆਂ ਦਿੱਤੀਆਂ, ਦੋ ਸਾਡੇ ਮੈਂਬਰ ਪਾਰਲੀਮੈਂਟ ਅੰਦਰ ਰਹੇ ਆ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ, ਤੇ ਹੁਣ 15 ਮਾਰਚ ਨੂੰ ਕਹਿੰਦੇ ਅਸੀਂ ਸੰਸਦ ਘੇਰਨੀ ਹੈ। 15 ਮਾਰਚ ਨੂੰ ਐਲਾਨ ਇਹਨਾਂ ਨੇ ਕਰ ਦਿੱਤਾ ਕਿ ਦਿੱਲੀ ਦੇ ਜੰਤਰ ਮੰਤਰ ਤੇ ਅਸੀਂ ਧਰਨਾ ਦੇਣਾ। ਤੇ ਜਦੋਂ ਫਿਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਵਾਰੀ ਆਈ, ਆਰ ਐਸ ਐਸ ਦੇ ਬਹੁਤ ਚਹੇਤੇ ਨੇ, ਉਹ ਮਨੋਹਰ ਲਾਲ ਖੱਟਰ ਕਹਿੰਦੇ ਕਿ ਸੁਪਰੀਮ ਕੋਰਟ ਦਾ ਫੈਸਲਾ ਸਾਡੇ ਸੂਬੇ ਹਰਿਆਣੇ ਦੇ ਹੱਕ ਚ ਆਇਆ। ਰਾਸ਼ਟਰਪਤੀ ਭਾਰਤ ਨੂੰ ਕਹਿੰਦੇ ਅਸੀਂ ਜਾ ਕੇ ਮਿਲ ਚੁੱਕੇ ਹਾਂ, ਸਰਕਾਰ ਵੱਲੋਂ ਮੰਗ ਪੱਤਰ ਦੇ ਚੁੱਕੇ ਹਾਂ। ਤੇ ਤੀਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਕੁਝ ਹੁਣ ਇੰਡੀਅਨ ਨੈਸ਼ਨਲ ਲੋਕ ਦਲ ਯਾਨੀ ਕਿ ਚੁਟਾਲਿਆਂ ਦੀ ਪਾਰਟੀ ਕਰ ਰਹੀ ਹੈ ਉਹਦਾ ਕਾਨੂੰਨੀ ਤੌਰ ਦੇ ਉੱਤੇ ਕਿਸੇ ਨੂੰ ਕੋਈ ਲਾਭ ਨਹੀਂ, ਕੋਈ ਹਾਨੀ ਨਹੀਂ। ਹਾਂ ਇੰਨਾ ਜ਼ਰੂਰ ਕਹਿੰਦੇ ਹੋ ਸਕਦਾ ਕਿ ਇੰਡੀਅਨ ਨੈਸ਼ਨਲ ਲੋਕ ਦਲ ਕਦੇ ਨੌਵਾਂ ਦੇ ਨਾਲ ਕਦੇ ਕਈਆਂ ਦੇ ਨਾਲ ਜਿਹੜੀ ਇਹ ਨਹਿਰ ਪੱਟਣ ਜਾਂਦੀ ਹੈ ਉਹਦੇ ਕਰਕੇ ਹੋ ਸਕਦਾ ਕਿ ਅਦਾਲਤ ਨਾਰਾਜ਼ ਹੋ ਕੇ ਇਹ ਮਸਲੇ ਨੂੰ ਕਿਤੇ ਨਾ ਕਿਤੇ ਰੀਂਘੇ ਪਾ ਦੇ ਤੇ ਹਰਿਆਣੇ ਦੇ ਹਿੱਤਾਂ ਦੇ ਲਈ ਕਹਿੰਦੇ ਉਹ ਗੱਲ ਜਿਹੜੀ ਬਹੁਤ ਘਾਤਕ ਸਿੱਧ ਹੋਊ। ਫਿਰ ਇੰਡੀਅਨ ਨੈਸ਼ਨਲ ਲੋਕ ਦਲ ਦੀ ਵਾਰੀ ਆ ਗਈ, ਉਹ ਕਹਿੰਦੇ ਕਿ ਮਨੋਹਰ ਲਾਲ ਖੱਟਰ ਬੁਰੀ ਤਰ੍ਹਾਂ ਅਸਫਲ ਹੋਏ ਆ, ਉਹਨਾਂ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ ਸੀ, ਉਹਨਾਂ ਨੇ ਬਿਲਕੁਲ ਨਹੀਂ ਕੀਤਾ, ਇਸ ਕਰਕੇ ਤੁਰੰਤ ਮਨੋਹਰ ਲਾਲ ਖੱਟਰ ਨੂੰ ਇੱਕ ਅਸਫਲ ਮੁੱਖ ਮੰਤਰੀ ਹੋਣ ਦੇ ਕਰਕੇ ਅਸਤੀਫਾ ਦੇਣਾ ਚਾਹੀਦਾ। ਤੇ ਉਧਰ ਕਾਂਗਰਸ ਪਾਰਟੀ ਦੇ ਵਿਧਾਇਕ ਭਾਵੇਂ ਥੋੜੀ ਗਿਣਤੀ ਚ ਨੇ ਪਰ ਫਿਰ ਵੀ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਘੇਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੁਖਨੈਰ ਜੀ ਕਾਂਗਰਸ ਦੇ ਵਿਧਾਇਕਾਂ ਨੇ ਦੋ ਤਿੰਨ ਗੱਲਾਂ ਆਖੀਆਂ, ਉਹ ਕਹਿੰਦੇ ਰਾਜਸਥਾਨ ਚ ਸਰਕਾਰ ਭਾਜਪਾ ਦੀ, ਇਹਦੇ ਨਾਲ ਨਾਲ ਹਰਿਆਣੇ ਚ ਭਾਜਪਾ ਦੀ ਸਰਕਾਰ, ਪੰਜਾਬ ਚ ਸਾਂਝੀ ਭਾਜਪਾ ਦੀ ਸਰਕਾਰ, ਦਿੱਲੀ ਦੇ ਵਿੱਚ ਪੂਰਨ ਬਹੁਮਤ ਭਾਰਤੀ ਜਨਤਾ ਪਾਰਟੀ ਨੂੰ। ਇਸ ਕਰਕੇ ਕਹਿੰਦੇ ਜਦੋਂ ਕਿਸੇ ਪਾਰਟੀ ਨੂੰ ਉਹਨਾਂ ਸਾਰੇ ਖੇਤਰਾਂ ਦੇ ਵਿੱਚ ਬਹੁਮਤ ਪ੍ਰਾਪਤ ਹੋਵੇ ਜਿਹਨਾਂ ਖੇਤਰਾਂ ਦੇ ਵਿੱਚ ਉਸ ਮਸਲੇ ਦਾ ਨਿਬੇੜਾ ਹੋਣਾ, ਤਾਂ ਕਹਿੰਦੇ ਫਿਰ ਵੀ ਜੇ ਨਿਬੇੜਾ ਨਾ ਹੋਵੇ ਤਾਂ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਤਾਂ ਚਾਹੁੰਦੀ ਨਹੀਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋਣ, ਤੇ ਜਾਂ ਫਿਰ ਉਹਨਾਂ ਦੇ ਮਨ ਦੇ ਵਿੱਚ, ਨੀਅਤ ਦੇ ਵਿੱਚ, ਨੀਤੀ ਦੇ ਵਿੱਚ ਕੋਈ ਖੋਟ ਹੋਰ ਹੈ। ਤੇ ਇੱਥੇ ਸੁਖਨੈਬ ਜੀ ਇੱਕ ਬੜੀ ਅਹਿਮ ਗੱਲ ਇਹ ਵੀ ਵਾਪਰੀ, ਉਹ ਇਹ ਵਾਪਰੀ ਕਿ ਜਦੋਂ ਦੇ ਮਨੋਹਰ ਲਾਲ ਖੱਟਰ ਹਰਿਆਣੇ ਦੇ ਬਣੇ ਆ ਮੁੱਖ ਮੰਤਰੀ, ਆਰ ਐਸ ਐਸ ਦੇ ਬੜੇ ਨਜ਼ਦੀਕੀ ਨੇ, ਬੜਾ ਲੰਬਾ ਸਮਾਂ ਉਹਨਾਂ ਨੇ ਖਾਕੀ ਜੀ ਨਿੱਕਰ ਪਾ ਕੇ ਪਰੇਡ ਕੀਤੀ, ਹੁਣ ਤਾਂ ਭਾਵੇਂ ਚਲੋ ਉਹਨਾਂ ਨੂੰ ਪੈਂਟ ਪਾਉਣ ਦੀ ਛੋਟ ਦੇ ਦਿੱਤੀ ਗਈ ਆਰ ਐਸ ਐਸ ਵਾਲਿਆਂ ਨੂੰ, ਪਰ ਫਿਰ ਵੀ ਮਨੋਹਰ ਲਾਲ ਖੱਟਰ ਜਦੋਂ ਦੇ ਮੁੱਖ ਮੰਤਰੀ ਬਣੇ ਆ ਸਰਕਾਰ ਤੇ ਪਾਰਟੀ ਤੇ ਲੋਕਾਂ ਦੀ ਉਹਨਾਂ ਦੀ ਪਕੜ ਕਾਫੀ ਨਜ਼ਰ ਆਉਂਦੀ। ਪਰ ਪਹਿਲੀ ਵਾਰ ਹੋਇਆ ਕਿ ਮਨੋਹਰ ਲਾਲ ਖੱਟਰ ਦੇ ਖਿਲਾਫ ਉਹਨਾਂ ਦੀ ਆਪਣੀ ਹੀ ਭਾਰਤੀ ਜਨਤਾ ਪਾਰਟੀ ਦੇ 11 ਵਿਧਾਇਕਾਂ ਨੇ ਜਾ ਕੇ ਅਮਿਤ ਸ਼ਾਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਾਲ ਮੁਲਾਕਾਤ ਕੀਤੀ ਤੇ ਉੱਥੇ ਜਾ ਕੇ ਇਹ ਵੀ ਕਹਿ ਦਿੱਤਾ ਕਿ ਭਾਈ ਅਸੀਂ ਮੁਲਾਕਾਤ ਇਸ ਕਰਕੇ ਕਰਨ ਆਏ ਹਾਂ ਕਿਉਂਕਿ ਸਾਡੀ ਬਾਤ ਨੀ ਪੁੱਛਦੇ, ਸਾਡੀ ਹੀ ਪਾਰਟੀ ਦੇ ਮੁੱਖ ਮੰਤਰੀ ਖੱਟਰ ਸਾਹਿਬ, ਸਾਡੇ ਹਲਕਿਆਂ ਚ ਕੰਮ ਨੀ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਆਖਿਓ ਕਿ ਸਾਡੇ ਹਲਕਿਆਂ ਦੇ ਵਿੱਚ ਕੰਮ ਵੀ ਨਾ ਹੋਣ ਤੇ ਅਸੀਂ ਵੋਟਾਂ ਵੀ ਇੱਥੋਂ ਪੂਰੀਆਂ ਲੈ ਲਈਏ। ਤੇ ਨਾਲ ਦੀ ਨਾਲ ਇਹ ਪਹਿਲੀ ਵਾਰ ਹੈ ਕਿ ਇੱਕ ਪਾਸੇ ਤਾਂ ਹਰਿਆਣੇ ਦੇ ਜਾਟਾਂ ਨੇ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਦੇ ਨਾਤੇ ਕੰਮ ਕੀਤਾ ਹੋਇਆ ਤੇ ਦੂਸਰੇ ਪਾਸੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਜਿਸ ਤਰੀਕੇ ਪਾਣੀ ਦੇ ਮੁੱਦੇ ਤੇ ਇਹ ਸਾਰੀ ਸਰਗਰਮੀ ਵਿੱਢੀ ਹੋਈ ਹੈ, ਉਹਨੂੰ ਵੇਖਦਿਆਂ ਤਾਂ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਚੁਟਾਲਿਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਜਨ ਆਧਾਰ ਨੂੰ ਖੋਹਣ ਦਾ ਯਤਨ ਕੀਤਾ ਜਾ ਰਿਹਾ ਤੇ ਤੀਸਰੇ ਪਾਸੇ ਮਨੋਹਰ ਲਾਲ ਖੱਟਰ ਹੋਰਾਂ ਦੀ ਮੁਸੀਬਤ ਭਾਰਤੀ ਜਨਤਾ ਪਾਰਟੀ ਦੇ ਇਹਨਾਂ 11 ਬਾਗੀ ਹੋਣ ਨੂੰ ਫਿਰਦੇ ਵਿਧਾਇਕਾਂ ਨੇ ਜਿਹੜੀ ਉਹ ਕਾਫੀ ਹੱਦ ਤੱਕ ਵਧਾ ਵੀ ਦਿੱਤੀ ਹੈ ਜੀ। ਦੂਸਰਾ ਇਹ ਹੈ ਜੀ ਕਿ ਜੇ ਰਾਜਪਾਲ ਦੀ ਗੱਲ ਦੇਖੀਏ ਤਾਂ ਕਿਉਂਕਿ ਪੰਜਾਬ ਦਾ ਤੇ ਹਰਿਆਣੇ ਦਾ ਸਾਂਝਾ ਹੁੰਦਾ, ਉਹਦਾ ਹਾਲ ਮੇਰੇ ਖਿਆਲ ਚ ਫੁੱਟਬਾਲ ਵਾਲਾ ਹੁੰਦਾ, ਇਧਰੋਂ ਮਾਰੀ ਕੇ ਕੁਧਰ ਤੇ ਉਧਰੋਂ ਮਾਰੀ ਕੇ ਕੁਧਰ ਡੀ ਚ ਹੀ ਪਹੁੰਚਦਾ ਰਹਿੰਦਾ। ਜਦੋਂ ਪੰਜਾਬ ਚ ਹੁੰਦਾ ਜੀ ਉਦੋਂ ਪੰਜਾਬ ਦਾ ਗੁਣਗਾਣ ਕਰਕੇ ਹਰਿਆਣੇ ਨੂੰ ਨਿੰਦੀ ਜਾਂਦੇ, ਹਰਿਆਣੇ ਵਾਲੇ ਪਾਸੇ ਜਾਂਦੇ ਉਦੋਂ ਪੰਜਾਬ ਨੂੰ ਨਿੰਦੀ ਜਾਂਦੇ ਹੁੰਦੇ ਆ। ਕਈ ਵਾਰ ਤੇ ਇੱਕੋ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਬਿਆਨ ਬਦਲਨੇ ਪੈ ਜਾਂਦੇ ਜਿਹੜੇ ਕਿ ਆਪਾਂ ਵਿਰੋਧੀ ਵੀ ਹੁੰਦੇ ਆ। ਬਿਲਕੁਲ ਜੀ। ਸੋ ਹੁਣ ਪੰਜਾਬ ਦੇ ਕਾਰੋਬਾਰੀ ਆ ਕਹਿੰਦੇ ਜੀ ਚੁਣੌਤੀ ਦੇਵਾਂਗੇ ਸਰਕਾਰ ਨੂੰ, ਪਤਾ ਨੀ ਕਿਹੜੀ ਨੂੰ ਦੇਣਗੇ, ਨਵੀਂ ਨੂੰ ਕਿ ਆ ਜਿਹੜੀ ਚੱਲ ਰਹੀ ਹੈ ਜੀ ਮੌਜੂਦਾ। ਸੁਖਨੈਬ ਜੀ ਦੋ ਵਰਗ ਜਿਹੜੇ ਨੇ
ਉਹ ਕਦੇ ਕਦੇ ਲੱਗਦਾ ਹੁੰਦਾ ਕਿ ਸਰਕਾਰ ਦੇ ਵਿਰੋਧੀ ਰਹਿੰਦੇ ਆ, ਇੱਕ ਤਾਂ ਕਰਮਚਾਰੀ, ਦੂਜੇ ਵਪਾਰੀ ਤੇ ਕਾਰੋਬਾਰੀ। ਸਰਕਾਰ ਦੇ ਨਾਲ ਬਣਦੀ ਬੁਣਦੀ ਇਹਨਾਂ ਦੀ ਬਹੁਤੀ ਨਹੀਂ ਹੁੰਦੀ, ਜੇ 4-6 ਮਹੀਨੇ ਠੀਕ ਠਾਕ ਕੱਢ ਵੀ ਲੈਣ ਤੇ ਉਹਦੇ ਤੋਂ ਬਾਅਦ ਸੜਕਾਂ ਤੇ ਆ ਜਾਂਦੇ ਆ, ਕੋਈ ਨਾ ਕੋਈ ਇੱਟ ਖੜਕਾ ਚੱਲਦਾ ਰਹਿੰਦਾ। ਪਰ ਇੰਨਾ ਜ਼ਰੂਰ ਹੈ ਕਿ ਪੁਰਾਣੀ ਸਰਕਾਰ ਨੂੰ ਤਾਂ ਹੁਣ ਇਹਨਾਂ ਨੇ ਕੀ ਕਹਿਣਾ, ਕਿਉਂਕਿ ਪੁਰਾਣੀ ਸਰਕਾਰ ਜਿਹੜੀ ਆ ਉਹਦਾ ਸਮਾਂ ਬਹੁਤ ਥੋੜਾ ਰਹਿ ਗਿਆ, ਨਾ ਕੋਈ ਫੈਸਲਾ ਲੈਣ ਦੀ ਸ਼ਕਤੀ, ਕੋਡ ਆਫ ਕੰਡਕਟ ਲੱਗਾ ਹੋਣ ਦੇ ਕਰਕੇ ਉਹਨਾਂ ਦੇ ਹੱਥ 'ਚ ਹੈ। ਚੁਣੌਤੀ ਤਾਂ ਨਵੀਂ ਸਰਕਾਰ ਦੇ ਲਈ ਖੜੀ ਹੋਊ। ਹੁਣ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਪਹਿਲਾਂ ਯੋਜਨਾ ਬਣਾ ਕੇ ਪੰਜਾਬ ਦੇ ਕਾਰੋਬਾਰੀਆਂ ਤੇ ਵਪਾਰੀਆਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ, ਕਹਿੰਦੇ ਅਸੀਂ ਹੁਣ ਟੈਕਸ ਫੇਰ ਦੇਣਾ, ਅਸੀਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਰੌਣਕਾਂ ਫੇਰ ਲਿਆਉਣੀਆਂ, ਜੇ ਸਾਨੂੰ ਪੂਰੀਆਂ ਸਹੂਲਤਾਂ ਜਿਨ੍ਹਾਂ ਦਾ ਵਾਅਦਾ ਪੰਜਾਬ ਦੀ ਸਰਕਾਰ ਵੱਲੋਂ ਕੀਤਾ ਜਾਂਦਾ ਉਹ ਸਾਰੀਆਂ ਦੇਣ। ਪਰ ਵਪਾਰੀਆਂ ਦੀਆਂ ਜਥੇਬੰਦੀਆਂ ਦੀ ਲੁਧਿਆਣੇ 'ਚ ਮੀਟਿੰਗ ਹੋਈ, ਉੱਥੇ ਐਲਾਨ ਕੀਤਾ ਗਿਆ ਕਿ ਜੇਕਰ ਇੰਡਸਟਰੀ ਤੇ ਵਪਾਰ ਲਈ ਸਰਕਾਰ ਨੇ ਸਹੂਲਤਾਂ ਦਿੱਤੀਆਂ ਤਾਂ ਠੀਕ ਹੈ, ਨਹੀਂ ਤਾਂ ਅਸੀਂ ਫਿਰ ਬਣਦਾ ਟੈਕਸ ਜਿਹੜਾ ਸਰਕਾਰ ਨੂੰ ਜਮ੍ਹਾਂ ਨਹੀਂ ਕਰਾਉਣਾ। ਹੁਣ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਨਰਿੰਦਰ ਭਾਮਰਾ, ਉਹਨਾਂ ਨੇ ਲੁਧਿਆਣੇ ਦੇ ਵਿੱਚ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਤੋਂ ਬਾਅਦ ਇਹ ਆਖ ਦਿੱਤਾ, ਕਹਿੰਦੇ ਕਾਰੋਬਾਰ ਤੇ ਵਪਾਰ ਤੋਂ ਸਭ ਤੋਂ ਵੱਧ ਪੈਸਾ ਸਰਕਾਰ ਨੂੰ ਮਿਲਦਾ, ਜੇ ਵਿਧਾਇਕਾਂ, ਮੰਤਰੀਆਂ, ਮੁੱਖ ਮੰਤਰੀਆਂ ਨੂੰ ਤਨਖਾਹਾਂ ਮਿਲਦੀਆਂ ਤਾਂ ਕਾਰੋਬਾਰੀਆਂ ਦੇ ਸਿਰ ਤੇ, ਜੇ ਅੱਗੋਂ ਜਾ ਕੇ ਕਈ ਹੋਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ, ਕਈ ਨਵੇਂ ਪ੍ਰੋਜੈਕਟ ਸ਼ੁਰੂ ਕਰਨੇ ਆ ਉਹ ਕਾਰੋਬਾਰੀਆਂ ਦੇ ਪੈਸੇ ਤੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਅਸੀਂ ਇੱਕ ਮਿੰਟ ਵੀ ਲੇਟ ਹੋ ਜਾਈਏ ਆਪਣਾ ਕੋਈ ਟੈਕਸ ਜਮ੍ਹਾਂ ਕਰਾਉਣ ਤੋਂ ਤਾਂ ਐਕਸਾਈਜ਼ ਵਿਭਾਗ ਦੇ ਅਧਿਕਾਰੀ ਧੌਣ ਫੜ ਲੈਂਦੇ ਆ। ਪਰ ਹੁਣ ਕਹਿੰਦੇ ਆਹ ਜਿਹੜਾ ਕੁਝ ਚੱਲ ਰਿਹਾ ਇਹਦੇ ਵਿੱਚ ਸਾਨੂੰ ਵੈਟ ਵੀ ਦੇਣਾ ਪੈਂਦਾ, ਹਾਊਸ ਟੈਕਸ ਵੀ ਦੇਣਾ ਪੈਂਦਾ, ਵਾਟਰ ਸਪਲਾਈ ਦਾ ਟੈਕਸ ਵੀ ਦੇਣਾ ਪੈਂਦਾ, ਪਰ ਇਹਦੇ ਬਾਵਜੂਦ ਵੀ ਸਰਕਾਰ ਸਾਨੂੰ ਇੰਡਸਟਰੀ ਏਰੀਏ ਦੇ ਵਿੱਚ ਸਹੂਲਤ ਕੋਈ ਨਹੀਂ ਦਿੰਦੀ। ਕਹਿੰਦੇ ਪੰਜਾਬ ਦੇ ਜਿਹੜੇ ਮਰਜ਼ੀ ਇੰਡਸਟਰੀ ਏਰੀਏ ਦੇ ਵਿੱਚ ਜਾ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਕਿ ਉੱਥੇ ਕਿਸ ਤਰੀਕੇ ਦੇ ਮਾਹੌਲ ਦੇ ਵਿੱਚ ਕੰਮ ਜਿਹੜਾ ਉਹ ਕਰਨਾ ਪੈ ਰਿਹਾ। ਤੇ ਨਾਲ ਦੀ ਨਾਲ ਇਹ ਗੱਲ ਵੀ ਉਹਨਾਂ ਨੇ ਸਪਸ਼ਟ ਕਰ ਦਿੱਤੀ, ਉਹ ਕਹਿੰਦੇ ਜੇ ਸਾਡਾ ਵੈਟ ਰੀਫੰਡ ਸਮੇਂ ਸਿਰ ਨਾ ਹੋਇਆ, ਵੈਟ ਰੀਫੰਡ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕੀਤੀਆਂ ਗਈਆਂ, ਤਾਂ ਅਸੀਂ ਨਵੀਂ ਸਰਕਾਰ ਦੇ ਸਾਹਮਣੇ ਨੋ ਸਰਵਿਸ ਨੋ ਟੈਕਸ ਵਾਲਾ ਸੰਘਰਸ਼ ਜਿਹੜਾ ਹੋਰ ਵੀ ਜ਼ਿਆਦਾ ਤਿੱਖਾ ਕਰ ਦੇਵਾਂਗੇ। ਸੋ ਇਹ ਤਾਂ ਨਵੇਂ ਗੰਢੇ ਹੋਰ ਬੀਜੇ ਗਏ ਜੀ, ਮੇਰੇ ਖਿਆਲ ਦੇ ਵਿੱਚ ਪਤਾ ਨਹੀਂ ਵੀ ਉਹੀ ਕਿੱਕਰਾਂ ਦੇ ਆ ਜਾਂ ਕੁਛ ਹੋਰ ਹੈ, ਜਿਹੜੀ ਵੀ ਸਰਕਾਰ ਆਊਗੀ ਉਹਦੇ ਵਾਸਤੇ ਸਮੱਸਿਆਵਾਂ ਹੀ ਸਮੱਸਿਆਵਾਂ ਹੋਣਗੀਆਂ ਜੀ। ਮੁਲਾਜ਼ਮ ਹੈ 27,000 ਜਿਹਨਾਂ ਨੂੰ ਪੱਕੇ ਕਰਾਉਣ ਦਾ ਲੋਲੀਪੋਪ ਦਿੱਤਾ ਗਿਆ ਸੀ, ਪਰ ਉਹ ਵੀ ਲੈਮੀਨੇਟਡ ਸੀਗਾ ਜੀ, ਟੇਸਟ ਉਹਦੇ 'ਚ ਵੀ ਨਹੀਂ ਸੀ। ਸੋ ਉਹ ਮਸਲਾ, ਇਹ ਮਸਲਾ ਅਤੇ ਨਾਲ ਕਿਸਾਨਾਂ ਵਾਲਾ ਮਸਲਾ, ਕਿਉਂਕਿ ਲਿਫਟਿੰਗ ਹੋਣੀ ਹੈ ਕਣਕ ਅਤੇ ਸੌਦੇਬਾਜ਼ੀ ਵੀ ਹੋਣੀ ਹੈ, ਕੈਸ਼ ਕ੍ਰੈਡਿਟ ਲਿਮਿਟ ਹੈ ਜਿਹੜੀ ਉਹਦੇ ਵੱਲੋਂ ਪਹਿਲਾਂ ਹੀ ਸਰਿਆ ਪਿਆ, ਦੇਖਾਂਗੇ ਅੱਗੇ ਜਾ ਕੇ ਕੀ ਹੁੰਦਾ। ਅਤੇ ਜੇ ਅੱਗੇ ਆਪਾਂ ਦੇਖੀਏ ਜੀ ਤਾਂ ਪੰਜਾਬ ਦੇ ਵਿੱਚ ਪਾਣੀ ਵਾਲੀ ਬੱਸ ਦਾ ਫੇਰ ਕਹਿੰਦੇ ਜੀ ਟ੍ਰਾਇਲ ਹੋ ਗਿਆ ਮੁਕੰਮਲ, ਚੁੱਪ ਚਪੀਤੇ। ਦੂਜੀ ਬੱਸ ਹੈ, ਪਹਿਲਾਂ ਤਾਂ ਘੜੋਕਾ ਜਿਹਾ ਸੀ, ਉਹਨੂੰ ਬੱਸ ਕਹੀ ਗਏ, ਲੋਕ ਹੁਣ ਮੰਨਦੇ ਨਹੀਂ। ਬਟ ਸਾਹਿਬ, ਇਹੀ ਬੱਸ ਹੈ ਕਿ ਉਹੀ ਬੱਸ ਹੈ? ਨਾਇਬ ਜੀ, ਬੜੇ ਸਾਲ ਪਹਿਲਾਂ, ਤਕਰੀਬਨ 12-13 ਸਾਲ ਪਹਿਲਾਂ ਮੈਂ ਇੱਕ ਵਾਰੀ ਥੋੜੇ ਦਿਨਾਂ ਦੇ ਲਈ ਬੰਬੇ ਗਿਆ ਸੀ। ਉਦੋਂ ਇੰਡੀਆ ਗੇਟ ਤੋਂ ਇੱਕ ਸਮੁੰਦਰ ਦੇ ਵਿਚਾਲੇ ਗੁਫਾਵਾਂ ਬਣੀਆਂ ਹੋਈਆਂ ਨੇ, ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਆ ਪੁਰਾਣੇ ਸਮੇਂ ਦੀ। ਜਿਹੜੇ ਬੰਦੇ ਨੇ ਉਹਨਾਂ ਨੂੰ ਵੇਖਣ ਜਾਣਾ ਹੁੰਦਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ 250-200 ਰੁਪਈਆ ਟਿਕਟ ਲੱਗਦੀ ਸੀ, ਤਾਂ ਇੱਦਾਂ ਦੇ ਘੜੁੱਕੇ ਦੇ ਵਿੱਚ ਬੈਠ ਕੇ ਉਹ ਫਿਰ 1.5 ਘੰਟੇ ਦਾ ਸਫ਼ਰ ਪਾਣੀ ਦੇ ਵਿੱਚ ਕਰਾ ਦਿੰਦੇ ਸੀ। ਹਾਲਾਂਕਿ ਉਹ ਪਾਣੀ ਦੇ ਵਿੱਚ ਹੀ ਚੱਲਦਾ ਸੀ, ਸੜਕ ਤੇ ਨਹੀਂ ਸੀ ਚੱਲਦਾ, ਘੜੁੱਕੇ ਦਾ ਥੋੜਾ ਜਿਹਾ ਫਰਕ ਆ, ਪਰ ਉਹਦੀ ਬਿਲਕੁਲ ਰੂਪ, ਆਕਾਰ, ਸ਼ਕਲ ਤਕਰੀਬਨ ਇੱਦਾਂ ਦਾ ਹੁੰਦਾ ਸੀ। ਜਦੋਂ ਮੈਂ ਪਹਿਲੀ ਵਾਰੀ ਇਹ ਸਾਰਾ ਕੁਝ ਵੇਖਿਆ ਸੀ, ਅਖਬਾਰਾਂ ਦੇ ਵਿੱਚ ਫੋਟੋ ਦੇਖੀਆਂ, ਉਹਦੇ ਤੋਂ ਬਾਅਦ ਜਾ ਕੇ ਵੀ ਵੇਖਿਆ ਕਿ ਬੱਲੇ ਬੱਲੇ ਵੀ ਇੱਥੇ ਕੰਮ ਉਦਾਂ ਦਾ ਹੀ ਹੈ, ਮੈਨੂੰ ਪਹਿਲੀ ਵਾਰੀ ਦੇਸ਼ ਦੇ ਉੱਤੇ ਮਾਣ ਜਿਹਾ ਮਹਿਸੂਸ ਹੋਇਆ ਸੀ। ਮੈਂ ਕਿਹਾ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਭਾਈ ਅਮਰੀਕਾ ਬਹੁਤ ਤਰੱਕੀ ਕਰ ਗਿਆ, ਕਿੰਨੀ ਕੁ ਤਰੱਕੀ ਕਰ ਗਿਆ, ਆ ਜਿਹੜੀ ਬੱਸ ਉਹਨਾਂ ਨੇ ਹੁਣ ਸਾਨੂੰ ਬਣਾ ਕੇ ਭੇਜੀ ਹੈ, ਆ ਸਾਡੇ ਤਾਂ ਮੁੰਬਈ ਵਾਲੇ ਜਿਹੜੇ 15 ਸਾਲ ਪਹਿਲਾਂ ਬਣਾਈ ਫਿਰਦੇ ਸੀ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਨਹੀਂ ਭਾਈ, ਉਹ ਭੁਲੇਖਾ ਜਿਹਾ ਸੀ, ਅਮਰੀਕਾ ਵਾਲੇ ਅਮਰੀਕਾ 'ਚ ਹੀ ਨੇ, ਉਨਾ ਹੀ ਅੱਗੇ ਨੇ ਜਿੰਨਾ ਮੰਨਿਆ ਜਾਂਦਾ ਤੇ ਕਿਹਾ ਜਾਂਦਾ ਸੀ। ਇਹ ਤਾਂ ਸਾਡਾ ਆਪਣਾ ਹੀ ਸਮਾਨ ਸੀ ਜਿਹਨੂੰ ਰੰਗ ਰੂੰਗ ਕਰਕੇ ਜਿਹੜਾ ਇਸ ਤਰੀਕੇ ਦਾ ਬਣਾਇਆ ਗਿਆ ਕਿ ਉਹਦੇ ਵਿੱਚ ਉਪ ਮੁੱਖ ਮੰਤਰੀ ਸਾਹਿਬ ਬੈਠ ਕੇ ਝੂਟਾ ਜਿਹਾ ਲੈ ਸਕਣ, ਪੰਜਾਬ ਦੇ ਲੋਕਾਂ ਨੂੰ ਕਹਿ ਸਕਣ ਕਿ ਭਾਈ ਜੋ ਕਿਹਾ ਸੀ ਉਹ ਕਰਕੇ ਵਿਖਾਇਆ, ਤੇ ਉਹ ਜੋ ਕਿਹਾ ਸੀ ਉਹ ਕਰਕੇ ਵਿਖਾਉਣ ਵਾਲੀ ਜਿਹੜੀ ਨੀਤੀ ਹੈ ਉਹ ਇੱਕ ਦਿਨ ਲਈ ਚੱਲੀ, ਇੱਕ ਝੂਟਾ ਜਿਹਾ ਲਿਆ, ਤੇ ਝੂਟਾ ਲੈਣ ਤੋਂ ਬਾਅਦ ਉਹ ਬੱਸ ਜਿਹੜੀ ਹੈ ਜਾਂ ਘੜੁੱਕਾ ਜਿਹੜਾ ਉਹ ਗੈਰਾਜ ਦੇ ਵਿੱਚ ਖੜਾ ਹੋ ਗਿਆ। ਫਿਰ ਜਿੱਦਣ ਉਹਨੂੰ ਵਾਪਸ ਲੈ ਕੇ ਜਾਣਾ ਸੀ ਉਹਦੇ ਤੋਂ ਪਹਿਲਾਂ ਬੜੇ ਡਰਾਮੇ ਹੋਏ। ਇੱਕ ਵਿਭਾਗ ਦੇ ਅਧਿਕਾਰੀ ਨੇ ਸੁਖਨੈਬ ਜੀ ਕਹਿ ਦੇਣਾ ਜੀ ਪਾਣੀ ਦਾ ਪੱਧਰ ਘੱਟ ਹੈ ਇਸ ਕਰਕੇ ਅਜੇ ਉਹ ਬੱਸ ਚੱਲ ਨਹੀਂ ਸਕਦੀ। ਦੂਜੇ ਅਧਿਕਾਰੀ ਨੇ ਕਹਿ ਦੇਣਾ ਜੀ ਉਹ ਬੱਸ ਨੂੰ ਚਲਾਉਣ ਦੇ ਲਈ ਲਾਇਸੈਂਸ ਹੈ ਨਹੀਂ ਸੀ, ਇਸ ਕਰਕੇ ਜਦੋਂ ਤੱਕ ਡਿਪਾਰਟਮੈਂਟ ਲਾਇਸੈਂਸ ਨਹੀਂ ਦਿੰਦਾ ਉਨੀ ਦੇਰ ਬੱਸ ਨਹੀਂ ਚੱਲ ਸਕਦੀ।
ਤੀਜੇ ਅਧਿਕਾਰੀ ਨੂੰ ਪੁੱਛਣਾ, ਉਹਨੇ ਕਹਿਣਾ ਜੀ ਜਿਹਨਾਂ ਨੇ ਬੱਸ ਚਲਾਉਣੀ ਆ ਪਾਣੀ ਵਾਲੀ, ਉਹ ਗੋਆ ਟ੍ਰੇਨਿੰਗ ਲੈਣ ਗਏ ਆ, ਜਦੋਂ ਉਹਨਾਂ ਦੀ ਟ੍ਰੇਨਿੰਗ ਮੁਕੰਮਲ ਹੋ ਜੂਗੀ ਉਹਦੇ ਤੋਂ ਬਾਅਦ ਅਸੀਂ ਬੱਸ ਚਲਾਉਣੀ ਆ। ਪਰ ਹੁਣ ਅਚਾਨਕ ਪੁਰਾਣਾ ਘੜੋਕਾ ਮੋੜ ਦਿੱਤਾ ਹੈ ਤੇ ਨਵੀਂ ਚੰਗੀ ਹਾਲਤ ਵਾਲੀ ਬੱਸ ਜਿਹੜੀ ਆ ਲਿਆ ਕੇ ਗਰਾਜ ਦੇ ਵਿੱਚ ਖੜੀ ਕਰਤੀ ਸੀ। ਇਹ ਬੱਸ ਸੁਖਨੈਬ ਜੀ ਸੱਚੀਓ ਚੰਗੀ ਆ ਵੇਖਣ ਨੂੰ ਵੀ, ਤੇ ਵੈਸੇ ਵੀ ਇਹਦਾ ਚਿਹਰਾ ਮੋਹਰਾ ਦੱਸਦਾ ਹੈ ਕਿ ਪੈਸੇ ਚਾਰ ਲੱਗੇ ਵੀ ਹੋਏ ਆ ਤੇ ਉਹਨਾਂ ਪੈਸਿਆਂ ਨੂੰ ਲਾਉਣ ਦੇ ਲਈ ਕਾਫੀ ਜ਼ਿਆਦਾ ਸਮਾਂ ਜਿਹੜਾ ਉਹਨਾਂ ਦਾ ਅਜਾਈ ਵੀ ਗਿਆ। ਹੁਣ ਇਹ ਬੱਸ ਕਦੋਂ ਕ ਚੱਲਦੀ ਹੈ? ਕ੍ਰਿਸ਼ਨਾ ਕੰਪਨੀ ਦੇ ਜਿਹਨਾਂ ਨੇ ਬੱਸ ਚਲਾਉਣੀ ਹੈ ਉਹਦੇ ਜਿਹੜੇ MD ਨੇ ਉਹਨਾਂ ਨੇ ਤਾਂ ਗੱਲ ਸਪਸ਼ਟ ਕਰ ਦਿੱਤੀ ਹੈ। ਉਹ ਕਹਿੰਦੇ ਕਿ ਮੈਂ ਸੰਜੀਵ ਅਗਰਵਾਲ ਹਾਂ, MD ਹਾਂ ਇਸ ਕੰਪਨੀ ਦਾ, ਤੇ ਅਸੀਂ 15 ਦਿਨਾਂ ਦੇ ਵਿੱਚ ਵਿੱਚ ਸੈਲਾਨੀਆਂ ਨੂੰ ਹਰੀਕੇ ਪੱਤਣ ਝੀਲ ਦੇ ਆਪਾਂ ਦਰਸ਼ਨ ਦੇ ਦਾਰੇ ਵਿੱਚ ਲਿਜਾ ਕੇ ਕਰਾਵਾਂਗੇ। ਪਾਣੀ ਵਾਲੀ ਬੱਸ ਦੇ ਵਿੱਚ ਇਹ ਲੋਕ ਜਿਹੜੇ ਬੈਠਿਆ ਕਰਨਗੇ। ਪਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਯਕੀਨ ਅਜੇ ਵੀ ਨਹੀਂ ਆਉਂਦਾ। ਉਹ ਕਹਿੰਦੇ ਜੇ ਪਹਿਲੀ ਬੱਸ ਲਿਆ ਕੇ ਉਦਘਾਟਨ ਕਰਾ ਕੇ ਬਿਨਾਂ ਐਲਾਨ ਕੀਤਿਆਂ ਮੋੜੀ ਜਾ ਸਕਦੀ ਹੈ ਤੇ ਨਵੀਂ ਬੱਸ ਲਿਆਂਦੀ ਜਾ ਸਕਦੀ ਹੈ ਤੇ ਇਹਨਾਂ ਦਾ ਕੀ ਪਤਾ ਕਿ ਕੱਲ ਨੂੰ ਕਰਨਾ ਕੀ ਹੈ। ਪਰ ਕੁੱਲ ਮਿਲਾ ਕੇ ਨਵੀਂ ਬੱਸ ਦਾ ਟ੍ਰਾਇਲ ਹੋ ਚੁੱਕਾ ਜੀ, ਪੱਤਰਕਾਰਾਂ ਨੂੰ ਫੋਟੋ ਤੱਕ ਖਿੱਚਣ ਤੋਂ ਰੋਕਿਆ ਗਿਆ। ਇਹ ਕਹਿ ਕੇ ਕਿ ਅਜੇ ਟ੍ਰਾਇਲ ਨਹੀਂ ਭਾਈ ਅਸੀਂ ਕਰ ਰਹੇ, ਅਸੀਂ ਤਾਂ ਵੈਸੇ ਇੰਸਪੈਕਸ਼ਨ ਕਰ ਰਹੇ ਹਾਂ, ਪਰ ਕਿਸੇ ਵੀ ਵੇਲੇ ਦੁਬਾਰਾ ਇਹ ਕੰਮ ਸ਼ੁਰੂ ਹੋ ਸਕਦਾ। ਪਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸ਼ੁਰੂ ਹੁੰਦਾ, ਇਹ ਬਾਅਦ ਵਿੱਚ ਵੇਖਣ ਵਾਲੀ ਗੱਲ ਇਹ ਹੋਏਗੀ ਜੀ। ਮੇਰੇ ਖਿਆਲ ਦੇ ਵਿੱਚ ਆਮ ਬੰਦੇ ਇਹਦੇ ਵਿੱਚ ਵੀ ਨਹੀਂ ਚੜ੍ਹਨੇ ਜੀ, ਅਗਲੇ ਨੇ ਸੋਚਣਾ ਨਾ ਹੇਠਾਂ ਸੜਕ ਨਾ ਉੱਤੇ ਸੜਕ, ਜੇ ਕਿਤੇ ਖਰਾਬ ਹੋ ਗਈ ਧੱਕਾ ਕਿੱਥੇ ਲਾਵਾਂਗੇ ਉੱਤਰ ਕੇ, ਕਿਉਂਕਿ ਯਕੀਨ ਨਹੀਂ ਨਾ ਜੀ ਜਿਹੋ ਜਿਹੀ ਜਿਹੜੇ ਲੀਡਰ ਦੇ ਬਿਆਨ ਆ ਜੀ ਉਹੋ ਜਿਹਾ ਕੰਮ ਹੋਊ, ਕਹਿੰਦਾ ਜਿਹੋ ਜਿਹਾ ਮੇਰਾ ਕਹਿੰਦਾ ਅੰਨ ਪਾਣੀ ਉਹੋ ਜਿਹਾ ਮੇਰਾ ਕੰਮ ਜਾਣੀ। ਤੇ ਨਾਲ ਇਹ ਹੈ ਜੀ ਕਿ ਬਾਦਲ ਪਰਿਵਾਰ ਹੁਣ ਸਰਗਰਮ ਹੁੰਦਾ ਜਾ ਰਿਹਾ, ਫੇਰ ਪੰਜਾਬ ਦੇ ਵਿੱਚ ਇੱਕ ਵਾਰ ਬੜਾ ਮਿਊਟ ਮੂਡ ਦੇ ਵਿੱਚ ਚੱਲ ਗਿਆ ਸੀ। ਦਿੱਲੀ ਦੀ ਇਲੈਕਸ਼ਨ ਸੀ ਉਦੋਂ ਬੜੇ ਚੁੱਪ ਰਹੇ ਜੀ, ਤੇ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਹੋ ਰਿਹਾ ਜਿਹੜੇ ਉਹ ਸਰਗਰਮ ਹੋ ਗਏ ਨੇ, ਆਪਦੇ ਦਿਓਰ ਨੂੰ ਵੀ ਉਹਨਾਂ ਨੇ ਤਾਨੇ ਮਿਹਣੇ ਮਾਰੇ ਆ ਤੇ ਨਾਲ ਭਗਵੰਤ ਮਾਨ ਹੋਰਾਂ ਨੂੰ ਵੀ ਆੜੇ ਹੱਥੀ ਲਿਆ। ਮਾਮਲਾ ਕੀ ਹੈ? ਤਖਲੈਬ ਜੀ ਜਿੰਨੇ ਮਰਜ਼ੀ ਚੁੱਪ ਰਹਿ ਕੇ ਹੁਣ ਬੋਲਦੇ ਹੁਣ ਬੀਬੀ ਹਰਸਿਮਰਤ ਕੌਰ ਬਾਦਲ, ਪਰ ਟਾਈਮਿੰਗ ਜਿਹੜੀ ਹੈ ਉਹ ਮਨਜੀਤ ਸਿੰਘ ਗ੍ਰੇਟਰ ਕਲਾਸ਼ ਵਰਗੀ ਨਹੀਂ ਹੋ ਸਕਦੀ ਜੀ। ਤਿੰਨ ਦਿਨ ਪਹਿਲਾਂ ਫੈਸਲਾ ਆਉਂਦਾ ਕਿ ਭਾਈ ਅਕਾਲੀ ਦਲ ਨੂੰ ਹਮਾਇਤ ਦਿਓ ਡੇਰਾ ਸਿਰਸਾ, ਚੁੱਪ, ਬਿਲਕੁਲ ਚੁੱਪ, ਜਿੱਦਾਂ ਸੈੱਲ ਕੱਢੇ ਹੁੰਦੇ ਆ ਕਾਰ ਦੇ ਵਿੱਚੋਂ। ਜਿੱਦਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਪੈਂਦੀਆਂ, 16 ਮਿੰਟ ਬਿਆਨ ਆ ਜਾਂਦਾ ਮਨਜੀਤ ਸਿੰਘ ਜੀ ਕੇ ਹੋਰਾਂ ਦਾ, ਕੋਈ ਬੜੀ ਮਾੜੀ ਗੱਲ ਹੈ ਜੀ, ਸਾਡਾ ਸਿੱਖ ਧਰਮ ਵਾਲਿਆਂ ਦਾ ਬੜਾ ਤਕੜਾ ਵਿਰੋਧ ਹੈ ਇਹਨਾਂ ਦੇ ਨਾਲ, ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਤੇ ਇੱਧਰ ਬੀਬੀ ਬਾਦਲ ਹੋ ਰਹੀ ਤਾਂ ਹੁਣ 23 ਦਿਨ ਹੋ ਗਏ ਸੀ ਵਿਧਾਨ ਸਭਾ ਚੋਣਾਂ ਦਾ ਰੌਲਾ ਰੱਪਾ ਮੁੱਕਿਆ, ਹੋਰ ਵੀ ਕਈ ਕੁੱਝ ਮੁੱਕਿਆ, ਬੜੇ ਲੰਬੇ ਸਮੇਂ ਬਾਅਦ ਲੱਗਦਾ ਕਿ ਉਹਨਾਂ ਨੇ ਆਪਣੀ ਥਕਾਵਟ ਲਾ ਕੇ ਹੁਣ ਬਿਆਨ ਦਿੱਤਾ ਹੈ। ਪਰ ਇਸ ਬਿਆਨ ਤੋਂ ਬਾਅਦ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਫੀ ਸਿਆਸੀ ਤੌਰ ਤੇ ਸਰਗਰਮੀ ਵਾਲਾ ਸਮਾਂ ਹੋ ਸਕਦਾ ਹੈ। ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਸਾਬਕਾ ਵਿੱਤ ਮੰਤਰੀ ਨੇ ਤੇ ਭਗਵੰਤ ਮਾਨ ਮੌਜੂਦਾ ਮੈਂਬਰ ਪਾਰਲੀਮੈਂਟ ਨੇ, ਕਦੇ ਦੋਵੇਂ ਸਾਥੀ ਵੀ ਰਹੇ ਆ ਪਰ ਇਸ ਵੇਲੇ ਅੱਡੋ ਅੱਡ ਪਾਰਟੀਆਂ ਚ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਵੱਖ ਵੱਖ ਮੁੱਦਿਆਂ ਤੇ ਆਲੋਚਨਾ ਕੀਤੀ ਸੀ, ਕਿਹਾ ਸੀ ਕਿ ਭਾਈ ਮੋਦੀ ਸਾਹਿਬ ਦੇ ਪੱਲੇ ਕੱਖ ਨੀ ਰੌਲਾ ਰੱਪਾ ਹੀ ਆ। ਹੁਣ ਬੀਬੀ ਬਾਦਲ ਨੂੰ ਬੜਾ ਗੁੱਸਾ ਲੱਗਾ, ਅਗਲੀ ਵਜ਼ੀਰ ਹੈ ਭਾਈ, ਕੈਬਨਿਟ ਮੰਤਰੀ ਹੈ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਤਾਂ ਕਿਵੇਂ ਸੁਣੇ ਉਹਨਾਂ ਦੇ ਬਾਰੇ ਮਾੜਾ ਚੰਗਾ ਸ਼ਬਦ ਕੋਈ? ਉਹਨਾਂ ਨੇ ਭਗਵੰਤ ਮਾਨ ਨੂੰ ਸ਼ਰਾਬੀ ਕਿਹਾ ਤੇ ਦੂਜੇ ਪਾਸੇ ਅਵਸਰਵਾਦੀ ਕਹਿ ਦਿੱਤਾ ਮਨਪ੍ਰੀਤ ਬਾਦਲ ਨੂੰ ਕਿ ਭਾਈ ਇਹ ਬੰਦਾ ਤਾਂ ਸਮਾਂ ਵੇਖਦਾ, ਜਿਧਰਲੇ ਪਾਸੇ ਨੂੰ ਭਾਰ ਹੁੰਦਾ ਉਧਰਲੇ ਪਾਸੇ ਨੂੰ ਉੱਡ ਜਾਂਦਾ। ਭਗਵੰਤ ਮਾਨ ਦੇ ਬਾਰੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਲੋਕਾਂ ਦੇ ਸਾਹਮਣੇ ਜਾ ਕੇ ਦਾਅਵਾ ਕਰੀ ਜਾਂਦੇ ਆ ਕਿ ਭਾਈ ਸਰਕਾਰ ਸਾਡੀ ਬਣ ਜਾਣੀ ਹੈ 11 ਤਰੀਕ ਤੋਂ ਬਾਅਦ, ਜੇ ਅਸੀਂ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਾ ਕਰ ਸਕੇ ਤਾਂ ਸਾਡੇ ਭਾਵੇਂ ਪੱਥਰ ਮਾਰਿਓ। ਤਾਂ ਬੀਬੀ ਬਾਦਲ ਕਹਿੰਦੇ ਕਿ ਪੱਥਰ ਤਾਂ ਪਹਿਲਾਂ ਸੰਗਰੂਰ ਆਰੇ ਮਾਰਨਗੇ ਭਗਵੰਤ ਮਾਨ ਦੇ, ਜਿਹਨਾਂ ਨੇ 2 ਲੱਖ ਤੋਂ ਵੱਧ ਵੋਟਾਂ ਨਾਲ ਜਿਤਾਇਆ ਤੇ ਉਹਦੇ ਤੋਂ ਬਾਅਦ ਇੱਕ ਵੀ ਪ੍ਰੋਜੈਕਟ ਇਸ ਹਲਕੇ ਦੇ ਲਈ ਨਵਾਂ ਭਗਵੰਤ ਮਾਨ ਲਿਆ ਨਹੀਂ ਸਕੇ, ਕੋਈ ਨਵਾਂ ਕੰਮ ਐਸਾ ਨਹੀਂ ਕਰ ਸਕੇ ਜਿਹਨੂੰ ਕਿ ਹਲਕੇ ਦੇ ਲੋਕ ਉਂਗਲਾਂ ਦੇ ਉੱਤੇ ਗਿਣਾ ਸਕਣ ਕਿ ਭਾਈ ਸਾਡੇ ਬੰਦੇ ਨੇ ਤਾਂ ਚੰਗਾ ਕੰਮ ਕੀਤਾ ਸੀ ਉਹਦੇ ਨਾਲ ਹੀ ਆ ਜੀ। ਇਹ ਵੀ ਗੱਲ ਉਹਨਾਂ ਨੇ ਆਖ ਦਿੱਤੀ। ਉਹ ਕਹਿੰਦੇ ਕਿ ਇਸ ਵੇਲੇ ਹਾਲਾਤ ਇਹ ਵੀ ਹੋਏ ਪਏ ਆ ਕਿ ਭਗਵੰਤ ਮਾਨ ਦਾ ਧਿਆਨ ਸੰਗਰੂਰ ਦੇ ਲੋਕਾਂ ਪ੍ਰਤੀ, ਵੋਟਰਾਂ ਦੇ ਪ੍ਰਤੀ ਬਿਲਕੁਲ ਨਹੀਂ, ਤੇ ਭਗਵੰਤ ਮਾਨ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਬੈਠਾ ਤੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਚੜ੍ਹਨ ਦੇ ਲਈ ਬਿਲਕੁਲ ਤਿਆਰ ਬੈਠਾ, ਫਿਰ ਬੀਬੀ ਬਾਦਲ ਮਨਪ੍ਰੀਤ ਬਾਦਲ ਲੱਗ ਗਏ। ਉਹ ਕਹਿੰਦੇ ਮਨਪ੍ਰੀਤ ਬਾਦਲ ਕੌਣ ਹੁੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਪੋਰਟ ਕਾਰਡ ਲਿਖਣ ਵਾਲਾ? ਮਨਪ੍ਰੀਤ ਬਾਦਲ ਨੂੰ ਕਹਿੰਦੇ ਆਪਣੀ ਹੈਸੀਅਤ ਵੇਖਣੀ ਚਾਹੀਦੀ, ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਕੱਦ ਬੁੱਤ, ਉਹਨਾਂ ਦਾ ਸਨਮਾਨ ਵੇਖਣਾ ਚਾਹੀਦਾ। ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਦੇ ਰੂਪ ਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਇਆ। ਹੁਣ ਇੱਥੇ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਜੇ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਦੇ ਰੂਪ ਦੇ ਵਿੱਚ ਫੇਲ ਸੀ, ਅਸਫਲ ਸੀ, ਉਹਦੇ ਪੱਲੇ ਹੀ ਕੁਝ ਨਹੀਂ ਸੀ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਹਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਆਪ ਲਾਉਣਾ ਚਾਹੀਦਾ ਸੀ। ਅਕਾਲੀ ਦਲ ਨੇ ਉਹਨੂੰ ਨਹੀਂ ਲਾਇਆ, ਉਹ ਆਪ ਆਪਣੀ ਪਾਰਟੀ ਤੇ ਵਿੱਤ ਮੰਤਰੀ ਦਾ ਅਹੁਦਾ ਛੱਡ ਕੇ ਗਿਆ, ਤਾਂ ਤੁਸੀਂ ਭਾਈ ਉਹਨੂੰ ਬਰਦਾਸ਼ਤ ਕਿਉਂ ਕਰਦੇ ਰਹੇ ਪੰਜਾਬ ਦੇ ਲੋਕਾਂ ਦੇ ਲਈ ਜੇ ਉਹ ਬੰਦਾ ਇੰਨਾ ਹੀ ਗਲਤ ਸੀ?
ਨਾਲ ਦੀ ਨਾਲ ਅਗਲੀ ਗੱਲ ਬੀਬੀ ਬਾਦਲ ਨੇ ਵੀ ਕਰ ਦਿੱਤੀ। ਉਹ ਕਹਿੰਦੇ ਕਿ ਇਸ ਵੇਲੇ ਹਾਲਾਤ ਇਹ ਵੀ ਬਣੇ ਹੋਏ ਨੇ ਕਿ ਮਨਪ੍ਰੀਤ ਬਾਦਲ ਪਹਿਲਾਂ ਤਾਂ ਵਿੱਤ ਮੰਤਰੀ ਦੇ ਰੂਪ ਚ ਸਫਲ ਹੁੰਦਾ, ਫਿਰ ਆਪਣੀ ਪੀਪਲਸ ਪਾਰਟੀ ਆਫ ਪੰਜਾਬ ਬਣਾਉਂਦਾ, ਉਹ ਨਹੀਂ ਚੱਲਦੀ, ਕਾਂਗਰਸ ਪਾਰਟੀ ਜਾਣਾ ਪੈਂਦਾ। ਤੇ ਤੀਸਰੀ ਗੱਲ ਉਹ ਕਹਿੰਦੇ ਜਦੋਂ ਦਾ ਅਕਾਲੀ ਦਲ ਮਨਪ੍ਰੀਤ ਸਿੰਘ ਬਾਦਲ ਨੇ ਛੱਡਿਆ ਉਹਦੇ ਤੋਂ ਬਾਅਦ ਅੱਜ ਤੱਕ ਕੋਈ ਵੀ ਚੋਣ ਭਾਵੇਂ ਵਿਧਾਨ ਸਭਾ ਦੀ ਹੋਵੇ ਤੇ ਭਾਵੇਂ ਲੋਕ ਸਭਾ ਦੀ ਹੋਵੇ, ਮਨਪ੍ਰੀਤ ਸਿੰਘ ਬਾਦਲ ਦੁਬਾਰਾ ਜਿੱਤ ਨਹੀਂ ਸਕਿਆ ਤੇ ਨਾ ਕਹਿੰਦੇ ਭਵਿੱਖ ਦੇ ਵਿੱਚ ਇਹਨਾਂ ਤੋਂ ਜਿੱਤ ਹੋਣਾ। ਇਸ ਕਰਕੇ ਪ੍ਰਧਾਨ ਮੰਤਰੀ ਦੇ ਨਾਲ ਆਡਾ ਲੈਣ ਤੋਂ ਪਹਿਲਾਂ ਇਹਨਾਂ ਨੂੰ ਆਪਣੀ ਸਿਆਸੀ ਤਾਕਤ ਦੀ ਪਹਿਚਾਣ ਜਿਹੜੀ ਆ ਜ਼ਰੂਰ ਕਰ ਲੈਣੀ ਚਾਹੀਦੀ ਹੈ। ਜਿੱਥੇ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਦੀਆਂ ਠੋਕੇ ਬੀਬੀ ਬਾਦਲ ਨੇ ਕੀਤੀਆਂ ਬਦਖੋਈਆਂ, ਤੇ ਉੱਥੇ ਸੁਖਨੈਬ ਜੀ ਨਾਲ ਦੀ ਨਾਲ ਬੀਬੀ ਬਾਦਲ ਨੇ ਮੋਦੀ ਸਾਹਿਬ ਦਾ ਗੁਣਗਾਨ ਵੀ ਬਹੁਤ ਕੀਤਾ, ਕਹਿੰਦੀ ਉਹਨਾਂ ਵਰਗਾ ਪ੍ਰਧਾਨ ਮੰਤਰੀ ਕੋਈ ਨਹੀਂ, ਜਿੰਨੀ ਤਰੱਕੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਦੇਸ਼ ਨੇ ਕੀਤੀ ਆ ਉਨੀ ਤਰੱਕੀ ਕਿਸੇ ਨੇ ਕੀਤੀ ਨਹੀਂ। ਸੋ ਵੇਖਦੇ ਹਾਂ ਕਿ ਇਹ ਤਰੱਕੀ ਜਿਹੜੀ ਹੈ ਉਹ ਕਿਧਰਲੇ ਪਾਸੇ ਨੂੰ ਜਾਂਦੀ ਹੈ ਤੇ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਦਾ ਜਵਾਬੀ ਫਾਇਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲ ਕੀ ਹੁੰਦਾ? ਬਿਲਕੁਲ ਜੀ, ਆਸਾਰ ਤਾਂ ਇਹੀ ਹੈ ਕਿ ਮਨਪ੍ਰੀਤ ਬਾਦਲ ਹੋ ਰਿਹਾ, ਬੇਸ਼ੱਕ ਉਹ ਤਾਂ ਸੋਚ ਕੇ ਬੋਲਣ, ਕਈ ਵਾਰੀ ਉਰਦੂ ਦੇ ਵਿੱਚ ਬੋਲਦੇ ਆਪਣੇ ਵਰਗਿਆਂ ਨੂੰ ਸਮਝ ਵੀ ਨਾ ਆਵੇ। ਭਗਵੰਤ ਮਾਨ ਵਾਲਾ ਤਾਂ ਬੜਾ ਸਟੀਕ ਹੋਊਗਾ ਜੀ, ਤੇ ਹੋ ਸਕਦਾ ਆ ਵੀ ਗਿਆ ਹੋਵੇ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਣਾ, ਜਦੋਂ ਹੀ ਬੇਲ ਮਿਲਣੀ ਉਹਨਾਂ ਨੇ ਜੋ ਗੱਲ ਕਰਨੀ ਹੈ ਉਹ ਤਾਂ ਤੁਹਾਨੂੰ ਪਤਾ ਟਕੋਰ ਹੀ ਹੋਊਗੀ। ਤੇ ਨਾਲ ਜੇ ਗੱਲ ਕਰੀਏ ਜੀ ਤਾਂ ਫਿਰ ਕਾਂਗਰਸ ਦੀ, ਕਹਿੰਦੇ ਉਹ ਵੀ ਇੱਕ ਸਮਾਗਮ ਦੇ ਵਿੱਚ ਝਾੜੂ ਝਾੜੂ ਹੋ ਗਏ। ਸੁਖਨੈਬ ਜੀ, ਗੱਲ ਆਪਾਂ ਜਲੰਧਰ ਦੀ ਪਿਛਲੇ ਸਮੇਂ ਦੇ ਵਿੱਚ ਵੀ ਕੀਤੀ ਸੀ, ਫਿਰ ਕਰਨ ਨੂੰ ਮਨ ਕਰਦਾ ਜੀ, ਕਿਉਂਕਿ ਜਲੰਧਰ ਦੀ ਕਾਂਗਰਸੀ ਜਿਹੜੀ ਹੈ ਉਹਨਾਂ ਦੀ ਸਿਆਸੀ ਕਾਰ ਦਾ ਟਾਇਰ ਪੈਂਚਰ ਹੀ ਰਹਿੰਦਾ, ਇੱਕ ਪਾਸੇ ਟਾਇਰ ਪੈਂਚਰ ਹੁੰਦਾ, ਦੂਜੇ ਪਾਸੇ ਸਟਿਪਣੀ ਕੋਲ ਨਹੀਂ ਹੁੰਦੀ, ਕਿਉਂਕਿ ਪਿਛਲੀ ਵਾਰੀ ਤਾਂ ਸਾਰੀਆਂ ਨੌਂਦੀਆਂ ਨੌ ਸੀਟਾਂ ਹਾਰ ਗਏ ਸੀ, ਸਟਿਪਣੀ ਲਾਉਣ ਕਿੱਥੋਂ ਜੀ। ਤੇ ਇੱਕ ਗੱਲ ਦਾ ਮੈਨੂੰ ਵੀ ਪਤਾ ਕਿ ਇਸ ਕਾਰ ਦੇ ਵਿੱਚ ਬਹੁਤੇ ਕਾਂਗਰਸੀ ਜਲੰਧਰ ਦੇ ਸਵਾਰ ਨੇ, ਤੇ ਜੇ ਟਿੱਪਣੀ ਹੁੰਦੀ ਵੀ ਤਾਂ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਉੱਤਰ ਕੇ ਟਿੱਪਣੀ ਜਿਹੜੀ ਆ ਉਹਨੂੰ ਬਦਲਣ ਦੀ ਕੋਸ਼ਿਸ਼ ਨਹੀਂ ਸੀ ਕਰਨੀ, ਸਗੋਂ ਇਹ ਕਹਿ ਜਾਣਾ ਸੀ ਤੇਰੀ ਡਿਊਟੀ ਆ ਵੀ ਤੇਰੀ ਡਿਊਟੀ ਆ, ਸਟੀਅਰਿੰਗ ਤੇ ਕਿਹਨੇ ਬੈਠਣਾ, ਮੇਰੀ ਡਿਊਟੀ ਆ ਮੇਰੀ ਡਿਊਟੀ ਆ। ਹੁਣ ਜਲੰਧਰ ਕਾਂਗਰਸ ਦੇ ਹਾਲਾਤ ਇਹ ਹੋਏ ਪਏ ਆ ਕਿ ਸਟੀਅਰਿੰਗ ਵਾਲੀ ਸੀਟ ਤੇ ਸਾਰੇ ਬੈਠਣਾ ਚਾਹੁੰਦੇ ਆ, ਪਰ ਜਿੱਥੇ ਮਾੜੀ ਮੋਟੀ ਧੂੜ ਮਿੱਟੀ ਫੱਕਣੀ ਪੈਂਦੀ ਆ, ਜਿੱਥੇ ਜਾ ਕੇ ਸਟਿੱਪਣੀ ਬਦਲਣੀ ਪੈਂਦੀ ਆ, ਉੱਥੋਂ ਡਿਊਟੀਆਂ ਸਾਰੇ ਬੰਦੇ ਦੂਜੇ ਪਾਸੇ ਦੇਣਾ ਚਾਹੁੰਦੇ ਆ। ਹੁਣ ਹਾਲਾਤ ਇਹ ਹੋਏ ਨੇ ਜਲੰਧਰ ਦੇ ਵਿੱਚ ਕਾਂਗਰਸ ਦੀ ਧੜੇਬੰਦੀ ਦੇ ਕਿ ਸਮਾਗਮ ਤਾਂ ਜ਼ਿਲ੍ਹਾ ਪੱਧਰੀ ਕਾਂਗਰਸ ਦਾ ਹੋਵੇ, ਪਰ ਬੋਲਬਾਲਾ ਉੱਥੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਰਹੇ। ਵਰਕਰ ਹੈਰਾਨ ਪਰੇਸ਼ਾਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀ, ਕਿ ਹੋਈ ਕੀ ਜਾਂਦਾ। ਤੇ ਕੈਪਟਨ ਹਰਮਿੰਦਰ ਸਿੰਘ ਜਿਨ੍ਹਾਂ ਨੂੰ ਕਿ ਜਲੰਧਰ ਜ਼ਿਲ੍ਹਾ ਦਿਹਾਤੀ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ, ਉਹਨਾਂ ਨੇ ਆਪਣਾ ਕੰਮਕਾਰ ਸਾਂਭਣਾ ਸੀ ਤੇ ਉਹਨਾਂ ਨੇ ਵਰਕਰ ਵੀ ਇਕੱਠੇ ਕਰ ਲਏ, ਜ਼ਿਲ੍ਹਾ ਜਲੰਧਰ ਦੇ ਕਾਂਗਰਸ ਦੇ ਲੀਡਰ ਵੀ ਇਕੱਠੇ ਕਰ ਲਏ। ਹੁਣ ਮੰਚ ਸਜਿਆ ਹੋਇਆ, ਮੰਚ ਦੇ ਉੱਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ, ਕੋਈ ਸਾਬਕਾ ਮੰਤਰੀ, ਕੋਈ ਸਾਬਕਾ ਵਿਧਾਇਕ, ਕੋਈ ਸਾਬਕਾ ਮੈਂਬਰ ਪਾਰਲੀਮੈਂਟ ਬੈਠੇ ਹੋਏ ਨੇ, ਮੂਹਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਰਕਰ ਬੈਠੇ ਆ। ਤੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸ਼ਾਹਕੋਟ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਬ੍ਰਿਜ ਭੁਪਿੰਦਰ ਸਿੰਘ ਲਾਲੀ ਸੰਬੋਧਨ ਕਰਦੇ ਸੀ। ਹੁਣ ਉਹ ਸੰਬੋਧਨ ਕਰੀ ਜਾਂਦੇ ਆ, ਕਾਂਗਰਸ ਦੇ ਨਾਲ ਸਾਡੀ ਜਿੰਦ ਜਾਨ ਜੁੜੀ ਹੋਈ ਆ, ਕਾਂਗਰਸ ਨਾਲ ਅਸੀਂ ਆਹ ਕੀਤਾ ਉਹ ਕੀਤਾ ਭਵਿੱਖ ਚ ਵੀ ਕਰਾਂਗੇ। ਇਹਨੇ ਨੂੰ ਸ਼ਾਹਕੋਟ ਕਾਂਗਰਸ ਦਾ ਬਲਾਕ ਪ੍ਰਧਾਨ ਉੱਠਦਾ ਹਰਨੇਕ ਸਿੰਘ ਪੀਤਾ, ਉਹ ਪਹਿਲੇ ਭਰਿਆ ਪੀਤਾ ਸੀ ਹਰਨੇਕ ਸਿੰਘ ਪੀਤਾ, ਉਹਨੇ ਉੱਠਦੇ ਨੇ ਕਹਿਤਾ, ਕਹਿੰਦੇ ਜੀ ਏਦਾਂ ਦੇ ਲੋਕਾਂ ਨੂੰ ਕਾਹਤੋਂ ਬੁਲਾ ਕੇ ਸਮਾਂ ਦਿੰਦੇ ਹੋ ਬੋਲਣ ਦਾ, ਜਿਹੜੇ ਲੋਕ ਸ਼ਾਹਕੋਟ ਹਲਕੇ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਝਾੜੂ ਨੂੰ ਭੁਗਤੇ ਨੇ, ਇਹਨਾਂ ਨੇ ਆਪਣੇ ਬੰਦਿਆਂ ਨੂੰ ਵੋਟਾਂ ਝਾੜੂ ਨੂੰ ਪਵਾਈਆਂ। ਕਾਂਗਰਸ ਦਾ ਸਮਾਗਮ ਹੋਵੇ, ਮੂਹਰੇ 15-16 ਲੀਡਰ ਸਟੇਜ ਤੇ ਬੈਠੇ ਹੋਣ, ਸੈਂਕੜੇ ਵਰਕਰ ਮੂਹਰੇ ਬੈਠੇ ਹੋਣ, ਤੇ ਕਾਂਗਰਸ ਪਾਰਟੀ ਦਾ ਹੀ ਬਲਾਕ ਪ੍ਰਧਾਨ ਉੱਠ ਕੇ ਕਹਿ ਦੇਵੇ ਕਿ ਭਾਈ ਆ ਜਿਹੜਾ ਬੰਦਾ ਸੰਬੋਧਨ ਕਰੀ ਜਾਂਦਾ ਸਾਡੀ ਹੀ ਪਾਰਟੀ ਦਾ ਸਾਬਕਾ ਮੰਤਰੀ, ਉਹਨੇ ਐਤਕੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਵਾਈਆਂ, ਤਾਂ ਗੱਲ ਜਾਂਦੀ ਕਿੱਥੇ ਆ? ਰੌਲਾ ਰੱਪਾ ਪੈ ਗਿਆ ਵੱਡੇ ਲੀਡਰਾਂ ਦੇ ਵਿੱਚ ਵਿਚਾਲੇ ਕਰਕੇ ਦੋਵਾਂ ਨੂੰ ਸਮਝਾਉਣ ਦਾ ਯਤਨ ਕੀਤਾ। ਪਰ ਇਹਦੇ ਤੋਂ ਬਾਅਦ ਬ੍ਰਿਜ ਭੁਪਿੰਦਰ ਲਾਲੀ ਬੋਲ ਪਿਆ, ਉਹ ਕਹਿੰਦੇ ਮੈਂ ਜਾਣਦਾ ਢੱਕ ਰਿਹਾ ਤੈਨੂੰ ਵੀ ਪੀਤਿਆਂ, ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਤੂੰ ਮਾੜੇ ਚੰਗੇ ਕੰਮ ਕਰਦਾ, ਤੇ ਮੁੜ ਕੇ ਸਾਡੇ ਹੀ ਹਲਕੇ ਦਾ ਜਿਹੜਾ ਕੈਬਨਿਟ ਮੰਤਰੀ ਅਜੀਤ ਸਿੰਘ ਕੁਹਾੜ ਹੈ ਉਹ ਤੈਨੂੰ ਛੁਡਾ ਕੇ ਲਿਆਉਂਦਾ, ਤੂੰ ਵੋਟਾਂ ਅੱਜ ਕੇ ਅਕਾਲੀਆਂ ਨੂੰ ਪਾਈਆਂ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਦੋ ਬੰਦੇ ਸ਼ਾਹਕੋਟ ਹਲਕੇ ਤੇ ਆਏ ਉਮੀਦਵਾਰ ਤੋਂ ਬਿਨਾਂ, ਇੱਕ ਨੇ ਦੂਜੇ ਨੂੰ ਕਹਿਤਾ ਤੂੰ ਝਾੜੂ ਨੂੰ ਵੋਟਾਂ ਪਾਉਣਾ, ਦੂਜਾ ਕਹਿੰਦਾ ਤੂੰ ਅਕਾਲੀਆਂ ਦੀ ਗੱਡੀ ਦੇ ਉੱਤੇ ਚੜਿਆ ਹੋਇਆ। ਇੱਥੋਂ ਹੀ ਪਤਾ ਲੱਗ ਜਾਂਦਾ, ਘਰ ਦੇ ਭਾਗ ਡਿਉੜੀ ਤੋਂ ਪਤਾ ਲੱਗ ਜਾਂਦੇ ਆ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਚੋਣ ਨਤੀਜਾ ਕਾਂਗਰਸ ਪਾਰਟੀ ਦੇ ਪੱਖ ਤੋਂ ਕਿੰਨਾ ਕੁ ਫਿੱਟ ਬਹਿਣਾ। ਹੁਣ ਸਾਰੀ ਗੱਲਬਾਤ ਹੋ ਗਈ, ਰੌਲਾ ਰੱਪਾ ਪੈ ਗਿਆ, ਪੱਤਰਕਾਰ ਮੌਜੂਦ ਨੇ, ਬਾਅਦ ਵਿੱਚ ਕਾਂਗਰਸੀ ਆਗੂ ਗੋਗਲੀਆਂ ਤੋਂ ਮਿੱਟੀ ਚੜ ਜਾਣ, ਉਹ ਨਹੀਂ 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 ਹੋਇਆ ਕੁਝ ਨੀ, ਇਹਨਾਂ ਦੀ ਆਪਸੀ ਲੜਾਈ ਸੀ, ਕਾਂਗਰਸ ਪਾਰਟੀ ਦਾ ਮਸਲਾ ਏਦਾਂ ਨਹੀਂ, ਅਸੀਂ ਸਾਰੀਆਂ ਸੀਟਾਂ ਜਿੱਤਾਂਗੇ। ਪਰ ਇਸ ਵੇਲੇ ਹਾਲਾਤ ਇਹ ਨੇ ਕਿ ਨਗਰ ਨਿਗਮ ਦੀ ਚੋਣ ਸਿਰ ਤੇ ਖੜੀ ਹੈ, 3 ਮਹੀਨਿਆਂ ਦੇ ਵਿੱਚ ਕਿਸੇ ਵੇਲੇ ਵੀ ਜਲੰਧਰ ਨਗਰ ਨਿਗਮ ਦੀ ਚੋਣ ਆ ਸਕਦੀ ਹੈ।
ਤੇ ਉਸ ਨਗਰ ਨਿਗਮ ਦੀ ਚੋਣ ਤੱਕ ਜੇ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਜਲੰਧਰ ਦੀ ਧੜੇਬੰਦੀ ਇਸੇ ਤਰੀਕੇ ਸੁਖਨੈਬ ਜੀ ਬਰਕਰਾਰ ਰਹੀ ਤਾਂ ਲੱਗਦਾ ਕਿ ਮਾਮਲਾ ਇੱਕ ਵਾਰੀ ਫਿਰ ਗੜਬੜ ਹੋ ਜਾਣਾ ਤੇ ਨੰਬਰ ਉਹਨਾਂ ਦਾ ਲੱਗ ਸਕਦਾ ਜਿਨ੍ਹਾਂ ਦਾ ਨੰਬਰ ਕਾਂਗਰਸ ਦੀ ਏਕਤਾ ਤੇ ਮਜ਼ਬੂਤੀ ਦੇ ਕਰਕੇ ਸ਼ਾਇਦ ਆਉਣ ਵਾਲੇ 15 ਸਾਲ ਬਿਨਾਂ ਲੱਗ ਸਕੇ। ਜੀ ਬਿਲਕੁਲ, ਇਹ ਵੀ ਦਰੁਸਤ ਹੈ ਜੀ, ਔਰ ਖਾਸ ਕਰਕੇ ਕਾਂਗਰਸ ਦਾ ਜਿਹੜੇ ਰਾਹ ਦੇ ਉੱਤੇ ਚੱਲ ਰਹੀ ਹੈ ਉਹ ਮੇਰੇ ਖਿਆਲ ਦੇ ਵਿੱਚ ਬੜਾ ਔਖਾ ਰਾਹ ਹੈ, ਔਖਾ ਪੈਂਡ ਆਪਾਂ ਉਸ ਨੂੰ ਕਹਿ ਸਕਦੇ ਹਾਂ। ਤੇ ਨਾਲ ਹੀ ਸਰੋਤਿਆਂ ਦੇ ਵਾਸਤੇ ਜਾਣਕਾਰੀ ਹੈ ਜੀ, ਇੱਕ ਤਾਂ ਇਹ ਕਿ ਸਾਡੇ ਜਦੋਂ ਰੇਡੀਓ ਚੰਨ ਪ੍ਰਦੇਸ਼ੀ ਨੂੰ ਤੁਸੀਂ ਟਿਊਨ ਕਰਦੇ ਹੋ, ਕੋਈ ਐਪ ਵਗੈਰਾ ਉਹਦੀ ਚਲਾਉਣ ਲੱਗਦੇ ਹੋ, ਇੱਕ ਐਡਵਰਟਾਈਜ਼ਮੈਂਟ ਆਉਂਦੀ ਹੈ ਪਹਿਲਾਂ, ਉਹ ਜ਼ਰੂਰ ਚੱਲੂਗੀ, ਉਸ ਤੋਂ ਬਾਅਦ ਰੇਡੀਓ ਚੱਲੂਗਾ। ਕਈ ਵਾਰ ਇਹ ਹੁੰਦਾ ਕਿ ਭੁਲੇਖਾ ਪੈ ਜਾਵੇ ਕਿ ਇੰਗਲਿਸ਼ ਚੈਨਲ ਕੋਈ ਟਿਊਨ ਹੋ ਗਿਆ, ਇਸ ਤਰ੍ਹਾਂ ਨਹੀਂ, ਉਹ ਇੱਕ ਐਡਵਰਟਾਈਜ਼ਮੈਂਟ ਹੈ 30 ਸੈਕਿੰਡ ਦੀ ਹੈ, ਉਹਨੂੰ ਸੁਣ ਲਿਆ ਕਰੋ ਅਤੇ ਉਸ ਤੋਂ ਬਾਅਦ ਚੰਨ ਪ੍ਰਦੇਸ਼ੀ ਰੇਡੀਓ ਦੇ ਵੱਖ ਵੱਖ ਪ੍ਰੋਗਰਾਮ ਹੈ ਜਿਹੜੇ ਉਹ ਤੁਸੀਂ ਸੁਣ ਸਕਦੇ ਹੋ। ਅਤੇ ਦੂਜੀ ਇਨਫੋਰਮੇਸ਼ਨ ਇਹ ਹੈ ਜੀ ਕਿ ਜਤਿੰਦਰ ਪੰਨੂ ਜੀ ਸਾਡੇ ਸ਼ੋਅ ਦੇ ਵਿੱਚ 2 ਦਿਨ ਸ਼ਾਮਲ ਹੁੰਦੇ ਹੈ, ਇੰਡੀਆ ਦੇ ਟਾਈਮ ਦੇ ਮੁਤਾਬਕ ਪਹਿਲਾ ਘੰਟਾ ਜਿਹੜਾ ਸਿੱਧੂ ਲਾਈਵ ਸ਼ੋਅ ਦਾ ਹੁੰਦਾ 8:30 ਤੋਂ 9:30, ਸੋਮਵਾਰ ਅਤੇ ਸ਼ੁੱਕਰਵਾਰ ਉਹ ਇਸ ਸ਼ੋਅ ਨੂੰ ਰੰਗ ਭਾਗ ਲਾਉਂਦੇ ਹੈ, ਹਾਜ਼ਰ ਹੁੰਦੇ ਨੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਿਆਸਤ ਦੀਆਂ ਅਤੇ ਦੇਸ਼ ਦੀ ਸਰਗਰਮ ਰਾਜਨੀਤੀ ਦੀਆਂ ਉਹ ਕਰਦੇ ਨੇ। ਬਾਕੀ ਸਮੇਂ ਦੇ ਵਿੱਚ ਵੱਖ ਵੱਖ ਸਾਡੇ ਆਗੂ ਸਾਡੇ ਨਾਲ ਸ਼ਾਮਲ ਰਹਿੰਦੇ ਆ, ਟੀਮ ਮੈਂਬਰ ਸ਼ਾਮਲ ਰਹਿੰਦੇ ਆ, ਅਤੇ ਇਸ ਦੇ ਵਿੱਚ ਹੋਰ ਵੀ ਰੌਚਕ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੁਹਾਡੇ ਸੁਝਾਅ ਸਾਨੂੰ ਹਰ ਵੇਲੇ ਚਾਹੀਦੇ ਆ, ਉਹਨਾਂ ਦਾ ਸਵਾਗਤ ਵੀ ਕਰਦੇ ਹਾਂ। ਅਤੇ ਵਟਸਐਪ ਆਪਾਂ ਮੁੜੀਏ ਖ਼ਬਰਾਂ ਦੇ ਵੱਲ ਨੂੰ, ਤਾਂ ਕਰੋੜਾਂ ਤੋਂ ਕੌਡੀਆਂ ਦਾ ਹੋਇਆ ਅੰਮ੍ਰਿਤਸਰ ਦਾ ਹਵਾਈ ਅੱਡਾ। ਸੁਖਨੈਬ ਜੀ, ਜਦੋਂ ਅੰਮ੍ਰਿਤਸਰ ਦੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਗੱਲ ਚੱਲੀ ਸੀ, ਨਵਜੋਤ ਸਿੰਘ ਸਿੱਧੂ ਹੋਰੀ ਵੀ ਅੱਗੇ ਸੀ, ਕਈ ਹੋਰ ਸਥਾਨਕ ਲੀਡਰ ਵੀ ਅੱਗੇ ਸੀ, ਸਮਾਜਿਕ ਜਥੇਬੰਦੀਆਂ ਤੇ ਕਾਰੋਬਾਰੀ ਵੀ ਅੱਗੇ ਸੀ ਜੀ, ਉਦੋਂ ਚਰਚਾ ਇਹ ਕੀਤੀ ਗਈ ਸੀ, ਪ੍ਰਚਾਰ ਇਹ ਕੀਤਾ ਗਿਆ ਸੀ ਕਿ ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਤੇ ਹਰਿਆਣੇ ਦੇ ਜਿਹੜੇ ਲੋਕਾਂ ਦੇ ਲਈ ਵੀ ਇਹ ਲਾਹੇਵੰਦ ਸਾਬਿਤ ਹੋਏਗਾ ਤੇ ਹੋਇਆ ਵੀ। ਇੱਕ ਉਹ ਵੀ ਸਮਾਂ ਸੀ ਜਦੋਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਾਇਰੈਕਟ ਫਲਾਈਟਾਂ ਵੀ ਦੂਜੇ ਦੇਸ਼ਾਂ ਨੂੰ ਜਾਂਦੀਆਂ ਸੀ, ਉਦੋਂ ਬਹੁਤ ਸਾਰਾ ਸਮਾਨ ਵੀ ਜਾਂਦਾ ਸੀ, ਯਾਤਰੀਆਂ ਦੀ ਗਿਣਤੀ ਵੀ ਕਾਫੀ ਸੀ, ਤੇ ਇਹ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਬਹੁਤ ਸਾਰਾ ਲਾਭ ਵੀ ਦਿੰਦਾ ਸੀ ਸਾਲਾਨਾ 1 ਕਰੋੜ ਰੁਪਏ ਦਾ ਜੀ। ਪਰ ਹੌਲੀ ਹੌਲੀ ਦਿੱਲੀ ਦੇ ਵਿੱਚ ਜਿਹੜੀ ਲੌਬੀ ਬੈਠੀ ਹੈ, ਜਿਹੜੀ ਕਿ ਇਹ ਨਹੀਂ ਚਾਹੁੰਦੀ ਕਿ ਉੱਤਰੀ ਭਾਰਤ ਦੇ ਵਿੱਚ ਕੋਈ ਵੀ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਇੰਨਾ ਡਿਵੈਲਪ ਹੋਵੇ, ਇੰਨਾ ਵਿਕਸਿਤ ਹੋਵੇ ਕਿ ਉਹਨਾਂ ਨੇ ਜਿਹੜੇ ਠੇਕੇ ਲਏ ਹੋਏ ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ, ਉਹਨਾਂ ਤੋਂ ਉਹਨਾਂ ਨੂੰ ਆਮਦਨ ਘੱਟੇ ਘਾਟਾ ਪੈਣ ਲੱਗ ਪਏ ਜੀ। ਹੁਣ ਇੱਕ ਪਾਸੇ ਤਾਂ 49 ਕਰੋੜ ਰੁਪਏ ਦਾ ਸਾਲਾਨਾ ਘਾਟਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ, ਜਦਕਿ 2011-12 ਤੱਕ ਇਹੀ ਅੰਤਰਰਾਸ਼ਟਰੀ ਹਵਾਈ ਅੱਡਾ 1 ਕਰੋੜ ਰੁਪਏ ਦੀ ਕਮਾਈ ਕਰਕੇ ਦਿੰਦਾ ਜੀ। ਹੁਣ ਕਾਰਗੋ ਜਿਹੜਾ ਉਹ ਖਤਮ ਹੋਣ ਦੇ ਕਿਨਾਰੇ ਪਹੁੰਚ ਗਿਆ, 2011-12 ਦੇ ਵਿੱਚ 6,608 ਮੀਟ੍ਰਿਕ ਟਨ ਕਾਰਗੋ ਗਿਆ, ਜਿਹੜਾ ਕਿ ਇਸ ਵੇਲੇ ਘੱਟ ਕੇ 608 ਤੋਂ 455 ਮੀਟ੍ਰਿਕ ਟਨ ਰਹਿ ਗਿਆ। 2011-12 ਦੇ ਵਿੱਚ 1.75 ਕਰੋੜ ਰੁਪਏ ਦੀ ਕਮਾਈ ਹੋਈ, ਜਿਹੜੀ ਕਿ ਅੱਜ 1.50 ਲੱਖ ਦੀ ਰਹਿ ਗਈ। 1.75 ਕਰੋੜ ਤੋਂ 1.50 ਲੱਖ ਦੇ ਉੱਤੇ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਆ ਗਿਆ। ਲੋਕ ਸਭਾ 'ਚ ਚਰਚਾ ਹੋਈ, ਵਿਧਾਨ ਸਭਾ 'ਚ ਰੌਲਾ ਰੱਪਾ ਪਿਆ, ਰਾਜ ਸਭਾ ਦੇ ਵਿੱਚ ਵੀ ਬਥੇਰੇ ਹਾਂ ਦੇ ਨਾਰੇ ਵੱਜੇ ਕਿ ਭਾਈ ਤੁਸੀਂ ਗੁਰੂ ਕੀ ਨਗਰੀ ਨੂੰ ਜੇ ਕੋਈ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਹੀ ਦਿੱਤਾ ਤਾਂ ਹੁਣ ਤੁਸੀਂ ਕਿਸੇ ਵਿਸ਼ੇਸ਼ ਲੌਬੀ ਦੇ ਦਬਾਅ ਦੇ ਵਿੱਚ ਆ ਕੇ ਉਹਨੂੰ ਇਸ ਤਰੀਕੇ ਕੱਖੋਂ ਹੌਲਾ ਨਾ ਕਰੋ, ਪਰ ਕਰਕੇ ਰੱਖਤਾ। ਹੁਣ ਸ਼ਵੇਤ ਮਲਿਕ ਜਿਹੜੇ ਨਵੇਂ ਨਵੇਂ ਰਾਜ ਸਭਾ ਦੇ ਮੈਂਬਰ ਬਣੇ ਆ, RSS ਦੇ ਪੱਕੇ ਬੰਦੇ ਅੰਮ੍ਰਿਤਸਰ ਨਾਲ ਸੰਬੰਧਿਤ, ਉਹ ਸ਼ਵੇਤ ਮਲਿਕ ਹੋਰੀ ਇੱਕ ਵਾਰੀ ਫਿਰ ਦਾਅਵਾ ਕਰ ਗਿਆ, ਕਹਿੰਦੇ ਮਹੀਨਾ ਸਤੰਬਰ ਤੱਕ ਦਾ ਦੇ ਦਿਓ, ਸਤੰਬਰ ਤੱਕ ਕਹਿੰਦੇ ਇਸ ਹਵਾਈ ਅੱਡੇ ਦੀ ਅਸੀਂ ਕਾਇਆ ਕਲਪ ਕਰ ਦਿਆਂਗੇ ਜੀ, ਇਸ ਹਵਾਈ ਅੱਡੇ ਨੂੰ ਸਤੰਬਰ ਤੱਕ ਅਸੀਂ ਉਸ ਮਿਆਰ ਦੇ ਉੱਤੇ ਲੈ ਜਾਣਾ ਜਿਸ ਮਿਆਰ ਦੇ ਉੱਤੇ ਕਦੇ ਆਮ ਲੋਕਾਂ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਜਾ ਸਕਦਾ ਜੀ। ਕਈ ਕਹਿੰਦੇ ਘਰੇਲੂ ਉਡਾਣਾਂ ਜਿਹੜੀਆਂ ਮਾਰਚ ਦੇ ਵਿੱਚ ਹੀ ਸ਼ੁਰੂ ਹੋ ਜਾਣੀਆਂ ਡਾਇਰੈਕਟ ਦਿੱਲੀ ਨੂੰ, ਮੁੰਬਈ ਨੂੰ, ਪੁਣੇ ਨੂੰ, ਅੰਮ੍ਰਿਤਸਰ ਤੋਂ, ਇਹਦੇ ਨਾਲ ਨਾਲ ਅੰਮ੍ਰਿਤਸਰ ਤੋਂ ਇੰਗਲੈਂਡ ਨੂੰ ਜਿਹੜੀ ਹੈ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਡਾਇਰੈਕਟ ਫਲਾਈਟ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਤੇ ਉਹਦਾ ਲਾਭ ਕਿਤੇ ਨਾ ਕਿਤੇ ਸੁਖਨੈਬ ਜੀ ਇਹ ਹੋ ਸਕਦਾ ਕਿ ਜਿਹੜੀਆਂ ਸਬਜ਼ੀਆਂ, ਫਲ ਜਾਂ ਕਈ ਹੋਰ ਤਰ੍ਹਾਂ ਦੀਆਂ ਵਸਤਾਂ ਖਰਾਬ ਹੋਣ ਵਾਲੀਆਂ ਕਾਰਗੋ ਦੇ ਰੂਪ ਚ ਜਾਂਦੀਆਂ ਸੀ, ਹੁਣ ਦਿੱਲੀ ਜਾਂਦੀ ਸੀ ਫਲਾਈਟ ਪਹਿਲਾਂ 5-6 ਘੰਟੇ ਉੱਥੇ ਰੁਕਣੀ, ਉੱਥੇ ਖਰਾਬ ਹੋ ਜਾਣਾ ਬਹੁਤਾ ਕੁਝ, ਪਰ ਹੁਣ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੀ ਸਮੱਸਿਆ ਜਿਹੜੀ ਹੱਲ ਹੋ ਸਕਦੀ ਹੈ ਜੇ ਪੂਰੇ ਸੁਹਿਰਦ ਤਰੀਕੇ ਦੇ ਨਾਲ ਸ਼ਵੇਤ ਮਲਿਕ ਤੇ ਉਹਨਾਂ ਦੇ ਸਾਥੀ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪੁਰਾਣੇ ਰੰਗ ਦੇ ਵਿੱਚ ਲਿਆਉਣ ਦੇ ਯਤਨ ਜਾਰੀ ਰੱਖਣ ਤਾਂ ਗੱਲ ਬਣਦੀ ਹੈ ਜੀ। ਸੋ ਕਿਹਾ ਇਹ ਵੀ ਜਾਂਦਾ ਹੁੰਦਾ ਕਿ ਜਿੰਨਾ ਮਰਜ਼ੀ ਲਾ ਲਓ ਜ਼ੋਰ, ਉਹ ਗੱਲ ਨਹੀਂ ਬਣਦੀ, ਕਦੇ ਕਦੇ ਨਹੀਂ ਬਣਦੀ ਹੁੰਦੀ, ਕਦੇ ਕਦੇ ਬਣਾਉਣ ਦੇ ਯਤਨ ਕੀਤੇ ਜਾਂਦੇ ਆ। ਸੋ ਨਾਲ ਹੀ ਸਵਾਗਤ ਕਰਦੇ ਹਾਂ ਜੀ ਵੱਖ ਵੱਖ ਸ਼ਖਸੀਅਤਾਂ ਦਾ ਜਿਹੜੀਆਂ ਇਸ ਵਕਤ ਸਾਨੂੰ ਸੁਣ ਰਹੇ ਆ ਜੀ, ਔਰ ਖਾਸ ਕਰਕੇ ਉਹਨਾਂ ਸੱਜਣਾਂ ਦੇ ਬਹੁਤ ਧੰਨਵਾਦੀ ਆ ਜਿਹੜੇ ਪੰਜਾਬ ਨੂੰ ਸੁਣ ਰਹੇ ਆ, ਹੱਥ ਖੜੇ ਕਰੋ ਵੀ
ਤੇ ਨਾਲ ਹੀ ਆਪਾਂ ਗੱਲ ਕਰੀਏ ਵਟਸਐਪ ਸ਼ਰਮੀਲਾ ਇਰੋਮ ਉਹ ਸਿਰੜੀ ਕੁੜੀ ਜਿਹਨੂੰ ਆਇਰਨ ਲੇਡੀ ਕਰਕੇ ਜਾਣਿਆ ਜਾਂਦਾ ਉਹਦੀ ਚੋਣ ਮੁਹਿੰਮ ਕਿਵੇਂ ਚੱਲ ਰਹੀ ਹੈ ਸੁਖਨੈਬ ਜੀ ਪੰਜਾਬ ਦੇ ਵਿੱਚ ਲੀਡਰ ਉਦੋਂ ਤੱਕ ਆਪਣੀ ਚੋਣ ਮੁਹਿੰਮ ਨੂੰ ਸਫਲ ਨਹੀਂ ਸਮਝਦੇ ਜਦੋਂ ਤੱਕ ਪੰਜ ਸੱਤ ਕਾਰਾਂ ਦਾ ਕਾਫਲਾ ਅੱਗੇ ਨਾ ਹੋਵੇ ਤੇ ਪੰਜ ਸੱਤ ਦਾ ਪਿੱਛੇ ਨਾ ਹੋਵੇ ਉਦੋਂ ਤੱਕ ਪੰਜਾਬ ਦੇ ਲੀਡਰ ਆਪਣੇ ਆਪ ਨੂੰ ਪ੍ਰਚਾਰ ਦੇ ਵਿੱਚ ਮਹਿਸੂਸ ਹੀ ਨਹੀਂ ਕਰਦੇ ਫੀਲ ਹੀ ਨਹੀਂ ਕਰਦੇ ਜਦੋਂ ਕੁ ਤੱਕ 15-16 ਹਾਰਾਂ ਦਾ ਇੱਕ ਗੁੱਛਾ ਜਿਹਾ ਉਹਨਾਂ ਦੇ ਗਲ ਦੇ ਵਿੱਚ ਪਿਆ ਨਾ ਹੋਵੇ ਤੇ ਧੌਣ ਟੇਢੀ ਨਾ ਹੋਵੇ ਹੋਵੇ ਉਦੋਂ ਤੱਕ ਇਹਨਾਂ ਨੂੰ ਕੁਝ ਮਹਿਸੂਸ ਹੀ ਨਹੀਂ ਹੁੰਦਾ ਜਦੋਂ ਤੱਕ ਚਾਰੇ ਪਾਸੇ ਝੰਡੀਆਂ ਝੰਡੀਆਂ ਨਾ ਹੋਣ ਰੰਗ ਜਿਹਾ ਨਾ ਵੱਜਾ ਹੋਵੇ ਪਰ ਦੂਜੇ ਪਾਸੇ ਇਰੋਮ ਸ਼ਰਮੀਲਾ ਵਰਗੀ ਉਹ ਬਹਾਦਰ ਔਰਤ ਕਹਿ ਲਈਏ ਮੁਟਿਆਰ ਕਹਿ ਲਈਏ ਲੜਕੀ ਕਹਿ ਲਈਏ ਕਿਉਂਕਿ ਇਦਾਂ ਦੇ ਲੋਕ ਕਦੇ ਉਮਰ ਜਿਹੜੀ ਉਹਨਾਂ ਦੀ ਵੱਧ ਨਹੀਂ ਲੱਗਦੀ ਐਂ ਲੱਗਦਾ ਕਿ ਭਾਈ ਅਜੇ ਇਹਨਾਂ ਨੇ ਬਹੁਤ ਵਾਟਾਂ ਜਿਹੜੀਆਂ ਤੈਅ ਕਰਨੀਆਂ ਕਿਉਂਕਿ ਕਈ ਲੋਕ ਰਾਹ ਦਸੇਰੇ ਹੁੰਦੇ ਆ ਕਈ ਲੋਕ ਆਦਰਸ਼ ਹੁੰਦੇ ਆ ਕਈ ਲੋਕ ਪੂਰਨੇ ਪਾਉਣ ਵਾਲੇ ਹੁੰਦੇ ਆ ਉਹਨਾਂ ਪਗਡੰਡੀਆਂ ਨੂੰ ਥੋੜਾ ਪੱਕੀਆਂ ਕਰਨ ਵਾਲੇ ਹੁੰਦੇ ਆ ਜਿਹਨਾਂ ਦੇ ਉੱਤੇ ਆਮ ਸਾਡੇ ਵਰਗੇ ਲੋਕਾਂ ਨੇ ਤੁਰ ਕੇ ਥੋੜਾ ਬਹੁਤ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਹੁੰਦੀ ਆ ਇਰੋਮ ਸ਼ਰਮੀਲਾ ਉਹਨਾਂ ਚੋਂ ਇੱਕ ਹੈ ਬਹੁਤ ਲੰਬਾ ਸਮਾਂ ਸੰਘਰਸ਼ ਕੀਤਾ ਆਮ ਲੋਕਾਂ ਦੇ ਲਈ ਹੁਣ ਉਹਦੀ ਪਾਰਟੀ ਮਣੀਪੁਰ ਦੇ ਵਿੱਚ ਸੰਘਰਸ਼ ਕਰ ਰਹੀ ਹੈ ਜਿੱਤਦੀ ਹੈ ਨਹੀਂ ਜਿੱਤਦੀ 11 ਮਾਰਚ ਨੂੰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਦਿਨ ਪਤਾ ਲੱਗੂ ਪਰ ਇੰਨਾ ਜ਼ਰੂਰ ਹੈ ਕਿ ਇਰੋਮ ਸ਼ਰਮੀਲਾ ਰੋਜ਼ਾਨਾ 20 ਕਿਲੋਮੀਟਰ ਸਾਈਕਲ ਤੇ ਜਾ ਕੇ ਪ੍ਰਚਾਰ ਕਰਦੀ ਹੈ ਕੀ ਬਾਤ ਹੈ ਤੇ ਪ੍ਰਚਾਰ ਕਰਦੀ ਹੈ ਸਾਈਕਲ ਦੇ ਉੱਤੇ ਮੁਕਾਬਲਾ ਕਿਹਦੇ ਨਾਲ ਹੈ ਉਸ ਮੁੱਖ ਮੰਤਰੀ ਇਬੋਬੀ ਸਿੰਘ ਦੇ ਨਾਲ ਜੋ ਕਿ ਦਹਾਕਿਆਂ ਤੋਂ ਉੱਥੋਂ ਦਾ ਮੁੱਖ ਮੰਤਰੀ ਹੈ ਹੈਲੀਕਾਪਟਰ ਦੇ ਵਿੱਚ ਆਮ ਤੁਰਿਆ ਫਿਰਦਾ ਬੰਦਾ ਦੂਜੇ ਪਾਸੇ ਮੁਕਾਬਲਾ ਕਿਹਦੇ ਨਾਲ ਹੈ ਉਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ ਜਿਹੜੇ ਕਹਿੰਦੇ ਆ ਕਿ ਭਾਈ ਸਾਨੂੰ 5 ਸਾਲ ਦੇ ਦਿਓ ਅਸੀਂ ਪਿਛਲੇ 20 ਸਾਲਾਂ ਦੇ ਵਿਕਾਸ ਦੇ ਘਾਟੇ ਪੂਰੇ ਕਰ ਦਿਆਂਗੇ ਜਹਾਜ਼ ਜਾਂ ਹੈਲੀਕਾਪਟਰ ਦੇ ਵਿੱਚ ਉਹ ਵੀ ਆਉਂਦੇ ਆ ਹੁਣ ਮਣੀਪੁਰ ਦੇ ਲੋਕਾਂ ਨੇ ਇੱਕ ਸਾਈਕਲ ਇੱਕ ਹੈਲੀਕਾਪਟਰ ਤੇ ਇੱਕ ਜਹਾਜ਼ ਦੇ ਵਿੱਚ ਜਿਹੜਾ ਇਹ ਮੁਕਾਬਲਾ ਹੈ ਉਹਦੇ ਵਿੱਚ ਵੇਖਣਾ ਕਿ ਵੋਟ ਉਹਨਾਂ ਨੇ ਕਿਹਦੇ ਹੱਕ 'ਚ ਪਾਉਣੀ ਹੈ ਤੇ ਦੂਸਰੇ ਪਾਸੇ ਮੈਨੂੰ ਇਹ ਵੀ ਲੱਗਾ ਸੁਖਨੈਬ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਤੇ ਹਮਲੇ ਕਰਾਏ ਆ 2-3 ਸ਼ਿਵ ਸੈਨਾ ਵਾਲੇ ਸੀ ਉਹਨਾਂ ਨੇ ਜਲੰਧਰ 'ਚ ਆਪਣੇ ਆਪ ਤੇ ਹਮਲੇ ਕਰਾ ਲਿਆ ਕਿ ਸਾਨੂੰ ਭਾਈ ਸੁਰੱਖਿਆ ਹੀ ਮਿਲ ਜਾਏ ਘੱਟੋ ਘੱਟ ਕਿਸੇ ਨੇ ਗੋਲੀ ਚਲਵਾ ਲਈ ਕਿਸੇ ਨੇ ਉੱਡਾ ਜੀ ਲੁਧਿਆਣੇ ਵੀ ਮਸਲਾ ਇਹੀ ਹੋਇਆ ਹੁਣ ਇਰੋਮ ਸ਼ਰਮੀਲਾ ਜਿਹੜੀ ਹੈ ਉਹਨੂੰ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਸੁਰੱਖਿਆ ਦਿਓ ਭਾਈ ਸਾਡੀ ਕੈਂਡੀਡੇਟ ਹੈ ਤੇ ਅਸੀਂ ਉਹਨੂੰ ਕਾਨੂੰਨ ਅਨੁਸਾਰ ਸੁਰੱਖਿਆ ਦੇਣੀ ਹੈ ਬੀਬੀ ਸ਼ਰਮੀਲਾ ਕਹਿੰਦੀ ਕਿ ਮੈਨੂੰ ਕੋਈ ਸੁਰੱਖਿਆ ਨਹੀਂ ਚਾਹੀਦੀ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਮੈਂ ਤਾਂ ਕਹਿੰਦੀ ਲੋਕਾਂ ਦੇ ਹੱਕ ਲਈ ਪਹਿਲਾਂ ਵੀ ਲੜੀ ਸੀ ਹੁਣ ਵੀ ਲੜੀ ਹੈ ਇਸ ਕਰਕੇ ਮੈਨੂੰ ਬੰਦੂਕਾਂ ਵਾਲੇ ਬੰਦਿਆਂ ਦੀ ਲੋੜ ਨਹੀਂ ਮੈਨੂੰ ਤਾਂ ਸਧਾਰਨ ਲੋਕਾਂ ਦੇ ਵਿੱਚ ਸਮਾਂ ਬਿਤਾ ਕੇ ਖੁਸ਼ੀ ਹੁੰਦੀ ਹੈ ਸੁਖਨੈਬ ਜੀ ਜੇ ਕਿਤੇ ਪੰਜਾਬ ਦੇ ਲੀਡਰਾਂ ਨੂੰ ਪਤਾ ਲੱਗ ਜਾਏ ਕਿ ਇਸ ਬੀਬੀ ਨੂੰ ਸੁਰੱਖਿਆ ਦੇਣ ਦਾ ਐਲਾਨ ਕੀਤਾ ਸੀ ਉਹਨੇ ਨਾ ਕਰਤੀ ਹੈ ਉਹ ਮੈਨੂੰ ਲੱਗਦਾ ਕਿ ਕਿਸੇ ਨਾ ਕਿਤੇ ਚਿੱਠੀਆਂ ਟੈਲੀਫੋਨ ਜ਼ਰੂਰ ਕਰਨਗੇ ਤਾਰਾਂ ਜ਼ਰੂਰ ਖੜਕਾਉਣਗੇ ਕਿ ਭਾਈ ਬੀਬੀ ਜੇ ਤੈਨੂੰ 5 ਬੰਦੇ ਮਿਲੇ ਹੈ ਠੀਕ ਹੈ ਤੂੰ 3 ਕੁ ਮੋੜ ਦੇ 2 ਕਿਤੇ ਸਾਨੂੰ ਭੇਜ ਦੇ ਸਾਡਾ ਵੀ ਭੋਰਾ ਖਟੌਰ ਟੱਪਾ ਬਣ ਜੂ ਪਰ ਥੋੜਾ ਬਹੁਤ ਸਿੱਖਣਾ ਇਸ ਬੀਬੀ ਤੋਂ ਵੀ ਸਾਨੂੰ ਜ਼ਰੂਰ ਚਾਹੀਦਾ ਬਿਲਕੁਲ ਜੀ ਪੰਜਾਬ ਦੇ ਲੀਡਰ ਤਾਂ ਉਸ ਜਹਾਜ਼ ਦੇ ਮੁਸਾਫਰ ਅਰ ਗਿਆ ਜਿਹੜੇ ਨਾਲ ਦੇ ਨੂੰ ਪੁੱਛ ਲੈਂਦੇ ਪੈਗ ਲਏਗਾ ਕਿ ਨਹੀਂ ਅਗਲਾ ਕਹਿੰਦਾ ਜੀ ਮੈਂ ਤਾਂ ਪੀਂਦਾ ਨੀ ਕਹਿਣਗੇ ਲੈ ਲਈ ਤੂੰ ਹੈਗੇ ਆਪਾਂ ਪੀਣ ਨੂੰ ਸੋ ਪੀਣ ਵਾਲਾ ਕੰਮ ਅਸੀਂ ਕਰ ਦਿਆਂਗੇ ਔਖਾ ਸੌਖਾ ਨਿਬੇੜਨਾ ਪੈਂਦਾ ਜੀ ਸੋ ਬਾਟ ਸਾਹਿਬ ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਹੀ ਰੋਕਦੇ ਹਾਂ ਜੀ ਔਰ ਕਾਲਾਂ ਦਾ ਸਿਲਸਿਲਾ ਇੱਥੋਂ ਆਰੰਭਾਂਗੇ ਕੁਛ ਦੇਰ ਤੁਸੀਂ ਹੋਲਡ ਰੱਖਿਓ ਤੇ ਆਪਾਂ ਫਿਰ ਸਰੋਤਿਆਂ ਦੇ ਨਾਲ ਸਾਂਝ ਪਾਉਣੀ ਹੈ ਤੇ ਗੱਲ ਅੱਗੇ ਵਧਾਉਣੀ ਹੈ